ਤੇਰੀਆਂ ਸਿਫਤਾਂ ਕਰਾਂ, ਬਸ ਹੁਣ ਤੇਰੀ ਆਹੀ ਸਟੋਰੀ, ਬਸ ਹੁਣ ਤੇਰੀ ਆਹੀ ਸਟੋਰੀ। ਵਿਆਹ ਤਾਂ ਆਂਟੀ ਜੀ ਦੁਨੀਆ 'ਤੇ ਹੁੰਦੇ ਹੀ ਆਏ ਨੇ, ਪਰ ਰਣਜੀਤ ਸਿੰਘ ਜਿਹੜਾ ਵਿਆਹ ਆਪਣੇ ਛੋਟੇ ਭਰਾ ਹੈਪੀ ਦਾ ਕਰੇਗਾ ਨਾ, ਉਹਨੂੰ ਪੂਰਾ ਪਿੰਡ ਵੇਖੇਗਾ। ਨਾਲੇ ਹੁਣ ਤਾਂ ਤੁਸੀਂ ਲਵਲੀ ਨੂੰ ਸ਼ਹਿਰ ਤੋਂ ਬੁਲਾਉਣ ਦੀਆਂ ਤਿਆਰੀਆਂ ਕਰੋ, ਆਪਾਂ ਫਿਰ ਇਹਨਾਂ ਦਾ ਰਿਸ਼ਤਾ ਪੱਕਾ ਕਰੀਏ। ਮੰਮੀ ਜੀ ਇੱਕ ਗੱਲ ਦਾ ਖਿਆਲ ਰੱਖਿਓ ਕਿ ਲਵਲੀ ਦੀ ਪੜ੍ਹਾਈ ਨਾ ਖਰਾਬ ਹੋਵੇ। ਇੱਕ ਤਾਂ ਵਿਆਹ ਹਲੇ ਹੋਇਆ ਨਹੀਂ ਅਤੇ ਪਹਿਲਾਂ ਹੀ, ਮੰਮੀ ਜੀ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਹੈਪੀ ਨੇ ਤਾਂ ਆਪਣੇ ਦੋਸਤਾਂ ਨੂੰ ਵੀ ਆਪਣਾ ਨਾਮ ਹੈਪੀ ਦੀ ਜਗ੍ਹਾ ਸਮਾਈਲ ਦੱਸ ਰੱਖਿਆ। ਹੁਣ ਇੱਕ ਵਿਸ਼ੇਸ਼ ਸੂਚਨਾ, ਹੈਪੀ ਨੇ ਆਪਣਾ ਨਾਂ ਸਮਾਈਲ ਇਸ ਕਰਕੇ ਰੱਖਿਆ ਕਿ ਉਹਦੇ ਮਿੱਤਰ ਜਾਂ ਕੋਈ ਵੀ ਜਦੋਂ ਉਹਨੂੰ ਬੁਲਾਵੇ ਤਾਂ ਲਵਲੀ ਸਮਾਈਲ ਕਹਿ ਕੇ ਗੱਲ ਕਰਿਆ ਕਰਨ। ਅਤੇ ਹੁਣ ਸੂਚਨਾ ਸਮਾਪਤ ਹੁੰਦੀ ਹੈ, ਸਤਿ ਸ਼੍ਰੀ ਅਕਾਲ। ਬਾਈ ਜੀ ਆਪਾਂ ਖਬਰਾਂ ਨਹੀਂ ਸੁਣਾਉਣਾ, ਇਹ ਭਰਾ ਦਾ ਵਿਆਹ ਪੱਕਾ ਕਰਨਾ ਹੈ। ਹਾਂ ਚੰਗਾ ਆਂਟੀ ਜੀ, ਹੁਣ ਸਾਨੂੰ ਦਿਓ ਇਜਾਜ਼ਤਾਂ ਜੀ ਅਤੇ ਤੁਸੀਂ ਲਵਲੀ ਨੂੰ ਸ਼ਹਿਰੋਂ ਬੁਲਾਓ ਅਤੇ ਸਾਡੇ ਵੱਲੋਂ ਇਹ ਰਿਸ਼ਤਾ ਪੱਕਾ। ਸਤਿ ਸ਼੍ਰੀ ਅਕਾਲ। ਚੱਲ ਬਈ ਤੋਰ ਗੱਡੀ। ਆ ਕਿੱਥੇ ਦੀ ਤਮੀਜ਼ ਹੈ, ਰਿਕਸ਼ਾ ਰੋਕੇ ਕੋਈ ਤੇ ਬੈਠੇ ਕੋਈ? ਇਹ ਰਿਕਸ਼ਾ ਮੈਂ ਰੋਕਿਆ ਹੈ। ਓ ਮੈਡਮ ਜੀ, ਬੀਬਾ ਜੀ, ਬੜੇ ਨਾਰਾਜ਼ ਕਾਤੇ ਹੋਈ ਜਾਂਦੇ ਹੋ, ਆਵਾਜ਼ ਤੁਸੀਂ ਮਾਰੀ ਹੈ ਤੇ ਰਿਕਸ਼ਾ ਮਿੱਤਰਾਂ ਨੇ ਰੋਕ ਲਿਆ। ਨਾਲੇ ਆ ਸਾਰੀ ਸੀਟ ਤੇ ਮੈਂ ਕੀ ਕਰਨਾ, ਆਜੋ ਬਹਿਜੋ ਇਕੱਠੇ ਗੱਲਾਂ ਮਾਰਦੇ ਜਾਵਾਂਗੇ। ਤੇ ਨਾਲੇ ਰਹੀ ਗੱਲ ਤਮੀਜ਼ ਦੀ, ਕਿਸੇ ਦੀ ਹੈਲਪ ਕਰਨ ਦੀ ਤਮੀਜ਼ ਨਾ, ਮੇਰੇ ਘਰਦੇ ਨੇ ਚੰਗੀ ਤਰ੍ਹਾਂ ਮੈਨੂੰ ਸਮਝਾਈ ਆ। ਮੈਂ ਨਾ ਤੇਰੇ ਵਰਗੇ ਮੁੰਡਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ। ਨਾਲੇ ਜਾਣਦੇ ਵੀ ਹੋ ਤੇ ਨਾ ਨੁਕਰ ਵੀ ਕਰੀ ਜਾਂਦੇ ਹੋ, ਉਹ ਆਜੋ ਫਿਰ ਤਾਂ। ਤੂੰ ਨਾ ਫਲਰਟ ਮਾਰਨਾ ਬੰਦ ਕਰ। ਵੱਡੀ ਉੱਥੇ ਕਰੀਨਾ ਕਪੂਰ ਹੈ ਨਾ, ਤੇਰੇ ਵਰਗੀ ਨੂੰ ਦੇਖ ਕੇ ਤਾਂ ਕਾਲੀ ਬਿੱਲੀ ਆਪਣਾ ਰਸਤਾ ਬਦਲ ਲੈ। ਗੱਲਾਂ ਮਾਰਦੀ ਆ ਆਸ਼ਕੀ ਦੀਆਂ, ਨਾਲੇ ਜੋਗੇ ਦੇ ਇੰਨੇ ਮਾੜੇ ਦਿਨ ਨਹੀਂ ਆਏ ਹੈਗੇ ਕਿ ਤੇਰੇ ਵਰਗੀਆਂ ਤੇ ਟਰਾਈਆਂ ਮਾਰਦਾ ਫਿਰੂਗਾ। ਕਈਆਂ ਨੂੰ ਜੋਗ ਲਾਏ ਨੇ ਜੋਗੇ ਨੇ, ਗੱਲਾਂ ਮਾਰਦੀਆਂ। ਚੱਲ ਆਪਾਂ ਚੱਲੀਏ ਫਿਰ, ਆਹ ਕਰੀਨਾ ਨੂੰ ਤਾਂ ਇਹਦਾ ਕੋਈ ਸੈਫੂ ਲੈਣ ਆ ਜੂਗਾ ਤੇ ਸਾਨੂੰ ਕੋਈ ਸ਼ਾਹਿਦ ਕਪੂਰ ਬਣਨ ਦਾ ਸ਼ੌਂਕ ਨਹੀਂ ਹੈਗਾ। ਬਾਈ ਜੀ ਤੁਸੀਂ ਦੋਨੋਂ ਹੀ ਬਹਿ ਜਾਓ, ਕਿਸੇ ਗਰੀਬ ਦਾ ਭਲਾ ਹੋ ਜੂਗਾ। ਉਹ ਤੂੰ ਵੱਡਿਆ ਬਿਜ਼ਨਸਮੈਨ ਆ, ਤੂੰ ਹੀ ਨਾ ਖਾਲੀ ਮੇਰੇ ਤੋਂ ਹੈ, ਆਹ ਰਿਕਸ਼ਾ ਤਾਂ ਜੋਗੇ ਦੇ ਨਾਂ ਦਾ ਹੀ ਆ। ਚੱਲ ਚੱਲ ਖਿੱਚ। ਓਏ ਜਾਓ ਤੁਸੀਂ, ਮੈਂ ਤਾਂ ਚੱਲਿਆ। ਓਏ ਰਿਕਸ਼ਾ ਤਾਂ ਜਾਵੇ ਉਹ ਪਤੰਦਰਾ, ਲੈ ਲੈ ਸਵਾਰ। ਪਤਾ ਨਹੀਂ ਸਵੇਰੇ ਸਵੇਰੇ ਕਿਹਦਾ ਮੂੰਹ ਦੇਖਿਆ ਸੀ ਜਿਹੜਾ ਤੇਰੇ ਵਰਗਾ ਟੱਕਰ ਗਿਆ। ਕਿਹਦਾ ਨਹੀਂ ਮੂੰਹ ਦੇਖਿਆ ਸੀਗਾ, ਸ਼ੀਸ਼ੇ ਮੁਰੇ ਨਾ ਆਪਣੀਆਂ ਮਰਜੀਠੀਆਂ ਠੀਕ ਕਰਦੀ ਹੋਣੀ ਤੂੰ। ਗੱਲਾਂ ਮਾਰਦੀ ਉੱਥੇ ਵੱਡੀਆਂ ਵੱਡੀਆਂ, ਉਹ ਵੀ ਟੰਗ ਦਾ ਗਰੀਬ ਤੇ ਅੰਦਰ ਗਰੀਬ ਦਾ ਵੀ ਨੁਕਸਾਨ ਕਰਦਾ। ਦਫਾ ਐਡਾ ਬਿੱਲ, ਹਾਇਓ ਰੱਬਾ, ਕਰ ਦਾਂਗੇ ਪੂਰੇ ਮਹੱਲੇ ਦਾ। ਗੁੱਡ ਮਾਰਨਿੰਗ ਵੀਰ ਜੀ। ਜੀਐਮ ਜੀ, ਵੀਰ ਜੀ ਇਹ ਕਿਉਂ ਹੁੰਦਾ, ਬੋਲਤਾ ਚੱਜ ਨਾ ਲਿਆ ਕਰੋ, ਇਹ ਬੋਲਣ ਵੇਲੇ ਵੀ ਤੁਹਾਡਾ ਬਿੱਲ ਆਉਂਦਾ ਹੈ। ਤੂੰ ਮੇਰੇ ਬਿੱਲ ਨੂੰ ਛੱਡ, ਇਹ ਦੱਸ ਤੂੰ ਪੜ੍ਹਦੀ ਕਿੰਨੇ ਵਜੇ ਹੈ, ਦਿਨੇ ਪੜ੍ਹਦੀ ਹੈ ਕਿ ਰਾਤੀ ਵੀ ਪੜ੍ਹਦੀ ਹੈ? ਹੁਣ ਮੇਰੇ ਪੜ੍ਹਨ ਵਿੱਚ ਵੀ ਪ੍ਰੋਬਲਮ ਹੈਗੀ ਹੈ। ਉਹ ਤੁਹਾਡੇ ਪੜ੍ਹਨ ਦੀ ਪ੍ਰੋਬਲਮ ਨਹੀਂ ਹੈਗੀ, ਆ ਬਿੱਲਾਂ ਦੀ ਪ੍ਰੋਬਲਮ ਹੈ, ਪੇ ਤਾਂ ਮੈਂ ਹੀ ਕਰਦਾ। ਤੁਸੀਂ ਤੇ ਤੁਹਾਡੇ ਬਿੱਲ। ਉਹ ਆ ਕੀ ਹੈ, ਉਹ ਆ ਕੀ ਪਾਇਆ? ਕਿਉਂ ਚੰਗੀ ਨਹੀਂ ਲੱਗਦੀ ਹੈ, ਨਈ ਡਰੈਸ ਮੰਗਵਾਈ ਹੈ, ਆਂਟੀਕ ਬੁਟੀਕ ਸੇ ਆਨਲਾਈਨ ਮੰਗਵਾਈ ਹੈ। ਉਹ ਜਿੱਥੋਂ ਮਰਜ਼ੀ ਮੰਗਵਾਈ ਹੈ, ਕਰਕੇ ਪਾਈ ਹੈ, ਉਦਾਂ ਹੀ ਮੰਗਵਾਈ ਹੈਗੀ ਹੈ। ਆਇਓ ਏ ਰੱਬਾ, ਫੁੱਟੇ ਕਿਸਮਤ ਚਿੱਪੜ ਜਿਆ। ਆ ਗਿਆ ਇੱਕ ਹੋਰ ਵਿਹਲੜ, ਬਿੱਲੀ ਜੀ ਨੇ ਤੰਗ ਕਰਤਾ। ਓ ਵੀਰੇ ਆਹ ਫੋਨ ਤਾਂ ਚੇਂਜ ਕਰ ਲਓ, ਹੀ ਟੁੱਟਿਆ ਚੱਕੀ ਫਿਰੀ ਜਾਂਦੇ ਤੁਸੀਂ।
ਮੋਬਾਈਲ ਕਿਉਂ ਛੱਡ ਦੇ ਤੂੰ? ਖਰਚੇ ਕਰਾਈ ਜਾ ਮੇਰੇ। ਉਹ ਐਡੀ ਕਿਹੜੀ ਗੱਲ ਹੋ ਗਈ, ਤੁਹਾਡਾ ਟੁੱਟੇ ਜਾਂ ਫੋਨ ਬਦਲਣ ਦੀ ਗੱਲ ਕਰੀ ਆ ਮੈਂ, ਤੁਹਾਡੇ ਭੱਲੇ ਦੀ ਗੱਲ ਕਰ ਰਿਹਾ, ਐਵੇਂ ਤਾਂ ਪੀ ਜਾਂਦੇ ਹੋ। ਤਾਪਮਾਨ ਛੱਡ ਮੇਰਾ। ਉਹ ਐ ਦੱਸ, ਤੈਨੂੰ ਜਦੋਂ ਭੇਜਿਆ ਸੀਗਾ ਇੰਟਰਵਿਊ ਦੇਣ ਲਈ, ਦੇਖਿਆ? ਉਹ ਜੋਬ ਤਾਂ ਮੈਂ ਕਦੇ ਵੀ ਨਾ ਕਰਾਂ, ਨਾਲੇ ਮੇਰੇ ਮਤਲਬ ਦੀ ਨਹੀਂ ਹੈਗੀ ਉਹ ਜੋਬ, ਮੈਨੂੰ ਪੈਸੇ ਚਾਹੀਦੇ ਆ ਬਿਜ਼ਨਸ ਵਾਸਤੇ। ਪੈਸੇ? ਲੈ ਲੈ ਬੇਟਾ, ਤੇਰੇ ਕੋਲ ਪੈਸੇ ਆ ਲੈ, ਇਹਨਾਂ ਨਾਲ ਬਿਜ਼ਨਸ ਕਰੂੰਗਾ ਮੈਂ। ਇਹ ਚੀਜ਼ ਕਮੀ ਹੈ ਬਾਪੂ, ਜਦੋਂ ਪਿੰਡ ਆਇਆ ਸੀ ਨਾ, ਇਹੀ ਸੌਦਾ ਨੋਟ ਲੈ ਕੇ ਆਇਆ ਸੀ ਬਿਜ਼ਨਸ ਕਰਨ ਲਈ। ਹਾਂਜੀ, ਆਹ ਯਾਦ ਹੈ ਤੁਹਾਨੂੰ ਕਿ ਜਦੋਂ ਬਾਪੂ ਆਇਆ ਸੀ ਉਦੋਂ 100 ਰੁਪਇਆ ਲੈ ਕੇ ਆਇਆ ਸੀਗਾ, ਪਰ ਜਦੋਂ ਗਿਆ ਉਦੋਂ 100-100 ਤੇ ਹਜ਼ਾਰਾਂ ਦੇ ਨੋਟ ਕਿੱਥੇ ਭਲਾ? ਦੇਖ, ਕੋਈ ਪੈਸੇ ਨਹੀਂ ਹੈਗੇ ਮੇਰੇ ਕੋਲ, ਜਾ ਆਪਣਾ ਕੰਮ ਕਰ, ਦਫਾ ਉੱਥੋਂ। ਮੇਰੇ, ਮੈਂ ਤੁਹਾਨੂੰ ਦੱਸਦਾ, ਮੈਨੂੰ ਪੈਸੇ ਚਾਹੀਦੇ ਤਾਂ ਚਾਹੀਦੇ ਆ, ਬੇਸ਼ੱਕ 2 ਦਿਨ ਲਓ ਜਾਂ 4 ਦਿਨ ਲਓ, ਮੈਨੂੰ ਪੈਸੇ ਚਾਹੀਦੇ ਆ ਅਤੇ ਆਹ ਫੜ ਲਓ ਆਪਣੇ 100 ਰੁਪਏ। ਹੁਣ ਚੱਲਿਆ ਮੈਂ, ਤੁਹਾਨੂੰ ਸੋਚਣ ਦਾ ਟਾਈਮ ਦੇ ਰਿਹਾ 1-2 ਦਿਨ ਦਾ। ਨਾਲੇ ਆ ਬਾਪੂ ਦਾ 100 ਲੈ ਕੇ ਚੱਲਿਆ ਮੈਂ। 100 ਛੱਡ ਜਾ। ਤੂੰ ਇੱਥੇ ਨਾ ਐਕਸਰਸਾਈਜ਼ ਕਰਨ ਲਈ ਆਇਆ, ਮੈਨੂੰ ਤਾੜਨ ਲਈ ਨਹੀਂ ਆਇਆ? ਤੇ ਮੈਂ ਵੀ ਤੇ ਐਕਸਰਸਾਈਜ਼ ਕਰ ਰਿਹਾ ਸੀਗਾ, ਬਸ ਫਰਕ ਇੰਨਾ ਕਿ ਤੂੰ ਬੋਡੀ ਦੀ ਐਕਸਰਸਾਈਜ਼ ਕਰ ਰਹੀ ਸੀ ਤੇ ਮੈਂ ਅੱਖਾਂ ਦੀ ਐਕਸਰਸਾਈਜ਼ ਕਰ ਰਿਹਾ ਸੀਗਾ। ਫਾਲਤੂ ਗੱਲਾਂ ਕਰਨੀਆਂ ਬੰਦ ਕਰ ਤੇ ਮੇਰੀ ਗੱਲ ਸੁਣ। ਰਾਜਵੀਰ ਵੀਰ ਜੀ ਨੇ ਮੇਰਾ ਵਿਆਹ ਕਰਨ ਦੀ ਸੋਚੀ ਹੈ। ਰਾਜਵੀਰ ਵੀਰ ਜੀ? ਉਹ ਸੋਚਦੇ ਵੀ ਨੇ? ਮਜ਼ਾਕ ਕਰਨਾ ਬੰਦ ਕਰ, ਰਾਜਵੀਰ ਵੀਰ ਜੀ ਨਾਲ ਤਾਂ ਤੇਰੇ ਤੋਂ ਗੱਲ ਹੋਣੀ ਨਹੀਂ, ਜੇ ਹੋਈ ਵੀ ਉਹਨਾਂ ਨੇ ਗੋਲੀ ਮਾਰ ਦੇਣੀ ਹੈ। ਮਾਰ ਦੇਣੀ ਹੈ? ਇਹ ਤਾਂ ਮੈਨੂੰ ਸਮਝਾ ਰਹੀ ਹੈ, ਡਰਾ ਰਹੀ ਹੈ, ਧਮਕੀ ਦੇ ਰਹੀ ਹੈ, ਜਲਦੀ ਤੋਂ ਜਲਦੀ ਸਾਡੇ ਵਿਆਹ ਦਾ ਰਸਤਾ ਲੱਭ ਲੈ। ਨਹੀਂ ਰਾਜਵੀਰ ਵੀਰ ਜੀ ਦਾ ਤਾਂ ਪਤਾ ਨਹੀਂ, ਲੇਕਿਨ ਮੈਂ ਤੈਨੂੰ ਜ਼ਰੂਰ ਗੋਲੀ ਮਾਰ ਦੇਣੀ ਹੈ ਤੇ ਬਾਅਦ 'ਚ ਆਪਣੇ ਆਪ ਨੂੰ। ਸ਼ਾਬਾਸ਼ੇ ਸ਼ਾਬਾਸ਼ੇ, ਹੋਰ ਕੀ ਕੰਮ ਨਹੀਂ ਆਉਂਦਾ ਤੁਹਾਡੇ ਖਾਨਦਾਨ ਨੂੰ, ਗੋਲੀ ਮਾਰ ਦੇਣੀ ਹੈ। ਮੈਨੂੰ ਨਹੀਂ ਪਤਾ, 2 ਦਿਨ ਨੇ ਤੇਰੇ ਕੋਲ, ਜਾਂ ਸਾਡੇ ਵਿਆਹ ਦਾ ਰਸਤਾ ਲੱਭ ਲੈ ਜਾਂ ਗੋਲੀਆਂ ਖਾਣ ਨੂੰ ਤਿਆਰ ਹੋ ਜਾ। ਮੈਂ ਚੱਲੀ ਹਾਂ। ਕਿੱਥੇ ਚੱਲੀ ਹੈ? ਬੰਦੂਕ 'ਚ ਗੋਲੀਆਂ ਭਰ। ਵਾਓ ਬਾਬਾ ਜੀ ਵਾਹ, ਲੋਕਾਂ ਨੂੰ ਵਿਆਹ ਤੋਂ ਬਾਅਦ ਰਵਾਉਂਦੇ ਹੋ, ਮੈਨੂੰ ਹੁਣ ਤੋਂ ਰਵਾਉਣਾ ਸ਼ੁਰੂ ਕੀਤਾ। ਇਹਦਾ ਭਰਾ ਤੇਰੀਆਂ ਗੋਲੀਆਂ, ਉਹ ਤੁਸੀਂ ਕੋਈ ਰਸਤਾ ਲੱਭੋ ਬਾਬਾ ਜੀ। ਗੋਲੀ ਮਾਰ ਦਾਂਗੀ, ਭਰਾ ਨੂੰ ਦੱਸ ਦਾਂਗੀ, ਵੱਡੀ ਡੋਨ, 2 ਦਿਨ 'ਚ ਵਿਆਹ ਕਰਾਉਣਾ ਇਹਨੇ। ਭਰਾ ਵੀ ਦਾ ਫੋਨ ਆ ਗਿਆ। ਜੀਤੂ? ਉਹ ਹਾਂ ਵੀ ਜੀਤੂ, ਕਿਵੇਂ ਆ? ਨੌਕਰੀ ਲੱਗ ਗਈ? ਮੁਬਾਰਕਾਂ ਬਾਈ। ਰੰਧਾਵਾ? ਉਹ ਨਹੀਂ ਨਹੀਂ ਬਾਈ, ਇਸ ਰੰਧਾਵੇ ਦੀ ਕੋਈ ਕੋਠੀ ਨਹੀਂ। ਗੋਬਿੰਦ ਵੈਲੀ 'ਚ ਕੀ ਇਕੱਲਾ ਨੌਕਰ ਰਹਿੰਦਾ? ਆਪ ਪਿੰਡ ਵਿੱਚ ਹੈ, ਆਉਂਦਾ ਹੀ ਨਹੀਂ ਸ਼ਹਿਰ। ਬਾਬਾ ਬਾਬਾ ਜੀ ਬਹੁਤ ਹੈ, ਤੂੰ ਨਾ ਬਸ ਮੈਨੂੰ ਕੋਠੀ ਦਾ ਐਡਰੈਸ ਮੈਸੇਜ ਕਰ, ਬਾਕੀ ਮੈਂ ਸਾਂਭ ਲੂੰਗਾ। ਚੱਲ ਚੰਗਾ। ਵਾਹ ਬਾਬਾ ਜੀ, ਹੱਲੇ ਸਵੇਰੇ ਮੈਂ ਤੁਹਾਡੇ ਅੱਗੇ ਅਰਦਾਸ ਕੀਤੀ ਅਤੇ ਤੁਸੀਂ ਰਾਹ ਵੀ ਕੱਢਤਾ। ਮੰਨੂ, ਕਰ ਤਿਆਰੀ ਤੂੰ ਵਿਆਹ ਦੀ ਹੁਣ ਬਸ। ਉਹ ਹਰਗੁਣ, ਉਹ ਆ ਗਿਆ ਮੰਨੂ ਤੇਰੇ ਘਰ ਬਰਾਤ ਲੈ ਗਏ, ਉਹ ਵੀ ਰੰਧਾਵੇ ਦਾ ਮੁੰਡਾ ਬਣ ਕੇ। ਆਏ ਹਾਏ, ਕਿ ਤਾਰ ਤਾਰ ਰੰਧਾਵਾ ਕਰਦਾ ਸੀ ਕਿਸੇ ਟਾਈਮ ਤੇ ਗੁਲਾਟੀ, ਹੁਣ ਤਾਂ ਬਸ ਆ ਪਿੰਡ 'ਚ ਰਹਿ ਕੇ ਆਹ ਦਫ਼ਤਰ ਦੇ ਕਾਗਜ਼ਾਂ ਪੱਤਰਾਂ 'ਚ ਉਲਝੇ ਰਹੀਦਾ ਯਾਰ, ਅਤੇ ਗੁਰਦਾਸ ਮਾਨ ਦੇ ਗਾਣੇ ਸੁਣ ਛੱਡੀਏ। ਆਹ ਸੱਚ ਮੈਨੂੰ ਆਹ ਕਾਗਜ਼ ਪੱਤਰਾਂ ਤੋਂ ਯਾਦ ਆਇਆ, ਉਹ ਥੋੜ੍ਹੇ ਦਿਨਾਂ ਤੱਕ ਨਾ ਸ਼ਹਿਰ ਜਾਣਾ ਕਿਸੇ ਨੇ, ਤੂੰ ਐਂ ਕਰੀ ਆਫਿਸ ਦੀਆਂ ਸਾਰੀਆਂ ਜਿਹੜੀਆਂ ਫਾਈਲਾਂ ਨੇ ਉਹ ਸ਼ਹਿਰ ਵਾਲੀ ਕੋਠੀ ਦੇ ਨੌਕਰ ਅਮਰੂ ਕੋਲ ਛੱਡ ਜੀ, ਉਹ ਆਪੇ ਦੇ ਜਾਏਗਾ। ਹਾਂ ਆ ਚੱਲ ਠੀਕ ਹੈ, ਰੱਖਦਾ ਫਿਰ ਮੈਂ। ਨਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੁਹਾਨੂੰ ਆ ਪਿੰਡ ਵਿੱਚੋਂ ਲੱਭਦਾ ਕੀ ਹੈ, ਸ਼ਹਿਰ ਵਿੱਚ ਇੰਨੀ ਵੱਡੀ ਕੋਠੀ, ਇੰਨਾ ਵੱਡਾ ਦਫ਼ਤਰ ਹੁੰਦੇ ਸੋ ਹੁੰਦੇ ਤੁਸੀਂ ਆ ਪਿੰਡ ਵਿੱਚ ਬੈਠੇ ਹੋ। ਨਾਲੇ ਗੱਲ ਸੁਣੋ, ਮੇਰਾ ਵੀ ਤਾਂ ਦਿਲ ਕਰਦਾ ਨਾ ਜਾ ਕੇ ਸ਼ਹਿਰ ਵਿੱਚ ਰਵਾਂ, ਨਾਲੇ ਤੁਸੀਂ ਤਾਂ ਵਿਆਹ ਤੋਂ ਪਹਿਲਾਂ ਸ਼ਹਿਰ 'ਚ ਹੀ ਰਹਿੰਦੇ ਸੀ। ਉਹ ਰਹਿੰਦੇ ਸੀ, ਲਵਲੀ ਰਹਿੰਦੇ ਸੀ, ਫਿਰ ਜਦੋਂ ਮੈਂ ਆਪਣੇ ਬੀਜੀ ਬਾਪੂ ਨੂੰ ਮਿਲਣ ਲਈ ਪਿੰਡ ਆਇਆ
ਤੇ ਬਸ ਫਿਰ ਇੱਥੋਂ ਦਾ ਹੋ ਕੇ ਰਹਿ ਗਿਆ। ਨਾਲੇ ਇੱਥੇ ਤੇ ਤੇਰਾ ਮੇਰਾ ਵਿਆਹ ਹੋਇਆ ਹੈ, ਹੈ ਇਹ ਇਤਿਹਾਸਕ ਘਰ ਹੈ, ਇਹਦੀ ਦਹਿਲੀਜ਼ ਤੋਂ ਮੇਰੀ ਮਾਂ ਨੇ ਤੇਰੇ ਤੋਂ ਤੇ ਮੇਰੇ ਤੋਂ ਵੀ ਪਾਣੀ ਵਾਰ ਕੇ ਪੀਤਾ ਹੈ, ਤੇ ਬਸ ਇੱਥੇ ਫਿਰ ਆਪਣੀ ਦੁਨੀਆ ਬਣ ਗਈ। ਤੇ ਹੁਣ ਰੰਗਲੀ ਦੁਨੀਆ ਤੋਂ ਜੀ ਨੀ ਜਾਣ ਨੂੰ ਕਰ ਦੋ। ਤੁਹਾਨੂੰ ਤਾਂ ਨਾ ਬਸ ਬੰਦੇ ਨੂੰ ਗੱਲਾਂ 'ਚ ਫਸਾਉਣਾ ਆਉਂਦਾ, ਸਾਫ਼ ਸਾਫ਼ ਕਿਉਂ ਨਹੀਂ ਕਹਿ ਦਿੰਦੇ ਕਿ ਤੁਸੀਂ ਮੈਨੂੰ ਸ਼ਹਿਰ ਲਿਜਾਣਾ ਨਹੀਂ ਚਾਹੁੰਦੇ? ਓਏ ਲਵਲੀ, ਹਰ ਵੇਲੇ ਨਾਮ ਚਾਹੀ ਰੱਖਿਆ ਕਰ ਖਲਬਲੀ। ਆ ਇੰਨੀ ਮਿੱਠੀ ਕੌਫੀ ਪਿਉਣ ਤੋਂ ਬਾਅਦ ਹੁਣ ਇਹੋ ਜਿਹੀਆਂ ਕੌੜੀਆਂ ਗੱਲਾਂ ਕਰਕੇ ਮੇਰੇ ਦਿਮਾਗ ਦਾ ਕੀਮਾ ਨਾ ਕਰ, ਜਾ ਕੇ ਕੁਝ ਕਿਚਨ 'ਚ ਤਾਂ ਜਾ। ਤੁਹਾਡੇ ਨਾਲ ਤਾਂ ਗੱਲ ਕਰਨਾ ਫਜ਼ੂਲ ਹੈ। ਲਵਲੀ ਤੂੰ ਇੱਥੇ? ਵਾਟ ਅ ਸਰਪ੍ਰਾਈਜ਼। ਕੀ ਸਰਪ੍ਰਾਈਜ਼ ਯਾਰ, ਬਹੁਤ ਵੱਡੀ ਪ੍ਰੋਬਲਮ ਹੋ ਗਈ ਹੈ। ਕਿਉਂ, ਕੀ ਹੋਇਆ? ਤੂੰ ਤਾਂ ਆਪਣਾ ਕਾਲਜ ਖਤਮ ਕਰਨ ਤੋਂ ਬਾਅਦ ਆਪਣੇ ਪਿੰਡ ਜਾ ਰਹੀ ਸੀ ਨਾ ਆਪਣੇ ਮੋਮ ਕੋਲ? ਹਾਂ, ਜਾ ਤਾਂ ਪਿੰਡ ਹੀ ਰਹੀ ਸੀ, ਪਰ ਐਕਚੁਲੀ ਮੇਰੀ ਮੋਮ ਨਾਲ ਗੱਲ ਹੋਈ ਸਵੇਰੇ। ਸਾਡੇ ਨਾਲ ਦੇ ਪਿੰਡ ਦੇ ਸਰਪੰਚ ਨੇ, ਉਹਨਾਂ ਨੇ ਮੇਰਾ ਰਿਸ਼ਤਾ ਆਪਣੇ ਭਰਾ ਨਾਲ ਤੈਅ ਕਰਤਾ ਯਾਰ। ਔਰ ਯਾਰ ਜ਼ਬਰਦਸਤੀ, ਇਹਦੇ ਵਿੱਚ ਕੀ ਹੈ? ਤੂੰ ਮਨਾ ਕਰ ਦੇ। ਉਹੀ ਤਾਂ ਨਹੀਂ ਕਰ ਸਕਦੀ। ਡੈਡ ਦੇ ਜਾਣ ਤੋਂ ਬਾਅਦ ਉਹਨਾਂ ਨੇ ਮੋਮ ਦੀ ਬਹੁਤ ਹੈਲਪ ਕੀਤੀ, ਇੱਦਾਂ ਮਨਾ ਨਹੀਂ ਕਰ ਸਕਦੀ ਯਾਰ। ਅਤੇ ਹੁਣ ਤੂੰ ਕੀ ਕਰੇਂਗੀ? ਮੇਰੇ ਕੋਲ ਇੱਕੋ ਹੀ ਰਾਹ ਹੈ, ਇੱਥੇ ਜੋਬ ਲੱਭ, ਉਹਨਾਂ ਦੇ ਪੈਸੇ ਵਾਪਸ ਕਰਦਾ ਅਤੇ ਮੋਮ ਨੂੰ ਇੱਥੇ ਬੁਲਾਉਣਾ। ਕੋਈ ਗੱਲ ਨਹੀਂ ਲਵਲੀ, ਤੂੰ ਜਦ ਤੱਕ ਚਾਹੇ ਇੱਥੇ ਰੁਕ ਸਕਦੀ ਹੈ, ਤੇਰਾ ਹੀ ਘਰ ਹੈ ਅਤੇ ਸਭ ਕੁਝ ਠੀਕ ਹੋ ਜਾਊਗਾ। ਥੈਂਕ ਯੂ ਯਾਰ, ਐਨੀ ਟਾਈਮ। ਕੀ ਹੋਇਆ? ਉਹ ਆ ਗਈ ਬਾ ਸ਼ੇਰ। ਕੀ ਕਰ ਰਹੇ ਹੋ ਤੁਸੀਂ? ਕੋਈ ਦੇਖ ਲਵੇਗਾ। ਉਮਰ ਮੈਂਟੀ ਨਹੀਂ ਹੋ ਰਿਹਾ। ਆ ਪਰ ਚਾਬੀ 50 ਲੱਖ ਪਿਆ। 50 ਲੱਖ? ਅੱਛਾ ਮੇਰੀ ਗੱਲ ਸੁਣ, ਕੱਲ ਜਾਣਾ ਰੰਧਾਵਾ ਸਾਹਿਬ ਦੇ ਘਰ, ਤਿਆਰ ਟਾਈਮ ਸਿਰ ਹੋ ਜਾਈ। ਠੀਕ ਹੈ। ਆ ਬਿਨਾ ਪਲੱਗ ਤੋਂ ਖਿੱਚੀ ਜਾਂਦੇ ਹੋ? ਆ ਮੇਰੀ ਕੋਠੀ, ਮੇਰੀ ਘਾਹ ਕੱਟਣ ਵਾਲੀ ਮਸ਼ੀਨ, ਤੂੰ ਦੱਸ ਤੂੰ ਕੌਣ ਆ? ਉਹ ਬਾਈ ਗੁੱਸਾ ਨਾ ਕਰ, ਇੱਕ ਗੱਲ ਦੱਸ, ਇਹ ਕੋਠੀ ਰੰਧਾਵਾ ਸਾਹਿਬ ਦੀ ਹੈ? ਨਹੀਂ ਨਹੀਂ, ਪਰ ਬਾਹਰ ਤਾਂ ਹੀ ਲਿਖਿਆ। ਜੇ ਇੰਨਾ ਹੀ ਪੜ੍ਹਿਆ ਲਿਖਿਆ ਤਾਂ ਪੁੱਛਦਾ ਕਿਉਂ ਪਿਆ ਏ? ਅੱਛਾ ਅੱਛਾ ਬਾਈ, ਤੂੰ ਗੁੱਸਾ ਨਾ ਕਰ। ਅਤੇ ਵੈਸੇ ਤੁਸੀਂ ਕੌਣ? ਮੈਂ ਇਸ ਕੋਠੀ ਦਾ ਮਾਲਕ। ਮਾਲਕ? ਮੇਰਾ ਮਤਲਬ ਰੰਧਾਵਾ ਸਾਹਿਬ ਦਾ ਇਕਲੌਤਾ ਨੌਕਰ ਅਮਰੂ। ਤੂੰ ਹੈ ਬਾਈ ਅਮਰੂ, ਇਕਲੌਤਾ ਇਨਸਾਨ ਇਸ ਕੋਠੀ 'ਚ ਰਹਿਣ ਵਾਲਾ? ਇਕਲੌਤਾ ਇਨਸਾਨ ਮਾਮਾ, ਹੋਰ ਮੈਂ ਇੱਥੇ ਪਿੰਡ ਵਸਾ ਲਵਾਂ? ਬਾਈ ਗੁੱਸਾ ਨਾ ਕਰ, ਵੈਸੇ ਗਲਤ ਹੈ ਬਾਈ, ਐਡਾ ਵੱਡਾ ਘਰ ਅਤੇ ਤੂੰ ਇਕੱਲਾ, ਐਸ਼ ਹੀ ਐਸ਼ ਹੈ ਫਿਰ ਤਾਂ। ਇੱਕ ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਕਿਹੜੇ ਅਖਬਾਰ ਵਾਲੇ ਨੇ ਮੇਰੀ ਐਸ਼ ਬਾਰੇ ਛਾਪਤਾ, ਜਿਹੜਾ ਹਰ ਇਨਸਾਨ ਮੇਰੀ ਐਸ਼ ਦੇ ਮਗਰ ਪਿਆ। ਕਿਉਂ, ਤਨਖਾਹ ਘੱਟ ਮਿਲਦੀ ਹੈ? ਉਹ ਕਾਹਦੀ ਤਨਖਾਹ, ਜਿੰਨੀ ਰੰਧਾਵਾ ਸਾਹਿਬ ਤਨਖਾਹ ਦਿੰਦੇ ਰੋਟੀ ਮਸਾਂ ਚੱਲਦੀ ਆ। ਅਤੇ ਕੋਈ ਨਹੀਂ, ਅਸੀਂ ਆ ਗਏ ਨਾ ਐਸ਼ ਕਰਾਉਣ ਨੂੰ, ਬਸ ਇੱਕ ਕੰਮ ਕਰ ਦੇ ਮੇਰਾ। ਮੈਂ ਸਮਝਿਆ ਨਹੀਂ। ਉਰੇ ਆ, ਮੈਂ ਤੇਰੀ ਐਸ਼ ਦਾ ਧਿਆਨ ਰੱਖਦਾ। ਅੱਛਾ, ਅਤੇ ਤੂੰ ਮੇਰੀ ਐਸ਼ ਦਾ ਧਿਆਨ ਰੱਖ। ਉਹ ਬਾਈ, ਮੈਂ ਇੱਦਾਂ ਦਾ ਇਨਸਾਨ ਨਹੀਂ ਹੈਗਾ, ਉਹ ਪੈਸਿਆਂ ਨਾਲੋਂ ਮੈਨੂੰ ਇੱਜ਼ਤ ਪਿਆਰੀ ਆ। ਬਾਈ ਤੂੰ ਗਲਤ ਲੈ ਗਿਆ ਗੱਲ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਤੂੰ ਇਕੱਲਾ ਇਸ ਕੋਠੀ 'ਚ ਰਹਿੰਦਾ, ਕੱਲ੍ਹ ਤੋਂ ਇਸ ਕੋਠੀ 'ਚ ਤੇਰੇ ਨਾਂ ਨਾਲ ਰੰਧਾਵੇ ਦਾ ਨਕਲੀ ਮੁੰਡਾ ਮੰਨੂ ਵੀ ਰਹੂੰਗਾ। ਉਹ ਕਿੱਦਾਂ? ਮੈਂ ਸਮਝਾਉਂਦਾ।
ਕੱਲ ਤੋਂ ਇੱਥੇ ਰਹੂ ਰੰਧਾਵੇ ਦਾ ਨਕਲੀ ਮੁੰਡਾ ਮੰਨੂ। ਚੱਲ ਹੁਣ ਚੱਲਦਾ ਮੈਂ, ਚੱਲ। ਨਾਲੇ ਆਖਦੀ ਆ ਪਿੰਡੂ ਗੱਲ ਠੀਕ ਨਹੀਂ। ਨਿੱਕੀ ਬਾਜ਼ ਦੇਖਿਆ? ਨਹੀਂ ਵੀਰ ਜੀ, ਮੈਂ ਤਾਂ ਨਹੀਂ ਦੇਖਿਆ। ਪਤਾ ਨਹੀਂ ਕਿੱਥੇ ਰੱਖਤਾ। ਤੇ ਨਾਲੇ ਅੱਜ ਘਰ 'ਚ ਬੜੀ ਸ਼ਾਂਤੀ ਹੈ। ਕਿੱਧਰ ਗਏ ਵੀਰਾ ਭਾਬੀ? ਵੀਰ ਜੀ ਤੇ ਭਾਬੀ ਪਿੰਡ ਗਏ ਨੇ ਆਪਣੇ ਕਿਸੇ ਦੋਸਤ ਨੂੰ ਮਿਲਣ। ਅੱਛਾ, ਛੋਟੇ ਵੀਰ ਨੂੰ ਦੇਣ ਲਈ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਆਪ ਘੁੰਮਦੇ ਫਿਰਦੇ ਨੇ ਇਹ? ਪੈਸੇ? ਪੈਸੇ ਤਾਂ ਵੀਰ ਜੀ ਘਰੇ ਪਏ ਨੇ, ਉਹ ਵੀ ਪੂਰੇ 50 ਲੱਖ। ਕੀ ਗੱਲ ਕਰ ਰਹੀ ਹੈ ਤੂੰ, 50 ਲੱਖ ਰੁਪਏ, ਉਹ ਵੀ ਆਪਣੇ ਘਰ? ਹਾਂਜੀ ਵੀਰ ਜੀ। ਸੱਚੀ ਕਹਿਣੀ ਹੈ? ਹਾਂਜੀ। ਅੱਛਾ, ਪੜ ਜਾ। 50 ਲੱਖ ਰੱਖੇ ਫਿਰਦੇ ਉਹਨੇ, ਤੂੰ ਦੇਖ ਫਿਰ ਛੇਤੀ ਕਰ, ਬਸ ਨਿਕਲ ਜਾਣੀ ਹੈ। ਇੱਕ ਮਿੰਟ, ਘਰੋਂ ਨਿਕਲੇ ਨਹੀਂ ਜੋਗੇ ਦਾ ਫੋਨ। ਭਈਆ ਚੰਗੀ ਗੱਲ ਹੈ, ਘਰੇ ਤੂੰ 50 ਲੱਖ ਰੁਪਏ ਰੱਖੀ ਫਿਰਦਾ ਤੇ ਮੈਨੂੰ ਕਹਿੰਦਾ ਪੈਸੇ ਨਹੀਂ ਹੈਗੇ ਘਰੇ? ਪੈਸੇ? ਇਹਨੂੰ ਤੂੰ ਦੱਸਿਆ? ਨਹੀਂ ਦੱਸਿਆ। ਉਹਨੂੰ ਛੱਡ, ਤੂੰ ਕੰਮ ਦੀ ਗੱਲ ਕਰ। ਪੈਸੇ ਚਾਹੀਦੇ ਆ ਮੈਨੂੰ, ਇਹ ਦੱਸੋ ਕਦੋਂ ਦੇਣੇ ਆ? ਦੇਣੇ ਵੀ ਹੈ ਕਿ ਨਹੀਂ? ਉਹ ਕੋਈ ਪੈਸੇ ਨਹੀਂ ਦੇਣੇ ਮੈਂ। ਫਿਰ ਮੈਂ ਕਿਹਦੇ ਕੋਲੋਂ ਮੰਗਾ ਪੈਸੇ? ਉਹ ਚੋਰੀ ਕਰ, ਡਾਕਾ ਮਾਰ, ਤੇਰਾ ਵਕੀਲ ਮੈਂ ਅਰੇਂਜ ਕਰਾ ਦੂੰ। ਤੁਸੀਂ ਚੋਗੇ ਨੂੰ ਇੰਨਾ ਵੀ ਤੰਗ ਨਹੀਂ ਕਿਹਾ ਕਰੋ ਕਿ ਉਹ ਸੱਚਮੁੱਚ ਚੋਰੀ ਨਾ ਕਰ ਲਵੇ। ਉਹ ਕੁਝ ਨਹੀਂ ਕਰਨਾ ਉਹਨੇ, ਪਤਾ ਹੈ ਮੈਨੂੰ। ਚੱਲ ਚੱਲੀਏ, ਲੇਟ ਹੁੰਦੇ ਪਏ ਆ। ਚੋਰੀ ਕਰ, ਡਾਕਾ ਮਾਰ, ਛਦਾਈਆਂ ਮੈਂ ਉੱਥੇ। ਚੋਰੀ ਕਰ ਹੈ, ਨਾਲੇ ਜੇ ਘਰੇ 50 ਲੱਖ ਆਪਣੇ ਹੀ ਪਏ ਆ, ਹੋਰ ਕਿਤੇ ਚੋਰੀ ਕਾਹਤੋਂ ਕਰਨੀ ਆ? ਹੀਰੇ ਅੱਖ ਦੀ ਵੇ ਜੋਗੀਆ ਵੇ ਝੂਠ ਬੋਲੇ। ਵੇਖੀ ਵੀਰਾ, ਹੀਰ ਦੀਆਂ ਫੋਟੋਆਂ ਵੇਖ ਵੇਖ ਗਾਣੇ ਗਾਈ ਜਾਂਦਾ, ਜੇ ਕਹੇ ਤਾਂ ਚੱਕਰੀ ਹੈ ਲਵਲੀ ਨੂੰ ਸ਼ਹਿਰ ਤੋਂ। ਉਹ ਨਾ ਨਾ ਬਾਈ ਜੀ, ਜੇ ਇਹੀ ਸਭ ਕੁਝ ਕਰਨਾ ਹੁੰਦਾ ਤਾਂ ਮੈਂ ਲਵਲੀ ਨੂੰ ਜਾਣ ਹੀ ਨਹੀਂ ਦੇਣਾ ਸੀ। ਮੈਂ ਤਾਂ ਚਾਹੁੰਦਾ ਕਿ ਲਵਲੀ ਜਦੋਂ ਸੋਹਣੀ ਜਿਹੀ ਸਮਾਈਲ ਦੇ ਨਾਲ ਪਿੰਡ 'ਚ ਆਵੇ ਤਾਂ ਮੈਂ ਉਹਨੂੰ ਸਾਹਮਣੇ ਬਿਠਾ ਕੇ ਆਪਣੇ ਵਿਆਹ ਬਾਰੇ ਦੱਸਾਂ ਤੇ ਉਹ ਸੋਹਣੀ ਜਿਹੀ ਸਮਾਈਲ ਲਵਲੀ ਮੇਰੀ ਜ਼ਿੰਦਗੀ ਜਾ ਜੇ ਬਸ। ਵੇਖੀ ਵੀਰਾ, ਇੰਨਾ ਦਿਲ ਨਾ ਲਾ ਬੈਠੀ ਕਿ ਉਹ ਦਿਲ ਹੀ ਤੋੜ ਦੇਵੇ। ਬਾਕੀ ਕੁੜੀ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਤੇਰੀ ਅੱਖ 'ਚ ਹੰਝੂ ਨਹੀਂ ਵੇਖ ਸਕਦਾ। ਓਹੋ ਬਾਈ ਜੀ, ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ ਹੋ। ਇਹ ਜਿਹੜਾ ਇਸ਼ਕ ਹੁੰਦਾ ਹੈ ਨਾ, ਇਹ ਤਾਂ ਬਸ ਸਬਰ ਦਾ ਮੁਹਤਾਜ ਹੁੰਦਾ। ਔਰ ਇਹ ਕਹਿਣਾ ਹੈ ਸੰਤ ਬਾਬਾ ਹੈਪੀ ਸਿੰਘ ਜੀ ਦਾ। ਠੀਕ ਹੈ ਵੀਰਾ, ਤੂੰ ਕਰ ਹੀਰ ਨੂੰ ਯਾਦ ਤੇ ਗਾ ਗਾਣੇ, ਆਪਾਂ ਚੱਲਦੇ ਹਾਂ। ਮੇਰੀ ਸੁਣ ਗੱਲ, ਰੰਧਾਵਾ ਸਾਹਮਣੇ ਤਾਂ ਮੰਨਣਾ ਨਹੀਂ, ਤੂੰ ਨਾ ਭਾਬੀ ਜੀ ਨੂੰ ਕਨਵਿੰਸ ਕਰੀ। ਕੀ ਕਰਨਾ? ਕਨਵਿੰਸ। ਵੈਰੀ ਗੁੱਡ। ਇਹ ਕਰਨਾ ਕਿ ਉਹ ਪਿੰਡ ਛੱਡ ਕੇ ਸ਼ਹਿਰ ਆ ਕੇ ਰਹਿਣ। ਪਤਾ ਹੀ ਗੱਲ ਹੈ, ਜੇ ਉਹ ਨਾ ਆਏ ਨਾ, ਸਾਡਾ ਤਾਂ ਸਾਰਾ ਖਰਚਾ ਇੰਨੇ 'ਚ ਲੰਘ ਜਾਣਾ ਪਿੰਡ ਦੇ ਆਉਣ ਜਾਣ ਦੇ ਚੱਕਰਾਂ ਵਿੱਚ। ਹਾਂ ਹਾਂ, ਸਮਝ ਗਈ ਹਾਂ। ਵੈਰੀ ਗੁੱਡ। ਪੈਟਰੋਲ ਦੇ ਭਾਅ ਵਧੀ ਜਾਂਦੇ ਨੇ, ਤੁਹਾਨੂੰ ਪਤਾ ਹੀ ਹੈ। ਪਤਾ ਮੈਨੂੰ ਪੈਟਰੋਲ ਦਾ ਤੇ ਤੇਰਾ ਵੀ। ਬੈਠੋ ਬੈਠੋ। ਭਾਬੀ ਜੀ ਕਿੱਥੇ ਨੇ? ਭਾਬੀ ਜੀ ਕਿਚਨ ਚ ਬਿਜੀ ਨੇ। ਮੈਂ ਉਹਨਾਂ ਦੀ ਹੈਲਪ ਕਰ ਦੇਣੀ ਆ। ਰੰਧਾਵਾ ਸਾਹਿਬ, ਮੇਰੀ ਗੱਲ ਮੰਨੋ ਤੇ ਤੁਸੀਂ ਵੀ ਸ਼ਹਿਰ ਆ ਕੇ ਰਹੋ। ਜਿਹੜਾ ਤੁਹਾਡਾ ਖਰਚਾ ਕੰਪਨੀ ਕਰਦੀ ਹੈ ਨਾ ਆਉਣ ਜਾਣ ਦੇ ਚੱਕਰਾਂ ਵਿੱਚ, ਉਹ ਬਚੇਗਾ, ਇੱਕ ਗੋਟੀ ਹੋਰ ਖੜੀ ਹੋ ਜਾਊ। ਗੱਲ ਸੁਣ ਮੇਰੀ ਕਰਮਵੀਰ ਸਿੰਘ, ਜੇ ਤੂੰ ਇਹ ਸ਼ਹਿਰ ਜਾ ਕੇ ਰਹਿਣ ਵਾਲਾ ਘਟੀਆ ਗਾਣਾ ਮੇਰੀ ਜਨਾਨੀ ਦੇ ਸਾਹਮਣੇ ਗਾਇਆ ਨਾ, ਤੇ ਕੰਪਨੀ ਦਾ ਤੇ ਪਤਾ ਨਹੀਂ ਜਿਹੜਾ ਖਰਚਾ ਘੱਟ ਹੋਣਾ ਕਿ ਨਹੀਂ ਹੋਣਾ, ਪਰ ਕੰਪਨੀ ਵੱਲੋਂ ਜਿਹੜਾ ਤੈਨੂੰ ਖਰਚ ਪਾਣੀ ਮਿਲਦਾ ਨਾ, ਉਹਦੇ ਤੇ ਮੈਂ ਵੱਡਾ ਕਾਂਟਾ ਮਾਰ ਦਿੰਦਾ। ਸਮਝੇ? ਸਮਝ ਗਿਆ ਜੀ। ਸਮਝ ਗਿਆ। ਤੇਰੀ ਸਮਝਦਾਰੀ ਛੋਟੀ ਹੈ, ਇਹਨੂੰ ਵੱਡਿਆ ਕਰ। ਨਾਲੇ ਇੱਕ ਮੇਰੀ ਗੱਲ ਹੋਰ ਸੁਣ, ਇਹ ਜਨਾਨੀ ਤੇਰੀ ਜਿਹੜੀ ਆ ਕਸੂਤੇ ਜੇ ਕੱਪੜੇ ਪਾ ਕੇ ਵੱਖਰੇ ਰੰਗ ਦਾ ਖਰਬੂਜਾ ਬਣੀ ਰਹਿੰਦੀ ਹੈ ਨਾ,
ਉਹ ਨਾ ਹੋਵੇ ਮੇਰੇ ਘਰ ਦੇ ਖਰਬੂਜੇ ਤੇ ਵੀ ਆਪਣਾ ਰੰਗ ਚਾੜ ਦੇਵੇ। ਰੰਧਾਵਾ ਸਾਹਿਬ ਫੈਸ਼ਨ ਅੱਜ ਕੱਲ ਦੇ ਜਾ ਦੋ ਤੁਸੀਂ ਵੀ ਨਾ। ਉਹ ਸਤਿ ਸ਼੍ਰੀ ਅਕਾਲ ਭਾਬੀ ਜੀ, ਸਤਿ ਸ਼੍ਰੀ ਅਕਾਲ। ਗਰਮ ਗਰਮ ਚਾਹ ਪੀਓ। ਕੀ ਬਾਤ ਹੈ, ਕੀ ਬਾਤ ਹੈ। ਲਵਲੀ ਭਾਬੀ ਜੀ, ਤੁਸੀਂ ਕੱਲ ਇਸ ਪਿੰਡ ਵਿੱਚ ਰਹਿੰਦੇ ਹੋ, ਇਸ ਸ਼ਹਿਰ ਵਿੱਚ ਇੰਨੀ ਵੱਡੀ ਕੋਠੀ ਹੈ, ਨਾਲੇ ਅਸੀਂ ਵੀ ਤਾਂ ਉੱਥੇ ਹੀ ਆ, ਤੁਸੀਂ ਸ਼ਹਿਰ ਕਿਉਂ ਨਹੀਂ ਆ ਜਾਂਦੇ ਹੋ? ਬਲਕਿ ਕਰਨ ਜੀ ਵੀ ਮੈਨੂੰ ਇਹੀ ਗੱਲ ਕਹਿ ਰਹੇ ਸੀ ਕਿ ਰੰਧਾਵੇ ਜੀ ਤੇ ਉਹਨਾਂ ਦੀ ਵਾਈਫ ਨੂੰ ਸ਼ਹਿਰ ਵਿੱਚ ਆ ਕੇ ਰਹਿਣਾ ਚਾਹੀਦਾ ਹੈ। ਲਓ ਜੀ, ਆ ਸੁਣ ਲਿਆ? ਮੈਂ ਤਾਂ ਇਹਨਾਂ ਨੂੰ ਸਮਝਾ ਸਮਝਾ ਕੇ ਥੱਕ ਗਈ ਹਾਂ ਕਿ ਮੈਂ ਵੀ ਸ਼ਹਿਰ 'ਚ ਰਹਿਣਾ ਚਾਹੁੰਦੀ ਹਾਂ। ਵਿਆਹ ਤੋਂ ਪਹਿਲਾਂ ਆਪ ਤਾਂ ਸ਼ਹਿਰ 'ਚ ਰਹਿੰਦੇ ਸੀ, ਪਰ ਸਾਨੂੰ ਦੇਖੋ, ਅਸੀਂ ਤਾਂ ਵੀ ਹੁਣ ਇੱਥੇ ਹੀ ਜੰਮੇ ਹਾਂ, ਅਤੇ ਹਾਏ ਓਏ, ਹੁਣ ਪਿੰਡ ਜੋਗੀ ਰਹਿ ਜਾਣਾ। ਚੰਗਾ ਰੰਧਾਵਾ ਸਾਹਿਬ, ਚਾਹ ਬਹੁਤ ਸਵਾਦ ਸੀ, ਫੇਰ ਮਿਲਾਂਗੇ। ਤਾਂ ਚਲੀਏ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਜਲਦੀ ਸ਼ਹਿਰ ਆਇਓ। ਆ ਦੇਖ ਲਿਆ, ਹੁਣ ਤਾਂ ਬਾਹਰ ਵਾਲੇ ਵੀ ਮੇਰੇ ਸ਼ਹਿਰ ਜਾਣ ਦਾ ਦੁੱਖ ਸਮਝਣ ਲੱਗ ਪਏ ਆ। ਆ ਆਪਣੇ ਹੀ ਆ ਜਿਹੜੇ ਹਾਲੇ ਤੱਕ ਨਾ ਕਲੇਜੇ ਦੇ ਸੱਪ ਬਣ ਕੇ ਬੈਠੇ ਆ, ਮੇਰੇ ਸੁਪਨੇ ਨਹੀਂ ਪੂਰੇ ਹੋਣ ਦਿੰਦੇ। ਇਹ ਕੀ ਪੰਗਾ ਪਾ ਕੇ ਚਲਾ ਗਿਆ? ਜੇ ਮੈਂ ਹੁਣ ਲਵਲੀ ਨੂੰ ਸ਼ਹਿਰ ਲੈ ਕੇ ਨਾ ਗਿਆ, ਇਹਨੇ ਨਾ ਮੈਨੂੰ ਜੀਣ ਦੇਣਾ, ਨਾ ਆਪਣੇ ਆਪ ਨੂੰ। ਹੁਣ ਤਾਂ ਜੀਓ ਅਤੇ ਜੀਣ ਦਿਓ ਦੇ ਸਿਧਾਂਤ 'ਤੇ ਹੀ ਕੰਮ ਕਰਨਾ ਪੈਣਾ। ਲਵਲੀ, ਜਾ ਜੀ ਲੈ ਆਪਣੀ ਜ਼ਿੰਦਗੀ। ਵੈਸੇ ਤਾਂ ਗੱਲ ਸੁਣਨੀ ਨਹੀਂ, ਸੁਣੀ ਵੀ ਤਾਂ ਉੱਥੇ ਜਿੱਥੇ ਬੋਲਣੀ ਨਹੀਂ ਸੀ। ਕੀ ਮਤਲਬ? ਲਓ ਵੀਰ ਜੀ, ਮੂੰਹ ਮਿੱਠਾ ਕਰੋ। ਮਿੱਠਾ ਕਿਸ ਖੁਸ਼ੀ 'ਚ? ਵੀਰ ਜੀ, ਚੋਰੀ ਹੋ ਗਈ ਹੈ। ਚੋਰੀ? ਤੈਨੂੰ ਕਿਹਾ ਸੀ ਬਸ 'ਚ ਨਾ ਬੋਲ, 50 ਲੱਖ 50 ਲੱਖ ਹੋ ਗਈ ਨਾ ਚੋਰੀ। ਵੀਰ ਜੀ, ਮੇਰੀ ਗੱਲ ਤੇ ਸੁਣੋ, ਚੋਰੀ ਸਾਡੇ ਘਰ ਨਹੀਂ, ਗਵਾਂਢੀਆਂ ਦੇ ਘਰ ਹੋਈ ਹੈ। ਐਲੋ ਫੜੋ ਮਿੱਠਾ ਤੇ ਦੋ ਇਹਨਾਂ ਦੇ ਸਵਾਲਾਂ ਦੇ ਜਵਾਬ। ਚਲੋ, ਹੋਇਆ ਤਾਂ ਮਾੜਾ ਹੀ ਹੈ, ਪਰ ਚਲੋ, ਪਰ ਮਿਠਾਈ ਕਿਸ ਖੁਸ਼ੀ ਵਿੱਚ? ਜੋਗਾ ਇਲੈਕਟ੍ਰੋਨਿਕਸ ਖੁੱਲਣ ਦੀ ਖੁਸ਼ੀ ਦੇ ਵਿੱਚ ਯਾਰ, ਹੋ ਰਹੀ ਹੁਣ ਵਿਹਲਣ ਜੋਗੇ ਨਹੀਂ ਰਹੇ ਹੈਗੇ, ਬਿਜ਼ਨਸ ਮੈਨ ਬਣ ਗਏ, ਸਮਝੇ? ਐ ਮੂੰਹ ਤੇ ਬਿਜ਼ਨਸ ਮੈਨ, ਤੈਨੂੰ ਪੈਸਾ ਮੈਂ ਦਿੰਦਾ ਨਹੀਂ, ਪਰ ਤੂੰ ਕਮਲਾ ਕਿਉਂ ਆਇਆ ਫਿਰਦਾ ਹੈ? ਤੈਨੂੰ ਕੌਣ ਦੇ ਗਿਆ ਪੈਸੇ? ਤੁਸੀਂ ਮੈਨੂੰ ਪੈਸੇ ਤਾਂ ਦੇਣੇ ਨਹੀਂ ਸੀਗੇ, ਪਰ ਜ਼ਿੰਦਗੀ ਵਿੱਚ ਇੱਕ ਚੱਜ ਦੀ ਸਲਾਹ ਜ਼ਰੂਰ ਦੇਤੀ ਆਪਣੇ ਛੋਟੇ ਵੀਰ ਨੂੰ ਘਰ ਵਿੱਚ ਚੋਰੀ ਕਰਨ ਦੀ, ਤੇ ਹੁਣ ਮਿੱਤਰ ਨੇ ਆਪਣੇ ਹੀ ਘਰ ਵਿੱਚ ਹਿੱਕ ਦੀ ਜ਼ੋਰ ਤੇ ਚੋਰੀ ਕਰਕੇ ਬਿਜ਼ਨਸ ਖੋਲਿਆ। ਬਿਰੇ ਬਿਜ਼ਨਸ ਬ੍ਰਾ, ਅਮੀ ਤੂੰ ਬਾਹਰ ਜਾ, ਉਹ ਦੇਖੀ ਜਾ ਹੁਣ ਨਜ਼ਾਰੇ ਲੁੱਟਦੇ। ਜੋਗਾ ਇਲੈਕਟ੍ਰੋਨਿਕਸ ਵੀਰੇ, ਫਿਰ ਮੈਂ ਮੁੜਦੇ ਇੰਜ ਨਾ ਕਰ। ਨਾ ਨਾ, ਜਮਾ ਹੀ ਨਹੀਂ, ਪੱਕੀ ਗੱਲ ਹੈ? ਉਹ ਸਵਾਲ ਹੀ ਨਹੀਂ ਉੱਠਦਾ, ਦਫਾ ਹੋ ਇਸ ਘਰ ਤੋਂ। ਤੁਹਾਡਾ ਛੋਟਾ ਵੀਰ ਹਾਂ, ਤੁਹਾਡੀ ਸੋਚ ਦੇ ਮੁਤਾਬਿਕ ਅਸੀਂ ਪਹਿਲਾਂ ਹੀ ਪਲੈਨਿੰਗ ਸੈੱਟ ਕੀਤੀ ਹੋਈ ਹੈ। 50 ਲੱਖ ਦੇ ਵਿੱਚੋਂ ਅਸੀਂ ਆਪਣੇ ਫਲੈਟ ਦਾ ਰੈਂਟ ਵੀ ਕੱਢ ਲਿਆ ਤੇ ਗੱਡੀ ਵੀ ਲੈ ਲਈ ਆਪਾਂ। ਪੈਂ ਪੈਂ, ਤੁਸੀਂ ਲਓ ਨਜ਼ਾਰੇ ਆਪਣੇ ਘਰ ਦੇ। ਬਾਵਜੂਦ ਵੀ ਜਿਹੜਾ ਮੁੰਡਾ ਤੈਨੂੰ ਚਾਹੁੰਦਾ ਹੈ, ਕੋਈ ਗੱਲ ਤਾਂ ਹੈ ਉਹਦੇ ਚ? ਕਿਹਦਾ ਮੁੰਡਾ? ਜੀ, ਉਹ ਰੰਧਾਵੇ ਦਾ ਮੁੰਡਾ ਵੀਰ ਜੀ। ਉਹ ਜਿਹੜਾ ਗੋਬਿੰਦ ਵੈਲੀ 'ਚ ਰਹਿੰਦਾ ਹੈ? ਜੀ ਵੀਰ ਜੀ। ਅੱਛਾ, ਆਪਣੇ ਵੀਰ ਨਾਲ ਹੀ ਮਿਲਾਏਂਗੇ ਫਿਰ ਉਸ ਮੁੰਡੇ ਨੂੰ? ਮੈਂ ਕੱਲ੍ਹ ਘਰ ਬੁਲਾ ਲਵਾਂ।
ਤੈਂ ਉਹਦੇ ਘਰੇ ਜਾਣਾ, ਉਹਨੇ ਸਾਡੇ ਘਰੇ ਨਹੀਂ ਆਉਣਾ। ਕਹਿ ਦੀ ਉਹਨੂੰ ਕਿ ਕੱਲ੍ਹ ਆ ਰਿਹਾ ਉਹਦੇ ਘਰੇ ਮੈਂ। ਓਏ ਕਿੱਥੇ ਰੰਧਾਵੇ ਦਾ ਮੁੰਡਾ? ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ। ਹਰਗੁਣ ਦਾ ਭਰਾ ਰਾਜਵੀਰ ਭਾਅ ਜੀ? ਕੀ ਗੱਲ, ਸ਼ੱਕ ਆ ਕੋਈ? ਨਹੀਂ ਨਹੀਂ ਭਾਅ ਜੀ, ਪੈਰੀ ਬੰਨਿਆ ਭਾਅ ਜੀ। ਤੂੰ ਰੰਧਾਵੇ ਦਾ ਮੁੰਡਾ? ਹਾਂਜੀ ਹਾਂਜੀ ਭਾਅ ਜੀ, ਇਹ ਰੰਧਾਵਾ ਸਾਹਿਬ ਦਾ ਮੁੰਡਾ। ਪੱਕੀ ਗੱਲ ਓਏ? ਹਾਂਜੀ, ਆਪਣੀ ਕੋਠੀ 'ਚ ਤਾਂ ਖੜਾ ਇਹ, ਉਹ ਇਹੀ ਆ ਰੰਧਾਵੇ ਦਾ ਮੁੰਡਾ। ਤੂੰ ਮੇਰੀ ਭੈਣ ਨੂੰ ਪਿਆਰ ਕਰਦਾ ਓਏ? ਹਾਂਜੀ ਭਾਅ ਜੀ। ਤੈਨੂੰ ਮੇਰੇ ਬਾਰੇ ਪਤਾ? ਭਾਅ ਜੀ ਪਤਾ ਤਾਂ ਹੈ, ਪਰ ਕੀ ਕਰੀਏ, ਪਿਆਰ 'ਚ ਬੰਦਾ ਡਰ ਡੁਰ ਸਭ ਭੁੱਲ ਜਾਂਦਾ। ਚੱਲ ਬੁਲਾ ਆਪਣੇ ਪਿਓ ਨੂੰ ਫਿਰ। ਪਿਓ ਨੂੰ? ਪਿਓ ਨੂੰ ਕਿਉਂ ਭਾਅ ਜੀ? ਕੀ ਗੱਲ, ਰਿਸ਼ਤੇ ਦੀ ਗੱਲ ਨਹੀਂ ਕਰਨੀ ਤੇਰੇ ਨਾਲ? ਉਹ ਮੇਰੇ ਪਿਓ ਨੂੰ ਨਹੀਂ ਮੰਨਣਾ ਜੇ, ਉਹ ਤੇ ਮੇਰਾ ਵਿਆਹ ਕਿਸੇ ਵੱਡੇ ਖਾਨਦਾਨ ਦੇ ਕਰਵਾਉਣ ਚੱਕਰ 'ਚ ਹੈ। ਤੁਸੀਂ ਭੁੱਖੇ ਨੰਗੇ ਹੋਏ? ਨਹੀਂ ਭਾਅ ਜੀ, ਤੁਸੀਂ ਭੁੱਖੇ ਨੰਗੇ ਨਹੀਂ, ਤੁਸੀਂ ਤਾਂ ਬਹੁਤ ਰੱਜੇ ਖਾਨਦਾਨ ਦੇ ਹੋ। ਤੁਸੀਂ ਭਾਅ ਜੀ ਮੇਰੀ ਗੱਲ ਮੰਨੋ, ਇੱਕ ਹਫ਼ਤੇ ਦੇ ਅੰਦਰ ਮੇਰਾ ਤੇ ਹਰਗੁਣ ਦਾ ਵਿਆਹ ਪੱਕਾ ਕਰ ਦਿਓ, ਫਿਰ ਮੇਰੇ ਬਾਪੂ ਨੇ ਆਪਣਾ ਮੰਨਣਾ ਦੇਖੀਓ। ਉਹ ਮਨਾ ਤਾਂ ਤੇਰੇ ਪਿਓ ਨੂੰ ਮੈਂ ਆਪੇ ਲਊਂ, ਵੱਡੇ ਵੱਡੇ ਮਨਾਏ ਮੈਂ। ਹਾਂ ਭਾਅ ਜੀ, ਬਸ ਇਹੀ ਇਹੀ ਇੱਕ ਛੋਟੀ ਜਿਹੀ ਉਮੀਦ ਲੈ ਕੇ ਨਾ ਮੈਂ ਸਾਰੀ ਗੇਮ ਮੈਂ ਸਭ ਕੁਛ ਕਰ ਰਿਹਾ, ਕਿਉਂਕਿ ਬਾਪੂ ਵੀ ਮੰਨੂਗਾ ਤੇ ਤੁਸੀਂ ਵੀ ਮੰਨੋਗੇ। ਕੀ ਮਤਲਬ? ਮੇਰਾ ਮਤਲਬ ਹੈ ਸਾਰੇ ਮੰਨੋਗੇ ਵਿਆਹ ਤੋਂ ਬਾਅਦ। ਤੁਸੀਂ ਬਸ ਭਾਅ ਜੀ ਜਲਦੀ ਤੋਂ ਜਲਦੀ ਵਿਆਹ ਪੱਕਾ ਕਰੋ ਤੇ ਵਿਆਹ ਦੀਆਂ ਤਿਆਰੀਆਂ ਕਰਾਓ। ਚੱਲ 10 ਦਿਨ ਬਾਅਦ ਫਿਰ ਤਿਆਰ ਰਹੀ। ਚੱਲ ਬਈ, ਠੀਕ ਆ? ਹਾਂਜੀ ਭਾਅ ਜੀ, ਪੱਕਾ ਭਾਅ ਜੀ? ਉਹ ਭਾਅ ਜੀ ਪੈਰੀ ਪੈਣਿਆ ਭਾਅ ਜੀ। ਚੱਲ ਚੰਗਾ ਫਿਰ। ਪੱਕਾ ਭਾਅ ਜੀ? ਵਾਜੇ ਵੱਜਣਗੇ, ਵਾਜੇ ਚੰਗਾ ਫਿਰ ਵੱਜਣਗੇ ਹੁਣ ਵਾਜੇ। ਮਾਰਕਾ ਮੰਨੂ ਭਾਈ। ਹੈਲੋ। ਉਹ ਹੈਲੋ ਦਿਆ ਲੱਗਦੇ ਆ, ਗੱਲ ਸੁਣ ਮੇਰੀ, ਮੈਂ ਸ਼ਹਿਰ ਆ ਰਿਹਾ। ਸ਼ਹਿਰ ਸਿਰ ਸਿਰ ਮਜ਼ਾਕ ਕਰੀ ਜਾਂਦੇ ਹੋ? ਤੇਰੀ ਜਨਾਨੀ ਮੇਰੀ ਲਵਲੀ ਦੇ ਦਿਮਾਗ 'ਚ ਜਿਹੜਾ ਸ਼ਹਿਰ ਜਾ ਕੇ ਰਹਿਣ ਦਾ ਕੀੜਾ ਪਾ ਕੇ ਗਈ ਹੈ ਨਾ, ਉਹਦਾ ਇਲਾਜ ਕਰਵਾਉਣ ਲਈ ਆ ਰਿਹਾ। ਉਹ ਪੰਮੀ ਤੁਹਾਨੂੰ ਪਤਾ ਹੀ ਹੈ, ਬੜੀ ਪਾਗਲ ਜੀ ਹੈਗੀ ਹੈ, ਛੱਡੋ ਉਹਨੂੰ। ਉਹ ਚੱਲ ਚੱਲ, ਬਹੁਤੀਆਂ ਸਫਾਈਆਂ ਨੇ ਦੇ, ਬੁੱਢੀ ਦੇ ਥੱਲੇ ਲੱਗਾ ਮਾਮਾ ਤੂੰ। ਆਹ ਚੱਲ ਆ ਜੀ, ਕੱਲ੍ਹ ਟਾਈਮ ਨਾਲ ਤਾਂ ਉਹਨੂੰ ਅਮਰੂ ਨੂੰ ਵੀ ਕਹਿ ਦੀ। ਜੋਗੇ ਸਿਆਪਾ ਰਾਤੀ ਪਾਤਾ 50 ਲੱਖ ਲੈ ਗਿਆ, ਉੱਤੋਂ ਪੰਮੀ ਸਿਆਪੇ ਰੰਧਾਵਾ ਸਭ ਕੱਲ੍ਹ ਆਉਂਦੇ ਪਏ ਹੈ, ਚੱਕ ਲਾ ਮੈਨੂੰ। ਭਾਜੀ ਗੋਲੀ ਨਾ ਮਾਰਿਓ, ਭਾਜੀ ਗੋਲੀ ਨਾ ਮਾਰਿਓ, ਫਿਰ ਤਾਂ ਗਲਤੀ ਹੋ ਗਈ ਭਾਜੀ, ਫਿਰ ਤਾਂ ਗਲਤੀ ਹੋ ਗਈ, ਇਹ ਫਿਰ ਸਭ ਹਰਗੁਣ ਕਰਕੇ ਕੀਤਾ, ਹਰਗੁਣ ਕਰਕੇ ਭਾਜੀ। ਤੂੰ ਕੀ ਸੋਚਿਆ ਸੀ, ਰਾਜਵੀਰ ਨਾਲ ਝੂਠ ਬੋਲ ਕੇ ਤੂੰ ਬਚੇਗਾ? ਕਦੇ ਵੀ ਨਹੀਂ। ਮੈਂ ਜਿੰਦਾ ਹੀ ਹਾਂ ਯਾਰ, ਅੱਜ ਉਹ ਤਾਂ ਰਾਜਵੀਰ ਨੇ ਮੇਰਾ ਵਿਆਹ ਹਰਗੁਣ ਨਾਲ ਪੱਕਾ ਕੀਤਾ, ਉਹ ਤਾਂ ਸੁਪਨੇ 'ਚ ਹਰਗੁਣ ਘੱਟ, ਰਾਜਵੀਰ ਭਾਈ ਜ਼ਿਆਦਾ ਹੁੰਦਾ, ਉਹ ਵੀ ਕਾਲੀਆਂ ਰਾਤਾਂ 'ਚ, ਕਾਲੇ ਸੁਪਨਿਆਂ 'ਚ, ਕਾਲੇ ਕੱਪੜੇ ਪਾ ਕੇ, ਕਾਲੀ ਬੰਦੂਕ ਨਾਲ ਗੋਲੀਆਂ ਚਲਾਉਂਦਾ। ਬਾਬਾ ਜੀ ਹਰਗੁਣ ਨੇ ਇੱਕ ਵਾਰੀ ਵਿਆਹ ਕਰਾ ਦਿਓ ਮੇਰਾ, ਹੁਣ ਕੋਈ ਨਵਾਂ ਸਿਆਪਣਾ ਪਾਈਓ ਬਾਬਾ ਜੀ। ਹਾਏ ਓ ਰੱਬਾ, ਪੈ ਗਿਆ ਸਿਆਪਾ, ਹੁਣ ਵੱਜੂ ਅਮਰੂ ਦਾ ਡਮਰੂ। ਉਹ ਕੌਣ ਵਜਾਊ ਤੇਰਾ ਡਮਰੂ, ਕੱਲ ਹੀ ਹੋਈ ਜਾਂਦਾ। ਹੁਣ ਜੋ ਤੈਨੂੰ ਮੈਂ ਦੱਸਣਾ ਸੁਣ ਕੇ ਤੂੰ ਵੀ ਰੋਵੇਂਗਾ। ਉਹ ਕਮਲੀਆਂ ਗੱਲਾਂ ਨਾ ਕਰ, ਸਾਫ਼ ਸਾਫ਼ ਦੱਸ ਗੱਲ ਕੀ ਹੈ। ਤੇਰਾ ਪਿਓ ਕੱਲ੍ਹ ਸ਼ਹਿਰ ਆ ਰਿਹਾ। ਓਏ ਮੇਰੇ ਪਿਓ ਨੂੰ ਮਰੇ ਨਾ ਕਈ ਸਾਲ ਹੋ ਗਏ ਆ। ਓਏ ਉਹ ਨਹੀਂ, ਤੇਰਾ ਨਕਲੀ ਪਿਓ ਰੰਧਾਵਾ ਕੱਲ ਸ਼ਹਿਰ ਆ ਰਿਹਾ। ਰੰਧਾਵਾ ਸ਼ਹਿਰ ਆ ਰਿਹਾ? ਹਾਂ ਕੱਲ ਰੰਧਾਵਾ, ਉਹ ਹੀ ਜੋ ਤੂੰ ਸੁਣ ਰਿਹਾ। ਉਹ ਹੁਣ ਮੈਂ ਕੀ ਕਰੂੰ? ਹੁਣ ਤਾਂ ਇੱਕੋ ਤਰੀਕਾ, ਮੇਰੀ ਇੱਕ ਗੱਲ ਮੰਨ, ਥੋੜੇ ਦਿਨ ਸਾਈਡ ਤੇ ਹੋ ਜਾ। ਤੇਰਾ ਮਤਲਬ ਹੈ ਲੁਕ ਜਾਵਾਂ? ਹਾਂ ਹਾਂ ਲੁਕ ਜਾ, ਕਿਉਂਕਿ ਰੰਧਾਵੇ ਨੇ ਜ਼ਿਆਦਾ ਦਿਨ ਸ਼ਹਿਰ ਨਹੀਂ ਟਿਕਣਾ। ਵਾਹ ਬਾਬਾ ਜੀ, ਪਹਿਲੇ ਕਿ ਜਮਦੂਤ ਰਾਜਵੀਰ ਮਗਰ ਲੱਗਾ ਸੀ, ਹੁਣ ਰੰਧਾਵਾ ਵੀ ਆ ਗਿਆ। ਲੈ ਵੀ ਮੰਨੂ ਪੁੱਤ, ਲਾ ਕੋਈ ਜੁਗਾੜ ਲੁਕਣ ਦਾ, ਚੱਲ ਚੰਗਾ ਮੈਂ ਚੱਲਦਾ। ਠੀਕ ਆ, ਜਿਵੇਂ ਰੰਧਾਵਾ ਪਿੰਡ ਮੁੜੇ ਦਾ ਮੈਨੂੰ ਫੋਨ ਕਰਕੇ ਦੱਸ। ਚੰਗਾ ਮੈਂ ਕਰਦਾ ਫੋਨ। ਚੱਲ ਚੰਗਾ ਚੰਗਾ।
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ। ਆ ਜਾ ਵੀ ਜੱਟੀਏ ਮਜਾਜਾਂ ਪੱਟੀਏ, ਮੈਂ ਵੀ ਰੱਬ ਸੱਚਾ ਕਰੇ ਖੈਰ ਲੈਣ ਦਾ ਤੈਨੂੰ ਰੰਧਾਵੇ ਨੇ ਸ਼ਹਿਰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ। ਸਤਿ ਸ੍ਰੀ ਅਕਾਲ, ਬੜੇ ਫੁੱਲ ਫਲ ਚੁੱਕੇ ਆ ਵੀ, ਇਹ ਉਹ ਦੂਜਿਆਂ ਕੇ ਪਲਾਸਟਿਕ ਦੇ ਆ? ਤੁਹਾਡੇ ਆਪਣੇ ਬਾਗਾਂ ਦੀ ਹੈ ਜੀ, ਤੁਹਾਨੂੰ ਇੱਥੇ ਦੇਖ ਕੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ। ਸਭ ਜਾਣਦਾ ਮੈਂ ਜਿਹੜਾ ਤੇਰਾ ਵੱਖੀਆਂ ਥਾਣੀ ਹਾਸਾ ਨਿਕਲਦਾ ਹੈ ਨਾ। ਉਹ ਤੁਸੀਂ ਆਉਂਦੇ ਸ਼ੁਰੂ ਹੋ ਗਏ ਹੋ, ਪਹਿਲਾਂ ਅੰਦਰ ਚੱਲੋ ਫਿਰ ਗੱਲਾਂ ਕਰ ਲਿਓ ਜਿਹੜੀਆਂ। ਉਹ ਚਲੇ ਜਾਂਦੇ ਆ ਬੰਦਿਆਂ ਨੂੰ ਤਾਂ ਮਿਲ ਲਈਏ, ਹੋਰ ਹੋਏ ਅਮਰੂ ਪੈਰੀ ਪੈਰੇ ਰੰਧਾਵਾ ਸਾਹਿਬ ਜੀ। ਓਏ ਤੂੰ ਉਰੇ ਆਖਾਂ, ਓਏ ਤੂੰ ਆ ਕੀ ਕੱਛਾ ਮੰਨਾ ਜਾਂ ਕਢਾ ਕੇ ਬਣਿਆ ਡਮਰੂ, ਖਿਆਲ ਰੱਖੀ ਤੈਨੂੰ ਕੋਈ ਵਜਾ ਨਾ ਦੇਵੇ। ਉਹ ਜੀ ਤੁਹਾਡੇ ਆਪਣੇ ਕੋਲ ਹੀ ਤਾਂ ਹੈਗਾ, ਜਦੋਂ ਮਰਜ਼ੀ ਜਾਈ ਜਾਓ। ਇਹ ਤਾਂ ਤੇ ਮੈਨੂੰ ਪਤਾ ਨਹੀਂ, ਪਰ ਤੂੰ ਜਿਹੜੀ ਕੜੀ ਪਿੰਡ ਘੋਲ ਕੇ ਆਇਆ ਨਾ, ਤੇਰੇ ਵਾਲਾ ਡਬਰੂ ਮੈਂ ਜ਼ਰੂਰ ਵਜਾਉਂ, ਤੇ ਵਜਾਉਂ ਵੀ ਐਸਾ ਬਈ ਮੁੜ ਕੇ ਵੱਜਣ ਜੋਗਾ ਨਹੀਂ ਰਹੇਗਾ। ਅੰਦਰ ਚੱਲੋ ਪਹਿਲਾਂ। ਓ ਚਲੋ ਬਈ ਚੱਲਦੇ ਆਂ ਅੰਦਰ, ਆ ਜਾਓ। ਆ ਜਾ ਬਈ ਡਬਰੂ। ਸਤਿ ਸ੍ਰੀ ਅਕਾਲ। ਆ ਮਨੂ ਬੋਲ, ਕੀ ਕਿਹਾ? 20 ਦਿਨ ਦਿਨ ਥੋੜੇ ਧਿਆਨ ਨਾਲ ਗਿਣ, ਥੋੜਾ ਦੇਖ ਕੇ ਬੋਲੋ, ਘਰ ਦਾ ਹੋਣ ਵਾਲਾ ਜਵਾਈ ਹੈ, ਆਰਾਮ ਨਾਲ। 10 ਦਿਨ ਬਾਅਦ ਤੇਰਾ ਵਿਆਹ ਰੱਖਿਆ ਹੋਇਆ, ਚੱਲ ਠੀਕ ਆ, ਜਿਹੜੇ ਵੀ ਤੇਰੇ ਜ਼ਰੂਰੀ ਕੰਮ ਹੈਗੇ ਆ ਨਾ, ਉਹ ਜਲਦੀ ਖਤਮ ਕਰਕੇ ਵਾਪਸ ਆ। ਪਰ ਇੱਕ ਗੱਲ ਸੋਚ ਲਈ, ਸਭ ਤੋਂ ਜ਼ਰੂਰੀ ਕੰਮ ਤੇਰੀ ਜ਼ਿੰਦਗੀ ਦਾ ਇਹੀ ਆ। ਤੂੰ ਮੈਨੂੰ ਫੋਨ ਬੰਦ ਹੋਣ ਤੋਂ ਬਾਅਦ ਨਹੀਂ ਸਮਝਾ ਸਕਦੀ ਸੀ? ਵੱਡੀ ਸਿਆਣੀ, ਸਮਝਾ ਤਾਂ ਮੈਂ ਵਿਆਹ ਵਾਲੇ ਦਿਨ ਤੋਂ ਹੀ ਰਹੀ ਹਾਂ। ਮਜ਼ਾ ਆ ਗਿਆ ਬਈ, ਮਜ਼ਾ ਵਾਕਿਆ ਬਈ, ਨਵੀਂ ਚੀਜ਼ ਦਾ ਫਿਰ ਆਪਣਾ ਹੀ ਆਨੰਦ ਹੁੰਦਾ। ਕਿਉਂ ਲਵਲੀ ਡਾਰਲਿੰਗ, ਠੀਕ ਕਹਿ ਰਿਹਾ ਨਾ ਮੈਂ? ਹਾਂ, ਕਹਿ ਕਿ ਤੁਸੀਂ ਠੀਕ ਹੀ ਰਹੇ ਹੋ। ਮੈਂ ਦੇਖਦੀ ਪਈ ਹਾਂ, ਜਦੋਂ ਦੇ ਤੁਸੀਂ ਆ ਸ਼ਹਿਰ ਆਏ ਹੋ ਨਾ, ਆ ਨਵੀਆਂ ਚੀਜ਼ਾਂ ਵੱਲ ਕੁਛ ਜ਼ਿਆਦਾ ਧਿਆਨ ਦੇਣ ਲੱਗ ਪਏ ਹੋ। ਓ ਲਵਲੀ ਡਾਰਲਿੰਗ, ਨਵੀਂ ਚੀਜ਼ ਤਾਂ ਫਿਰ ਨਵੀਂ ਹੁੰਦੀ ਹੈ ਨਾ, ਧਰਨਾ ਮੇਰਾ ਜੀ ਕਰਦਾ ਵੀ ਮੈਂ ਕਰਦੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਨਾ ਇੱਕ ਇੱਕ ਕਰਕੇ ਨਾ ਬਦਲ ਦਿਆਂ, ਤੇ ਸਾਰੀਆਂ ਨਵੀਆਂ ਲੈ ਆਵਾਂ, ਨਵੀਆਂ ਨਕੋਰ। ਸਭ ਸਮਝਦੀ ਹਾਂ ਮੈਂ ਜੋ ਤੁਸੀਂ ਸਮਝਾਉਣਾ ਚਾਹੁੰਦੇ ਹੋ। ਸਾਫ਼ ਸਾਫ਼ ਕਿਉਂ ਨਹੀਂ ਕਹਿ ਦਿੰਦੇ, ਆ ਪਿੰਡੋ ਜਿਹੜੀ ਪਿੰਡੂ ਜਨਾਨੀ ਲਿਆਂਦੀ ਹੈ, ਹੁਣ ਇਹ ਤੋਂ ਵੀ ਦਿਲ ਭਰ ਗਿਆ ਤੁਹਾਡਾ? ਹਾਏ ਧਰਮਣਾ, ਤੇਰੀ ਸਮਝੀ ਵਕੇਸ਼ ਨਹੀਂ ਜੀਰੋ। ਉਹ ਜੇ ਪਿੰਡ ਵਾਲੀ ਤੋਂ ਦਿਲ ਭਰ ਗਿਆ ਹੁੰਦਾ, ਇਹਨੂੰ ਸ਼ਹਿਰ ਲਿਆਉਣ ਦੀ ਕੀ ਲੋੜ ਸੀ? ਇੱਥੇ 36 ਸਤਰੀਆਂ ਫਿਰਦੀਆਂ ਘੁੰਮਣ ਫਿਰਨ ਨੂੰ। ਇਹਨੂੰ ਸਾਲੇ ਨੂੰ ਕੀ ਹੋ ਗਿਆ? ਆਲੋ, ਆ ਦੇਗੀ ਤੁਹਾਡੀ ਨਵੀਂ ਚੀਜ਼ ਧੋਖਾ। ਉਹ ਖਲੋ ਤੇ ਜਾ, ਹੁਣ ਬਦਲ ਲਓ ਆਪਣੀਆਂ ਨਵੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਕਰਦੇ ਫਿਰਦੇ ਆ। ਬੇੜਾ ਗਰਕ। ਦਰ ਫੜੇ ਮੂੰਹ, ਲੱਖ ਲਾਂਤ, ਲੱਗਦਾ ਫੋਨ ਹੀ ਕਰਨਾ ਪੈਣਾ। ਨਾ ਹੈਲੋ, ਉਹ ਜੋਗਾ ਇਲੈਕਟ੍ਰੋਨਿਕਸ ਤੋਂ ਬੋਲਦੇ ਹੋ? ਹਾਂਜੀ ਹਾਂ, ਜੋਗਾ ਇਲੈਕਟ੍ਰੋਨਿਕਸ ਤੋਂ ਗੱਲ ਕਰ ਰਿਹਾ। ਮੈਂ ਰੰਧਾਵਾ ਬੋਲਦਾ ਗੋਬਿੰਦ ਵੈਲੀ ਤੋਂ। ਉਹ ਯਾਰ, ਆ ਜਿਹੜੀ ਕਾਲੇ ਰੰਗ ਦੀ ਚੜੇਲ ਸਾਡੇ ਘਰੇ ਲਾ ਕੇ ਗਏ ਹੋ ਨਾ, ਇਹ ਯਾਰ ਤਾਈ ਤੁਹਾਡੀ ਨੇ ਚੀਕਾਂ ਮਾਰਨੀਆਂ ਬੰਦ ਕਰਤੀਆਂ। ਕਿਆ ਮਤਲਬ ਚੜੇਲ? ਉਹ ਯਾਰ, ਮੇਰਾ ਮਤਲਬ ਆ ਜਿਹੜਾ ਕੰਨ 'ਤੇ ਟੰਗਣ ਵਾਲਾ ਟੀ ਵੀ ਲਾ ਕੇ ਗਏ ਹੋ। ਜੋਗਾ ਇਲੈਕਟ੍ਰੋਨਿਕਸ ਦਾ ਟੀ ਵੀ ਖਰਾਬ ਹੋ ਗਿਆ ਜੀ? ਉਹ ਗਲਤ ਫਹਿਮੀ ਹੋ ਗਈ ਹੋਣੀ ਆ ਤੁਹਾਨੂੰ ਜੀ, ਆ ਤੁਹਾਡਾ ਕੀ ਖੰਭਾ ਖੁੰਭਾ ਖਰਾਬ ਹੋਣਾ? ਉਹ ਖੰਭਾ ਖੁੰਭਾ ਕੋਈ ਖਰਾਬ ਨਹੀਂ ਹੈ, ਤੂੰ ਬੰਦੇ ਦਾ ਪੁੱਤ ਬਣ ਕੇ ਇਹਨੂੰ ਠੀਕ ਕਰਕੇ ਜਾ। ਠੀਕ ਹੈ ਠੀਕ ਹੈ, ਕੋਈ ਚੱਕਰ ਨਹੀਂ, ਆ ਜਾਂਗੇ ਆਪਾਂ, ਐਡੀ ਕਿਹੜੀ ਗੱਲ ਆ, ਮੈਂ ਸਵੇਰੇ ਹੀ ਪਹੁੰਚ ਗਿਆ ਤੁਹਾਡੇ ਕੋਲ। ਹਾਂ ਹਾਂ ਠੀਕ ਹੈ, ਫਿਰ ਫੁੱਲ ਸਪੀਡਾਂ 'ਤੇ ਆ ਕੇ ਇਹਨੂੰ ਪਹਿਲਾਂ ਠੀਕ ਕਰਕੇ ਜਾਓ ਯਾਰ। ਟੀ ਵੀ ਖਰਾਬ ਹੋ ਗਿਆ? ਕੱਲ੍ਹ ਸ਼ੋਰੂਮ ਖੋਲ੍ਹਿਆ, ਅੱਜ ਟੀ ਵੀ ਖਰਾਬ ਹੋਣ ਲੱਗ ਗਏ, ਇਹ ਵੀਰੇ ਦੀ ਨਜ਼ਰ ਲੱਗੀ ਆ ਪੱਕਾ। ਹੈ ਹਾਂ ਲਵਲੀ, ਲੱਭੀ ਕੋਈ ਜੋਬ?
ਕਿੱਥੇ ਯਾਰ ਜਾਂਦੀ ਆਈਆਂ ਨਾ ਅਖਬਾਰਾਂ 'ਚ ਗਵਾਚੀ ਪਈਆਂ। ਲਵਲੀ ਤੂੰ ਇੱਕ ਕੰਮ ਕਿਉਂ ਨਹੀਂ ਕਰਦੀ, ਤੇਰੇ ਪਿੰਡ ਵਾਲੇ ਰੰਧਾਵਾ ਸਾਹਿਬ ਅੱਜ ਕੱਲ੍ਹ ਸ਼ਹਿਰ ਆਏ ਹੋਏ ਨੇ ਆਪਣੀ ਕੋਠੀ 'ਚ ਰਹਿਣ, ਤੂੰ ਉਹਨਾਂ ਨਾਲ ਗੱਲ ਕਰ ਆਪਣੀ ਜੌਬ ਦੀ, ਕੀ ਪਤਾ ਤੇਰਾ ਕੰਮ ਬਣ ਜਾਵੇ। ਹਾਂ ਯਾਰ ਆਈ ਥਿੰਕ ਤੂੰ ਸਹੀ ਕਹਿ ਰਹੀ ਹੈ, ਐਕਚੁਲੀ ਮੈਂ ਸਵੇਰੇ ਮਿਲਦੀ ਹਾਂ ਉਹਨਾਂ ਨਾਲ। ਅੱਛਾ ਲਵਲੀ ਜਦ ਤੂੰ ਜਾਏਂਗੀ ਮੇਰਾ ਇੱਕ ਕੰਮ ਕਰ ਦੇਵੇਂਗੀ? ਹਾਂ ਦੱਸ। ਤੂੰ ਉਹਨਾਂ ਨੂੰ ਪੁੱਛੇਂਗੀ ਉਹਨਾਂ ਨੇ ਪਿੰਡ ਵਾਪਿਸ ਕਦੋਂ ਜਾਣਾ? ਕਿਉਂ, ਤੂੰ ਕਰ ਦੇਂਗੀ ਨਾ ਪਲੀਜ਼? ਠੀਕ ਹੈ, ਚੱਲ ਠੀਕ ਹੈ, ਕਾਫੀ ਲੇਟ ਹੋ ਗਿਆ, ਤੂੰ ਵੀ ਸੋ ਜਾ ਅਤੇ ਮੈਂ ਵੀ ਸੋਨੀ ਹਾਂ। ਓਕੇ, ਗੁੱਡ ਨਾਈਟ। ਗੁੱਡ ਨਾਈਟ। ਹਾਂਜੀ, ਕਿਹਨੂੰ ਮਿਲਣਾ ਤੁਸੀਂ? ਮੈਮ ਮੈਂ ਰੰਧਾਵਾ ਸਰ ਨੂੰ ਮਿਲਣਾ ਸੀ। ਉਹ ਕਿਉਂ? ਜੌਬ ਦੇ ਬਾਰੇ ਗੱਲ ਕਰਨੀ ਸੀ। ਉਹ ਰੰਧਾਵਾ ਸਾਹਿਬ ਨੂੰ ਨਾ ਸਿਰਫ ਘਰ ਬੈਠਣ ਦਾ ਸ਼ੌਕ ਹੈ, ਉਹ ਨਹੀਂ ਕਰਦੇ ਆ ਜੌਬਾ ਜੁਬਾ। ਨਹੀਂ ਮੈਮ, ਮੈਂ ਉਹਨਾਂ ਦੀ ਜੌਬ ਦੀ ਗੱਲ ਨਹੀਂ ਕਰ ਰਹੀ ਹਾਂ, ਆਪਣੀ ਜੌਬ ਦੀ ਗੱਲ ਕਰ ਰਹੀ ਹਾਂ। ਆ ਪਿੰਡੋਂ ਸ਼ਹਿਰ ਆਇਆ ਹਲੇ 2 ਦਿਨ ਨਹੀਂ ਹੋਏ, ਆ ਕੁੜੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਵਿਗੜੇ ਨਵਾਬ ਦੀ ਰੱਸੀ ਹੋਰ ਖੋਲ੍ਹੀ ਨਾ ਤਾਂ ਪਤਾ ਨਹੀਂ ਕਿੱਥੇ ਤੱਕ ਜਾਓ। ਆ ਨਹੀਂ ਨਹੀਂ, ਹੈ ਨਹੀਂ ਕੋਈ ਨੌਕਰੀ ਨੁਕਰੀ, ਜਾਓ ਤੁਸੀਂ। ਮੈਮ ਮੇਰੀ ਗੱਲ ਤਾਂ ਸੁਣੋ ਤੁਸੀਂ, ਮੈਂ ਤੁਹਾਨੂੰ ਸੁਣਦਾ ਨਹੀਂ ਇੱਕ ਵਾਰੀ, ਜਾਓ ਤੁਸੀਂ, ਮੇਰੇ ਕੋਲ ਹੋਰ ਵੀ ਬਹੁਤ ਕੰਮ ਹੈ ਕਰਨ ਨੂੰ, ਐਵੇਂ ਮੇਰਾ ਟਾਈਮ ਟੂਮ ਨਾ ਖਰਾਬ ਕਰੋ। ਤੁਸੀਂ ਇੱਥੇ ਪਹਿਚਾਣੋ ਜੀ ਮੈਨੂੰ? ਰਿਕਸ਼ਾ, ਉਹ ਆਪਣਾ ਕਰੀਨਾ, ਸੈਫ, ਬਿੱਲੀ, ਕਾਲੀ ਬਿੱਲੀ, ਗੁੱਸੇ ਵਿੱਚ ਲੱਗਦੇ ਹਾਲੇ ਮੈਨੂੰ। ਚਲੋ ਕੋਈ ਨਹੀਂ ਜੀ, ਮੈਨੂੰ ਆਹ ਤਾਂ ਦੱਸ ਦਿਓ ਟੀ ਵੀ ਕਿੱਥੇ ਆ? ਇੱਥੇ ਟੀ ਵੀ ਲੱਗ ਸਕਦਾ ਹੈ ਗਾਰਡਨ 'ਚ। ਸਹੀ ਗੱਲ ਹੈ ਜੀ, ਨਹੀਂ ਹੋ ਰਿਹਾ ਕਿੱਥੇ ਜੀ? ਫਿਰ ਕਿੱਥੇ ਲੱਗੂ? ਅੰਦਰੇ ਹੋਊਗਾ ਜੀ ਫਿਰ ਤਾਂ। ਜਾਓ ਫਿਰ। ਠੀਕ ਹੈ ਚਲੇ ਜਾਂਦੇ ਹਾਂ, ਪਰ ਮੈਂ ਕਿਹਾ ਇੰਨੇ ਸੋਹਣੇ ਸੋਹਣੇ ਖਿੜੇ ਹੋਏ ਫੁੱਲਾਂ ਵਿੱਚ ਤੁਸੀਂ ਕਹਿੰਦੇ ਰੁੱਖੇ ਰੁੱਖੇ ਫਿਰੀ ਜਾਂਦੇ ਹੋ। ਚਲੋ ਠੀਕ ਹੈ ਜੀ, ਕੋਈ ਨਾ, ਰੰਧਾਵੇ ਦੀ ਕੁੜੀ ਲੱਗਦੀ ਹੈ ਇਹ, ਤਾਂ ਹੀ ਐਟੀਟਿਊਡ ਦਿਖਾਈ ਜਾਂਦੀ ਆ। ਚੱਲ ਬਈ, ਆ ਪੈਸੇ ਵੀ ਖਰਚੇ, ਸਵਾਦ ਵੀ ਨਹੀਂ ਆਇਆ। ਸਤਿ ਸ਼੍ਰੀ ਅਕਾਲ ਜੀ। ਹਾਂ ਵੀ ਤੂੰ? ਮੈਂ ਜੀ ਜੋਗਾ ਇਲੈਕਟ੍ਰੋਨਿਕਸ ਤੋਂ ਜੀ ਮੈਂ। ਅੱਛਾ ਅੱਛਾ, ਤੈਨੂੰ ਉਡੀਕ ਰਿਹਾ ਸੀ। ਹਾਂ ਜੀ ਹਾਂ ਹਾਂ। ਹੱਸ ਲਿਆ, ਇਹਨੂੰ ਠੀਕ ਕਰੋ। ਉਹ ਪਿਓ ਦਾ ਪੁੱਤਾ, ਮੈਨੂੰ ਕਿਤੇ ਚਾਈਨਾ ਦਾ ਮਾਲ ਤਾਂ ਨਹੀਂ ਟਿਕਾਤਾ? ਉਹ ਨਾ ਜੀ ਨਾ, ਚਾਈਨਾ ਦਾ ਮਾਲ ਉਹ ਵੀ ਸਾਡੀ ਸ਼ਾਪ ਤੇ, ਸਵਾਲ ਹੀ ਨਹੀਂ ਉੱਠਦਾ ਜੀ। ਉਹ ਨਾਲੇ ਉਹ ਕਹਿੰਦੇ ਹੁੰਦੇ ਆ ਨਾ ਕਿ ਪੀਜ਼ਾ ਦੀ ਹੱਟ ਤੇ ਕਦੇ ਬਰਫੀ ਮਿਲ ਸਕਦੀ ਆ, ਐਵੇਂ ਜੋਗਾ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਕਦੇ ਜਾਲੀ ਸਮਾਨ ਕਦੇ ਵੀ ਨਹੀਂ ਜੀ, ਸਟੈਂਡਰਡ ਦਾ ਰੱਖੀਦਾ ਜਮਾ ਇੱਕ ਨੰਬਰ। ਧਰਮ ਨਾਲ ਬਹੁਤ ਬੋਲਦਾ, ਤੇਰਾ ਮੂੰਹ ਨਹੀਂ ਥੱਕਦਾ ਹੈ? ਆਪਣੀਆਂ ਤਾਰੀਫਾਂ ਘੱਟ ਕਰ ਤੇ ਇਹਨੂੰ ਠੀਕ ਕਰ। ਉਹ ਆ ਲਓ ਜੀ ਆ, ਆ ਨਾ ਬਸ ਸੈਟਿੰਗਾਂ ਜੀ ਹਿੱਲੀਆਂ ਹੋਈਆਂ ਸੀ। ਸੈਟਿੰਗ ਕੀ ਮਤਲਬ ਹੈ, ਕਿਹੋ ਜੀਆਂ ਗੱਲਾਂ ਕਰਦਾ ਤੂੰ? ਸਾਡੇ ਘਰ ਕੇ ਪਿੱਠ ਸਿਆਪਾ ਪਿਆ ਹੋਇਆ। ਉਹ ਘਰ ਦੀ ਨਹੀਂ ਜੀ, ਟੀ ਵੀ ਦੀ ਸੈਟਿੰਗ ਦੀ ਗੱਲ ਕਰਦਾ ਮੈਂ। ਇਹ ਆ ਲਓ, ਆ ਠੀਕ ਹੋ ਗਈਆਂ, ਤੇ ਬਾਕੀ ਜੇ ਫਿਰ ਵੀ ਕਦੇ ਪ੍ਰੋਬਲਮ ਆਈ ਨਾ, ਬੰਦਾ ਹਾਜ਼ਰ ਆ ਜੀ 24 ਘੰਟੇ। ਮਤਲਬ ਫਿਰ ਖਰਾਬ ਹੋ? ਤੁਸੀਂ ਮੈਨੂੰ ਲੱਗਦਾ CID ਬਹੁਤ ਦੇਖਦੇ ਹੋ ਜੀ, ਤੁਸੀਂ ਲਾਫਟਰ ਲੁਫਟਰ ਵਾਲੇ ਸ਼ੋਅ ਦੇਖਿਆ ਕਰੋ, ਬਟਨ ਬਟਨ ਦਬਾਓ ਅੱਗੇ ਆ ਜਾਣਾ ਲਾਫਟਰ ਨੇ ਵੀ। ਮੈਂ ਚੱਲਦਾ। ਚਲ ਠੀਕ ਆ। ਇਹਦੇ ਰੰਗ ਜੇ, ਇਹ ਬੰਦਾ ਮੈਨੂੰ ਛਾਤਰੀ ਲੱਗਦਾ, ਤਾਂ ਯਕੀਨ ਲੱਗਦਾ ਮੈਨੂੰ, ਇਹਦੇ ਰੰਗ ਜੇ ਕਿੱਥੋਂ, ਇਹ ਤਾਂ ਦੱਸ ਨਹੀਂ ਗਿਆ। ਓਏ ਓ ਗੱਲ ਸੁਣ, ਮੈਂ ਫਾਈਲ ਭੁੱਲ ਆਈ। ਕੌਣ?
ਤੁਸੀਂ ਆ ਗਏ ਜੀ, ਤੁਹਾਡਾ ਟੀਵੀ ਠੀਕ ਕਰਤਾ ਜੀ ਆਪਾਂ। ਤਾਂ ਫਿਰ ਫਿਰ ਮੈਂ ਸੋਚਿਆ ਥੈਂਕ ਯੂ ਤੂੰ ਕਿ ਸੁਣਨ ਨੂੰ ਮਿਲੂਗਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਉਹ ਟੀਵੀ ਵਾਲਿਆ, ਉਹ ਕਿੱਧਰ ਨਿਕਲ ਗਿਆ ਓਏ। ਰੰਧਾਵਾ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿਉਂ ਨਹੀਂ ਸਰ? ਮੈਂ ਜੌਬ ਲਈ ਗੱਲ ਕਰਨੀ ਸੀ। ਤੁਹਾਨੂੰ ਜੌਬ ਦੀ ਕੀ ਲੋੜ ਹੈ? ਇੰਨੇ ਸੋਹਣੇ ਹੋ, ਫਿਲਮਾਂ ਫੁਲਮਾਂ 'ਚ ਕੰਮ ਕਰੋ, ਨੌਕਰੀਆਂ ਤੁਹਾਡੇ ਲਈ ਥੋੜ੍ਹਾ ਬਣੀਆਂ ਨੇ। ਨਹੀਂ ਨਹੀਂ ਸਰ, ਮੈਂ ਜੌਬ ਹੀ ਕਰਨੀ ਸੀ, ਉਹ ਵੀ ਤੁਹਾਡੀ ਕੰਪਨੀ 'ਚ। ਮੇਰੀ ਕੰਪਨੀ 'ਚ ਤਾਂ ਕੋਈ ਸੀਟ ਮੇਰੇ ਖਿਆਲ ਹੋਣੀ ਨਹੀਂ ਖਾਲੀ, ਆਹ ਘਰ 'ਚ ਇੱਕ ਜੌਬ ਹੈਗੀ ਹੈ। ਹਾਂ ਹਾਂ, ਸਭ ਪਤਾ ਮੈਨੂੰ। ਆ ਜਿਹੜੀਆਂ ਤੁਸੀਂ ਜੌਬਾਂ ਵੰਡਦੇ ਫਿਰਦੇ ਹੋ, ਆ ਜਿਹੜੀ ਪੇਂਡੂ ਜਨਾਨੀ ਲਿਆਂਦੀ ਹੈ, ਇਹਨੂੰ ਹੀ ਬਦਲਣਾ ਨਾ, ਇਹਦੀ ਹੀ ਜਗ੍ਹਾ ਖਾਲੀ ਹੈ ਨਾ। ਹਰ ਵੇਲੇ ਲੜਨ ਦਾ ਪ੍ਰੋਗਰਾਮ ਬਣਾ ਲੈਂਦੀ ਹੈ, ਪੂਰੀ ਗੱਲ ਤਾਂ ਸੁਣ ਲਿਆ ਕਰ। ਬਹੁਤੀਆਂ ਨਾ ਗੱਲਾਂ ਦੇ ਮਹਿਲ ਲਾਓ ਸਾਰੋ ਤੁਸੀਂ ਹੁਣ। ਤੁਹਾਨੂੰ ਕਿਹਾ ਨਾ, ਜਾਓ ਇੱਥੋਂ, ਹੈ ਨਹੀਂ ਕੋਈ ਨੌਕਰੀ ਨੁਕਰੀ, ਨਾਲੇ ਇਹਨਾਂ ਦਾ ਕੀ ਹੈ, ਜਿੱਥੇ ਕਿੱਲੀ ਦੇਖੀ ਉੱਥੇ ਹੀ ਕੱਪੜੇ ਟੰਗਣੇ ਸ਼ੁਰੂ। ਜਾਓ ਤੁਸੀਂ, ਹੈ ਨਹੀਂ ਕੋਈ ਨੌਕਰੀ ਨੁਕਰੀ, ਆ ਜਾਂਦੇ ਹੈ। ਸਰ ਤੁਸੀਂ ਸ਼ਹਿਰ ਕਦ ਤੱਕ? ਮੈਂ ਜੀ, ਹਾਂ ਹਾਂ ਨਾ, ਪਿੰਡ ਦਾ ਐਡਰੈਸ ਦੇ ਦਿਓ। ਤੁਹਾਨੂੰ ਕਿਹੜੀ ਭਾਸ਼ਾ 'ਚ ਸਮਝਾਵਾਂ, ਇੱਥੇ ਕੋਈ ਨੌਕਰੀ ਹੈ ਨਹੀਂ। ਜਾਓ ਬੀਬਾ ਤੁਸੀਂ, ਆ ਜਾਓ ਤੁਸੀਂ। ਸ਼ੱਕੀ ਜਨਾਨੀ ਹੈ, ਸ਼ੱਕੀ। ਵਿਆਹ ਹੋ ਗਿਆ, ਵਿਆਹ ਹੋ ਗਿਆ, ਸਮਝੋ ਕਿ ਬੰਦਾ ਤਬਾਹ ਹੋ ਗਿਆ। ਹੱਦ ਹੋਈ ਆ ਤੇਰੇ ਵਾਲੀ ਬਈ, ਆਹ ਕੀ ਤਰੀਕਾ ਘਰ ਆਇਆ ਮਹਿਮਾਨ ਨਾਲ ਗੱਲ ਕਰਨ ਦਾ? ਅੱਛਾ, ਮੈਨੂੰ ਤੁਹਾਡੀ ਮਹਿਮਾਨ ਕੱਟ ਤੇ ਨਵੀਂ ਚੀਜ਼ ਜ਼ਿਆਦਾ ਲੱਗ ਰਹੀ ਸੀ। ਕੀ ਮਤਲਬ, ਕੀ ਕਹਿਣਾ ਚਾਹੁੰਦੀ ਹੈ ਤੂੰ? ਕਹਿਣਾ ਇਹ ਚਾਹੁੰਦੀ ਹਾਂ ਕਿ ਘਰ ਦੀਆਂ ਪੁਰਾਣੀਆਂ ਚੀਜ਼ਾਂ ਬਦਲਣ ਦੇ ਨਾਲ ਨਾਲ ਤੁਸੀਂ ਆਪਣੀ ਪੁਰਾਣੀ ਜਨਾਨੀ ਨੂੰ ਵੀ ਬਦਲਣ ਦੀਆਂ ਸਕੀਮਾਂ ਬਣਾ ਰਹੇ ਹੋ। ਖਰਾਬ ਚੀਜ਼ਾਂ ਤੇ ਓਪਰੀਆਂ ਬਲਾਵਾਂ ਐਡੀ ਛੇਤੀ ਪਿੱਛਾ ਨਹੀਂ ਛੱਡਦੀਆਂ ਹੁੰਦੀਆਂ। ਹੁਣ ਮੇਰਾ ਮੂੰਹ ਨਾ ਖਲਾ, ਜਾ ਕੇ ਆਪਣਾ ਮੂੰਹ ਮੱਥਾ ਸਵਾਰ। ਉਹ ਜਾਓ ਜਾਓ, ਜਿੰਨਾ ਤੁਸੀਂ ਨਹਾਉਣ ਤੋਂ ਬਾਅਦ ਸਜਦੇ ਹੋ ਨਾ, ਉਹਨਾਂ ਮੈਂ ਸਵੇਰੇ ਉੱਠੀ ਸੱਜੀ ਹੁੰਦੀ ਹਾਂ। ਜੇ ਕਿਤੇ ਮਾਰਕੀਟ 'ਚ ਇਹਦਾ ਐਕਸਚੇਂਜ ਆਫਰ ਆ ਜਾਏ ਨਾ, ਇੱਕ ਮਿੰਟ ਨਾ ਲਾਵਾਂ ਇਹਨੂੰ ਬਦਲਣ ਲੱਗਿਆ। ਤੁਸੀਂ ਇੱਥੇ, ਮਤਲਬ ਮੇਰੇ ਇਸ ਛੋਟੇ ਜਿਹੇ ਸ਼ੋਰੂਮ 'ਚ? ਮੈਂ ਆਏ। ਬੈਠੋ ਜੀ, ਬੈਠੋ ਪਲੀਜ਼। ਕਿੱਦਾਂ ਆਉਣਾ ਹੋਇਆ ਜੀ? ਇਹ ਸ਼ੋਰੂਮ ਤੁਹਾਡਾ ਹੈ? ਮੇਰਾ ਤਾਂ ਹੁਣ ਤੱਕ ਸੀਗਾ ਜੀ, ਹੁਣ ਤਾਂ ਸਭ ਕੁਝ ਤੁਹਾਡਾ ਹੀ ਆ ਜੀ। ਕਿਆ ਹੀ ਬਾਤ ਆ ਜੀ। ਐਨੀਵੇਸ, ਮੈਂ ਇੱਥੇ ਜੌਬ ਲਈ ਆਈ ਹਾਂ, ਮੈਂ ਕੱਲ੍ਹ ਨਿਊਜ਼ਪੇਪਰ 'ਚ ਐਡ ਦੇਖੀ ਸੀ। ਉਹ ਕਾਹਤੋਂ ਮਜ਼ਾਕ ਕਰੀ ਜਾਂਦੇ ਹੋ ਮੈਡਮ ਤੁਸੀਂ? ਹੈ ਮਤਲਬ ਰੰਧਾਵਾ ਸਾਹਿਬ ਦੀ ਕੁੜੀ ਖੁਦ ਚੱਲ ਕੇ ਸਾਡੇ ਕੋਲ ਜੌਬ ਲੈਣ ਆਈ ਹੈ? ਉਹ ਤੁਸੀਂ ਤਾਂ ਵੱਡੇ ਤੇ ਵੱਡੇ ਸ਼ੋਰੂਮ ਖਰੀਦ ਲਓ। ਇਹ ਮੈਨੂੰ ਰੰਧਾਵੇ ਦੀ ਕੁੜੀ ਸਮਝ ਰਿਹਾ, ਪਰ ਜੌਬ ਵੀ ਜ਼ਰੂਰੀ ਹੈ। ਅਸੀਂ ਗਰੀਬ ਬੰਦੇ ਕੀ ਦੇ ਸਕਦੇ ਹਾਂ? 15,000, ਵੱਧ ਤੋਂ ਵੱਧ 20,000 ਰੁਪਇਆ, ਇਹ ਤੋਂ ਵੱਧ ਮੈਂ ਕੀ ਦਊਂਗਾ? ਚਲੋ 22,000 ਦੇ ਦਾਂਗੇ ਖਿੱਚ ਤਾਣ ਕੇ, ਇਹ ਤੋਂ ਵੱਧ ਕੀ ਕਹਿਣਾ? ਨਹੀਂ ਨਹੀਂ, 500 ਰੁਪਇਆ ਹੋਰ, 22,500। ਨਹੀਂ ਨਹੀਂ, ਮੈਂ ਕਦੋਂ ਜੁਆਇਨ ਕਰਾਂ? ਮਤਲਬ ਤੁਸੀਂ ਮੰਨ ਗਏ ਜੀ ਕਿ ਤੁਸੀਂ ਇੱਥੇ ਜੋਗਾ ਇਲੈਕਟ੍ਰੋਨਿਕਸ ਦੇ ਜੌਬ ਕਰੋਗੇ? ਕਿਉਂ, ਮੈਂ ਜੌਬ ਨਹੀਂ ਕਰ ਸਕਦੀ। ਨਹੀਂ ਨਹੀਂ,
ਤੁਸੀਂ ਜੌਬ ਕਰ ਸਕਦੇ ਹੋ ਜੀ, ਮਤਲਬ ਇਹ ਤਾਂ ਸਾਡੇ ਸ਼ੋਰੂਮ ਦੇ ਭਾਗ ਖੁੱਲ ਗਏ ਜੀ, ਚਾਰ ਚੰਨ ਲੱਗ ਗਿਆ ਸਾਡੇ ਸ਼ੋਰੂਮ ਨੂੰ ਕਿ ਤੁਸੀਂ ਇੱਥੇ ਜੌਬ ਕਰੋਗੇ। ਮੈਂ ਕਦੋਂ ਤੋਂ ਜੁਆਇਨ ਕਰਾਂ? ਮੇਰੇ ਭਾਣੇ ਤਾਂ ਹੁਣ ਤੋਂ ਕਰ ਲਓ, ਅੱਜ ਤੋਂ, ਹੁਣੇ ਤੋਂ। ਕੱਲ੍ਹ ਤੋਂ? ਠੀਕ ਹੈ, ਕੋਈ ਚੱਕਰ ਨਹੀਂ ਹੈਗਾ, ਤੁਸੀਂ ਕੱਲ੍ਹ ਤੋਂ ਕਰੋ, ਪਰਸੋਂ ਤੋਂ ਕਰੋ, ਤੁਹਾਡਾ ਆਪਣਾ ਸ਼ੋਰੂਮ ਹੈ, ਜਦ ਮਰਜ਼ੀ ਆ ਜਾਓ ਜੀ। ਥੈਂਕ ਯੂ। ਆਪਣਾ ਨਾਮ ਤਾਂ ਦੱਸ ਦਿਓ। ਲਵਲੀ। ਥੈਂਕ ਯੂ ਲਵਲੀ ਜੀ, ਥੈਂਕ ਯੂ ਸੋ ਮੱਚ। ਹੁਣ ਜੌਬ ਦੇ ਚੱਕਰ 'ਚ ਇਹਨੂੰ ਰੋਜ਼ ਚੁਣਨਾ ਪੈਣਾ। ਸਟੂਪਿਡ। ਹਾਏ, ਹੁਣ ਸਵਾਦ ਆਊਗਾ ਜਦ ਵੀਰੇ ਨੂੰ ਪਤਾ ਲੱਗੂਗਾ ਨਾ ਕਿ ਵੱਡੇ ਬਿਜ਼ਨਸਮੈਨ ਰੰਧਾਵੇ ਦੀ ਕੁੜੀ ਜੋਗਾ ਇਲੈਕਟ੍ਰੋਨਿਕਸ 'ਤੇ ਕੰਮ ਕਰਦੀ ਹੈ। ਹਾਏ, ਲਵਲੀ। ਰੱਬ ਨੇ ਕਬੂਲ ਕਰ ਲਈ ਓ ਮੇਰੇ ਲਈ ਦੁਆ ਤੂੰ ਏ, ਜੋ ਰੱਬ ਨੇ ਕਬੂਲ ਕਰ ਲਈ ਓ ਮੇਰੇ ਲਈ ਦੁਆ ਤੂੰ ਏ, ਤੇਰਾ ਨਾਂ ਲੈ ਕੇ ਚੱਲ ਦੇ ਮੇਰੇ ਸਾਥ, ਤੇਰਾ ਨਾਂ ਲੈ ਕੇ ਚੱਲ ਦੇ। ਜੀਣ ਦੀ ਵਜ੍ਹਾ ਤੂੰ ਏ, ਜੋ ਰੱਬ ਨੇ ਕਬੂਲ ਕਰ ਲਈ ਓ ਮੇਰੇ ਲਈ ਦੁਆ ਤੂੰ ਏ। ਮੈਂ ਜ਼ਰੂਰ ਕਰੂੰਗਾ। ਤੂੰ ਹੈਗੀ ਹੈ, ਤੈਨੂੰ ਰੱਬ ਨੇ ਵੀ ਨਹੀਂ ਰੱਖਿਆ, ਮੋੜ ਦਿੱਤਾ।
ਤੈਨੂੰ ਕੁਝ ਨਹੀਂ ਹੋਇਆ? ਮੈਨੂੰ ਤਾਂ ਕੁਝ ਨਹੀਂ ਹੋਇਆ, ਮੈਂ ਤਾਂ ਸ਼ਵਾਸਣ ਕਰਦੀ ਸੀ। ਪਰ ਹੁਣ ਤੁਹਾਨੂੰ ਬਹੁਤ ਕੁਝ ਹੋਣ ਵਾਲਾ, ਮੈਂ ਸਭ ਦੇਖ ਲਿਆ। ਮੇਰੇ ਮਰਨ ਤੋਂ ਬਾਅਦ ਜਿਹੜੇ ਤੁਸੀਂ ਖੁਸ਼ੀਆਂ ਦੇ ਖੰਭ ਲਾਏ ਫਿਰਦੇ ਸੀ ਨਾ, ਤੁਹਾਡੀਆਂ ਸਭ ਅਰਦਾਸਾਂ ਸੁਣ ਲਈਆਂ। ਇਹ ਸਾਲਾ ਕਿਹੋ ਜਿਹਾ ਆਸਣ ਹੋਇਆ ਜਿਹੜਾ ਬੰਦੇ ਦਾ ਧੜਾਕਾ ਹੀ ਕੱਢਦੇ ਹੈ? ਉਹ ਮੈਂ ਤੈਨੂੰ ਦੱਸਾਂ, ਤੂੰ ਇੱਥੇ ਫੁੜਕੀ ਪਾਈ ਸੀ, ਇਹ ਤੂੰ ਮੇਰੀਆਂ ਅਰਦਾਸਾਂ ਨਾਲ ਹੀ ਵਾਪਸ ਮੁੜੀ ਹੈ। ਓਹ ਅੱਛਾ, ਆਹੋ ਮੈਂ ਨਾ ਤੁਹਾਡੀਆਂ ਸਾਰੀਆਂ ਅਰਦਾਸਾਂ ਸਮਝਦੀ ਆ। ਹਾਏ ਹਾਏ, ਜੇ ਮੈਂ ਪਸੰਦ ਨਹੀਂ ਸੀ ਤੇ ਮੈਂ ਨਾ ਵਿਆਹ ਕਿਉਂ ਕਰਾਇਆ ਸੀ? ਉਹ ਬੰਦੇ ਤੋਂ ਗਲਤੀ ਹੋ ਹੀ ਜਾਂਦੀ ਆ, ਤੂੰ ਆ ਪੁਰਾਣੇ ਜ਼ਖਮਾਂ ਨੂੰ ਕਿਉਂ ਛੇੜਦੀ ਆ? ਜੇ ਆ ਤੇਰੇ ਆਸਣਾ ਉਸਰੋਂ ਤੋਂ ਵੇਲ ਮਿਲੇ ਨਾ ਰਾਮਦੇਵ ਜੀ ਚੇਲੀਏ, ਤੇ ਮੇਰੇ ਲਈ ਨਾਸ਼ਤੇ ਦਾ ਇੰਤਜ਼ਾਮ ਕਰ। ਆਹੋ ਹਾਂ, ਓਏ ਅਮਰੂ, ਉਹ ਮੇਰੇ ਲਈ ਠੰਡੇ ਪਾਣੀ ਦਾ ਇੰਤਜ਼ਾਮ ਕਰ। ਅੱਜ ਸਵੇਰੇ ਸਵੇਰੇ ਅੱਗ 'ਚ ਹੱਥ ਪਾ ਕੇ ਮੇਰਾ ਸਰੀਰ ਹੀ ਨਹੀਂ, ਮੇਰਾ ਦਿਮਾਗ ਵੀ ਤੱਤਾ ਹੋ ਗਿਆ। ਆਹੋ, ਹੁਣ ਸੱਚੀਆਂ ਗੱਲਾਂ ਅੱਗ ਵਾਂਗੂ ਲੱਗਣੀਆਂ, ਦੇਖਿਓ ਕਿਤੇ ਅੱਗ 'ਚ ਸੜ ਕੇ ਸੁਆਹ ਨਾ ਹੋ ਜਿਓ। ਕਰ ਕਰ ਜਿੰਨੇ ਮਰਜ਼ੀ ਆਸਣ ਕਰ। ਚੱਲ ਚੱਲ ਚੱਲ। ਅੱਛਾ ਸੁਣੋ, ਜੋ ਵੀ ਗੱਲ ਕਰਨੀ ਹੈ ਨਾ, ਧਿਆਨ ਨਾਲ ਕਰਿਓ। ਬਸ ਕਰ, ਬਹੁਤ ਸਿਆਣੀ ਨਾ ਬਣ, ਬਹੁਤ ਦਿਨ ਹੋ ਗਏ ਮੰਨੂ ਨੂੰ ਗਏ ਨੂੰ, ਤੂੰ ਜਾ ਆਪਣਾ ਕੰਮ ਕਰ ਜਾ ਕੇ ਨਾਲੇ। ਮੇਰੀ ਗੱਲ ਤਾਂ ਕਦੇ ਸੁਣਨੀ ਨਹੀਂ। ਚਲੋ ਉਧਰ ਲੈ। ਬਾਜੀ ਤੁਸੀਂ ਅੱਜ ਜੀਪ 'ਚ ਜਾਓ। ਉਹ ਥੱਲੇ ਉਧਰ ਤੂੰ। ਚਲ ਉਤਰ ਓਏ। ਬਾਜੀ ਤਾਂ ਜੀਪ 'ਚ ਉਹੀ ਬੰਦੇ ਨੇ ਜਦੋਂ ਕੋਈ ਫੈਂਟਣਾ ਹੁੰਦਾ। ਉਹ ਕਿੱਧਰ ਚੱਲਿਆ ਮੇਰਾ ਰਾਂਝਾ? ਆਪਣੀ ਹੀਰ ਨੂੰ ਲੈਣ ਚੱਲਿਆ ਜੀ। ਹੀਰ ਨੂੰ ਲੈਣ? ਹਾਂਜੀ, ਲਵਲੀ ਨੂੰ। ਤੂੰ ਲਵਲੀ ਨੂੰ ਲੈਣ ਸ਼ਹਿਰ ਚੱਲੇ ਆ? ਹਾਂਜੀ। ਉਹ ਕਮਲਿਆ, ਉਹ ਸ਼ਹਿਰ ਜਾ ਕੇ ਗਵਾਚ ਨਾ ਜਾਈ। ਗਵਾਚਿਆ ਤਾਂ ਬਾਈ ਜੀ ਮੈਂ ਇੱਥੇ ਵੀ ਪਿਆ, ਲਵਲੀ ਦੇਖਿਆ ਲਾਂ ਚ। ਖੜਦਾ ਨਹੀਂ ਫਿਰ ਤੂੰ, ਹੈ ਮੰਨਦਾ ਨਹੀਂ। ਬਸ ਜੀ, ਹੁਣ ਤਾਂ ਲਵਲੀ ਨੂੰ ਲੈ ਕੇ ਹੁਣ। ਐ ਕਰ ਫਿਰ, ਜੇ ਉਹ ਆਪ ਮੰਨ ਗਈ ਤਾਂ ਫਿਰ ਠੀਕ ਹੈ, ਨਹੀਂ ਤਾਂ ਇਹਦੇ ਨਾਲ ਮਨਾ ਕੇ ਜਾਈਂ। ਉਹ ਨਾ, ਇਹ ਤਾਂ ਬਾਈ ਜੀ ਤੁਹਾਡੇ ਹੱਥਾਂ 'ਚ ਚੰਗੀ ਲੱਗਦੀ ਹੈ, ਦਿਲਾਂ ਦੀ ਖੇਡ ਹੈ, ਨਿਪਟਾਰਾ ਵੀ ਫਿਰ ਦਿਲਾਂ ਦੇ ਨਾਲ ਹੀ ਹੋਊਗਾ। ਠੀਕ ਹੈ ਪੁੱਤਰਾ, ਜਾ ਫਿਰ। ਕੀ ਗੱਲ ਬਾਈ, ਹੈਪੀ ਨੂੰ ਇਕੱਲੇ ਹੀ ਭੇਜਤਾ? ਉਹ ਜੰਗ 'ਚ ਸ਼ੇਰਾਂ ਦੇ ਪੁੱਤ ਇਕੱਲੇ ਹੀ ਜਾਂਦੇ ਹੁੰਦੇ ਨੇ। ਉਹ ਰੱਬਾ ਮੇਰਿਆ, ਰੰਧਾਵਾ ਸਾਹਿਬ ਨੂੰ ਪਿੰਡ ਭੇਜ ਦੇ, ਜੇ ਇਹਦੇ ਹੁੰਦਿਆਂ ਰਾਜਵੀਰ ਇੱਥੇ ਆ ਗਿਆ ਤਾਂ ਉਹਨੇ ਮੇਰੇ ਗੋਲੀ ਮਾਰ ਦੇਣੀ ਆ। ਉਹ ਕਿਹਨੇ ਮਾਰਤੀ ਉਹ ਤੇਰੇ ਗੋਲੀ? ਰਾਜਵੀਰ ਭਾਈ, ਤੁਸੀਂ ਇੱਥੇ? ਹਾਂ, ਮੈਂ ਇੱਥੇ। ਇਹ ਦੱਸ ਮੰਨੂ ਕਿੱਥੇ ਆ? ਭਾਅ ਜੀ, ਮੰਨੂ ਨੇ ਤਾਂ 10-12 ਦਿਨ ਬਾਅਦ ਵਾਪਸ ਆਉਣਾ, ਨਾਲੇ ਰੰਧਾਵਾ ਸਾਹਿਬ ਵੀ ਘਰ ਨਹੀਂ ਹੈਗੇ। ਦੋ ਗੱਲਾਂ ਦੱਸ ਮੈਨੂੰ, ਤੂੰ ਇੰਨਾ ਘਾਬਰਿਆ ਕਾਹਤੋਂ ਹੋਇਆ ਅਤੇ ਨਾਲੇ ਇੰਨੀਆਂ ਸਫਾਈਆਂ ਕਿਉਂ ਦੇ ਰਿਹਾ? ਗੱਲ ਸੁਣ ਲਾ ਮੇਰੀ, ਦੋ ਦਿਨਾਂ ਦੇ ਵਿੱਚ ਮੈਨੂੰ ਮੰਨੂ ਚਾਹੀਦਾ, ਜੇ ਨਾ ਮਿਲਿਆ ਨਾ ਤਾਂ ਰੰਧਾਵੇ ਨੂੰ ਮਿਲਣ ਆ ਰਿਹਾ ਮੈਂ ਦੋ ਦਿਨ ਬਾਅਦ। ਤੁਸੀਂ ਤਾਂ ਦੋ ਗੱਲਾਂ ਕਹੀਆਂ ਸੀ, ਆਹ ਤੀਜੀ ਆ। ਓਏ, ਨੰਬਰਾਂ 'ਚ ਨਾ ਲਓ ਜਾ ਮੈਨੂੰ। ਗੱਲ ਸੁਣ ਲਾ, ਕੰਨ ਖੋਲ੍ਹ ਕੇ, ਖੋਪਰ ਪਾੜ ਦਿਓ ਗੋਲੀਆਂ ਮਾਰ ਮਾਰ ਤੇਰਾ, ਸੁਣ ਗਿਆ ਨਾ? ਓਏ ਖੋਪੜ, ਉਹ ਚੱਲ ਬਟਾਲੇ, ਖੋਪੜ ਲਾ ਦੇਣਾ ਤੇਰਾ। ਹਾਏ ਓ ਰੱਬਾ ਮੇਰਿਆ, ਜੇ ਮੰਨੂ ਨਾ ਆਇਆ ਤਾਂ ਰਾਜਵੀਰ ਨੇ ਮੇਰੇ ਗੋਲੀ ਮਾਰ ਦੇਣੀ ਆ, ਤੇ ਜੇ ਆ ਗਿਆ ਤਾਂ ਰੰਧਾਵੇ ਨੇ ਮੇਰੇ ਗੋਲੀ ਮਾਰ ਦੇਣੀ ਆ। ਦੱਸੋ ਮੈਂ ਕੀ ਕਰਾਂ? ਹੁਣ ਤਾਂ ਬਸ ਇੱਕੋ ਤਰੀਕਾ, ਕੱਪੜੇ ਬੈਗ 'ਚ ਪਾਓ ਅਤੇ ਪਿੰਡ ਨੂੰ ਜਾਓ। ਪਰ ਕਿੱਦਾਂ? ਰੰਧਾਵਾ ਸਾਹਿਬ, ਰੰਧਾਵਾ ਸਾਹਿਬ, ਲੱਗ ਗਈ ਰੰਧਾਵਾ ਸਾਹਿਬ, ਲੱਗ ਗਈ ਆ। ਨਹੀਂ ਰੰਧਾਵਾ ਸਾਹਿਬ, ਮੇਰੀ ਜਨਾਨੀ ਦੇ ਪਿੰਡ ਸੱਟ ਲੱਗ ਗਈ। ਉਹ ਕਿਵੇਂ ਲੱਗ ਗਈ? ਚਲੋ ਲੱਗ ਵੀ ਸਕਦੀ ਹੈ, ਮੈਂ ਇੱਥੋਂ ਸ਼ਹਿਰ 'ਚ ਨਹੀਂ ਸਾਂਭੀ ਜਾਂਦੀ ਤਾਂ ਇੱਥੋਂ ਪਿੰਡ ਰੱਖ ਕੇ ਕਿੱਥੇ ਸਾਂਭੀ ਜਾਣੀ ਆ? ਇੰਝ ਕਰ, ਆਹ ਲੈ ਫੜ ਪੈਸੇ ਤੇ ਜਾ ਕੇ ਉਹਦੀ ਖਬਰ ਸਾਰ ਲੈ।
ਔਰ ਰਾਜ ਨਾ ਪਊਆ ਲਾ ਲਈ ਨਹੀਂ ਰੰਧਾਵਾ ਸਰ ਨਹੀਂ 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 ਵੇਖ ਲਾ ਪਹਿਲੀ ਜਨਾਨੀ ਜਿਹੜੀ ਆ ਨਾ ਨਿਕਲਦੀ ਬੜੀ ਔਖੀ ਹੁੰਦੀ ਆ ਤੇ ਦੂਜੀ ਲੱਭਦੀ ਬੜੀ ਔਖੀ ਹੁੰਦੀ ਆ ਜਾ ਕੇ ਆਪਣੀ ਜਨਾਨੀ ਸਾਂਭ ਠੀਕ ਹੈ ਰੰਧਾਵਾ ਸਾਹਿਬ ਜਾ 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 ਘਰ ਚੋਂ ਇਸਤਰੀ ਤੇ ਮਿਸਤਰੀ ਕੱਢਣੇ ਕਿਤੇ ਸੌਖਾ ਕੰਮ ਹੁੰਦਾ ਲਵਲੀ 6 ਵੱਜ ਗਏ ਕਰ ਨਹੀਂ ਜਾਣਾ ਅੱਜ ਕੰਮ ਖਤਮ ਕਰਕੇ ਜਾਊਂਗੀ ਨਾ ਉਹ ਕੰਮ ਤਾਂ ਹੁੰਦੇ ਰਹਿਣਗੇ ਤੂੰ ਕਹੇ ਤੇ ਮੈਂ ਛੱਡਦਾ ਤੈਨੂੰ ਹਾਂ ਛੱਡ ਦੇ ਆ ਜਾ ਫਿਰ ਲਵਲੀ ਲਵਲੀ ਨਹੀਂ 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 ਮੈਂ ਆਪੇ ਚੱਲ ਜਾਊਂਗੀ ਤੂੰ ਜਾ ਠੀਕ ਹੈ ਮਰਜ਼ੀ ਹੈ ਤੇਰੀ ਪਰ ਬੜਾ ਹਨੇਰਾ ਨਾ ਕਰੀ ਟਾਈਮ ਨਾਲ ਚੱਲ ਜਾਈਂ ਘਰ ਮੈਂ ਕੁਛ ਜ਼ਿਆਦਾ ਰੂਡ ਹੋ ਗਈ ਜੋਗੇ ਇਹ ਕੰਮ ਮੈਂ ਕੱਲ੍ਹ ਕਰ ਲੂੰਗੀ ਤੂੰ ਮੈਨੂੰ ਘਰ ਛੱਡ ਦੇ ਮੈਂ ਤਾਂ ਪਹਿਲਾਂ ਹੀ ਗਿਆ ਸੀਗਾ ਆ ਜਾ ਫਿਰ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਵਾਹ ਬਈ ਵਾਹ ਗਰੇਵਾਲ ਦੇ ਖਰਬੂਜੇ ਨੇ ਸਾਡੇ ਖਰਬੂਜੇ ਤੇ ਐਸਾ ਰੰਗ ਚਾੜਿਆ ਕਿ ਸਾਡਾ ਖਰਬੂਜਾ ਤੇ ਹਾਈਬ੍ਰਿਡ ਟਮਾਟਰ ਬਣਿਆ ਬੈਠ ਹੈਂ ਉਹ ਕਮਲੀਏ ਮੈਂ ਮੁਹੱਬਤ ਨਾਲ ਉੱਛਲ ਉੱਛਲ ਜਾ ਰਿਹਾ ਤੇ ਤੇਰੇ 'ਤੇ ਕੋਈ ਅਸਰ ਹੀ ਨਹੀਂ ਹੈ ਉਹ ਤੇਰਾ ਪ੍ਰਾਹੁਣਾ ਬੈਠਾ ਤੇਰੇ ਲਾਗੇ ਤੇਰਾ ਲਾੜਾ ਨੀਂਗਰ ਚੰਦ ਲਾੜਾ ਖੱਖਾ ਸੱਸਾ ਮੰਮਾ ਖਸਮ ਤੂੰ ਆ ਫੋਨ 'ਤੇ ਜੂਆਂ ਜਿਹੀਆਂ ਮਾਰੀ ਜਾਂਦੀ ਹੈ ਟਿੱਚ 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 ਕੀ ਲੱਭਦਾ ਇਹ 'ਚੋਂ ਵੈਸੇ ਨਾ ਨਿੰਮ 'ਚ ਜਿੰਨਾ ਮਰਜ਼ੀ ਮਿੱਠਾ ਪਾ ਲਓ ਉਹ ਕੌੜਾ ਦਾ ਕੌੜਾ ਹੀ ਰਹਿਣਾ ਉਹੀ ਹਾਲ ਤੁਹਾਡਾ ਤੁਹਾਡੇ ਨਾਲ ਜਿੰਨੀਆਂ ਮਰਜ਼ੀ ਮਿੱਠੀਆਂ ਗੱਲਾਂ ਕਰ ਲਓ ਪਰ ਨਹੀਂ ਤੁਹਾਨੂੰ ਤਾਂ ਮੇਰੇ ਕੋਲ ਰਹਿਣੀ ਸ਼ਿਕਾਇਤ ਰਹਿਣੀ ਰਹਿਣੀ ਹੈ ਹਾਂ ਜੱਟਾਂ ਨੂੰ ਕਿੱਥੇ ਪਿਆਰ ਪਿਓਰ ਕਰਨੇ ਆਉਂਦੇ ਆ ਓਏ ਕਮਲੀਏ ਜੱਟਾਂ ਜਿੰਨਾ ਪਿਆਰ ਕੌਣ ਕਰ ਸਕਦਾ ਵੱਖਰੀ ਗੱਲ ਹੈ ਵਿਚਾਰਿਆਂ ਨੂੰ ਇਜ਼ਹਾਰ ਨਹੀਂ ਕਰਨਾ ਆਉਂਦਾ ਅੱਜ ਸੱਜੀ ਅੱਖ ਫਰਕੀ ਜਾਂਦੀ ਹੈ ਉਹ ਕਿਵੇਂ ਆ ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਮੈਂ ਪਛਾਣਿਆ ਨਹੀਂ ਸਾਡੇ ਵਰਗੇ ਬੰਦੇ ਜਦ ਕਿਸੇ ਦੇ ਘਰ ਜਾਂਦੇ ਆ ਨਾ ਤਾਂ ਲੋਕ ਅਕਸਰ ਪਹਿਚਾਨਣ ਤੋਂ ਮਨਾ ਕਰ ਦਿੰਦੇ ਆ ਤੁਸੀਂ ਸ਼ਬੀਲ ਦੀ ਪਰਚੀ ਕੱਟਣ ਜਾਂਦੇ ਹੋਣੇ ਤਾਂ ਹੀ ਨਹੀਂ ਪਛਾਣਦੇ ਹੋਣੇ ਤੁਹਾਨੂੰ ਉਹ ਬਹੁਤ ਵਧੀਆ ਮਜ਼ਾਕ ਕਰਦੇ ਰੰਧਾਵਾ ਸਾਹਿਬ ਤੁਸੀਂ ਵੈਸੇ ਮੈਂ ਰਿਸ਼ਤੇਦਾਰ ਹਾਂ ਤੁਹਾਡਾ ਰਿਸ਼ਤੇਦਾਰ ਕਿਹੜੇ ਪਾਸਿਓ ਉਹ ਬਟਾਲੇ ਸਮਝਾਇਆ ਇਹਨੂੰ ਤੁਸੀਂ ਸਮਝਾਉਣ ਲਈ ਵੀ ਬੰਦਾ ਰੱਖਿਆ ਭਾਜੀ ਨੇ ਆਪਣੀ ਭੈਣ ਦਾ ਵਿਆਹ ਤੁਹਾਡੇ ਮੁੰਡੇ ਮਨੂ ਨਾਲ ਪੱਕਾ ਕੀਤਾ ਹੋਇਆ
ਹੁਣ ਸਮਝਣਾ ਸਮਝਾਉਣਾ ਬੰਦ ਕਰੋ ਤੇ ਵਿਆਹ ਦੀਆਂ ਤਿਆਰੀਆਂ ਕਰੋ। ਕਿਹੜਾ ਮੁੰਡਾ? ਮੇਰਾ ਤੇ ਮੁੰਡਾ ਬਾਹਰ ਰਹਿੰਦਾ, 3 ਸਾਲ ਹੋ ਗਏ, ਉਹਨੇ ਇੰਡੀਆ ਗੇੜਾ ਨਹੀਂ ਮਾਰਿਆ। ਤੂੰ ਕਿਹਦੇ ਨਾਲ ਆਪਣੀ ਭੈਣ ਵਿਆਹਤੀ? ਭੈਣ ਦਿਆ ਵੀਰਾ, ਉਹ ਬਹੁਤ ਮਜ਼ਾਕ ਹੋ ਗਿਆ ਰੰਧਾਵਾ ਸਾਹਿਬ, ਜੇ ਮੇਰੇ ਤੇ ਯਕੀਨ ਨਹੀਂ ਹੈਗਾ। ਉਹ ਕੀ ਨਾਂ ਤੁਹਾਡੇ ਨੌਕਰ ਦਾ? ਅਮਰੂ। ਉਹਨੂੰ ਬੁਲਾਓ ਤੇ ਉਹਨੂੰ ਪੁੱਛੋ ਕੀ ਮਤਲਬ ਹੋਏ। ਸਭ ਪਤਾ ਉਹਨੂੰ, ਅਮਰੂ ਤਾਂ ਪਿੰਡ ਗਿਆ ਹੋਇਆ। ਹੋਰ ਰੰਧਾਵੇ, ਰਾਜਵੀਰ ਭਾਜੀ ਨਾਲ ਤਮੀਜ਼ ਨਾਲ ਗੱਲ ਕਰ, ਅੱਜ ਤਾਂ ਸਿਰਫ ਮੈਨੂੰ ਗੁੱਸਾ ਆਇਆ। ਜੇ ਭਾਜੀ ਨੂੰ ਆ ਗਿਆ ਨਾ, ਫਿਰ ਮੈਨੂੰ ਨਹੀਂ ਪਤਾ, ਭਾਜੀ ਦੱਸਣਗੇ। ਦੱਸੋ ਜੀ। ਗੱਲ ਸੁਣੋ ਰੰਧਾਵਿਆ, ਸੱਸੇ ਦੱਸਦੇ ਕਿੱਥੇ ਮੁੰਡਾ ਤੇਰਾ? ਨਹੀਂ ਜੇ ਰਾਜਵੀਰ ਕਿਤੇ ਆਪਣੀ ਆਈ ਤੇ ਆ ਗਿਆ ਨਾ। ਉਹ ਤੁਹਾਨੂੰ ਕਿਹਾ ਮੇਰਾ ਮੁੰਡਾ ਬਾਹਰ ਰਹਿੰਦਾ। ਮੈਂ ਤੇਰੇ ਦੂਜੇ ਮੁੰਡੇ ਦੀ ਗੱਲ ਕਰਦਾ। ਉਹ ਦੂਜਾ ਕਿਹੜਾ ਮੁੰਡਾ? ਆਪਣਾ ਕੋਈ ਹੋਰ ਵੀ ਮੁੰਡਾ ਹੈਗਾ? ਮੇਰਾ ਤਾਂ ਹੈ ਨਹੀਂ, ਪਰ ਤੁਹਾਡਾ ਮੈਨੂੰ ਪਤਾ ਨਹੀਂ। ਗੱਲਾਂ ਬਹੁਤ ਹੋ ਗਈਆਂ। ਤੂੰ ਚਾਹੁੰਦਾ ਨਾ ਤਾਂ ਹੋਰ ਪਾਸੇ ਵਿਆਹ ਕਰਨਾ, ਪਰ ਇਹ ਹੋਣ ਨਹੀਂ ਦੇਣਾ ਮੈਂ। ਤੇਰੇ ਮੁੰਡੇ ਦਾ ਵਿਆਹ ਮੇਰੀ ਭੈਣ ਨਾਲ ਹੋਊਗਾ। 15 ਦਿਨ ਦੇ ਵਿੱਚ ਵਿੱਚ ਆਪਣੇ ਮੁੰਡੇ ਮਨੂ ਨੂੰ ਲੱਭ ਲਾ, ਨਹੀਂ ਤਾਂ ਰਾਜਵੀਰ ਦਾ ਦਿਮਾਗ ਜਦ ਖਰਾਬ ਹੋ ਜਾਂਦਾ ਨਾ ਤਾਂ ਗੋਲੀਆਂ ਚੱਲਣ ਲੱਗੇ ਦੇਰ ਨਹੀਂ ਲੱਗਦੀ। ਸਤਿ ਸ੍ਰੀ ਅਕਾਲ। ਹਲੇ ਇੱਕ ਕਾਕੇ ਦਾ ਪਤਾ ਲੱਗਾ, ਹੋਰ ਪਤਾ ਨਹੀਂ ਕਿਹੜੇ ਕਿਹੜੇ ਕਾਕੇ ਤੁਹਾਡੇ ਬਾਹਰ। ਕਿਹੜਾ ਕਾਕਾ ਯਾਰ! ਵਾਹ ਰੱਬਾ, ਜਿੰਨੀ ਜਲਦੀ ਤੂੰ ਮੇਰੀ ਜੋੜੀ ਬਣਾਈ ਓਨੀ ਜਲਦੀ ਤੋੜ ਵੀ ਦਿੱਤੀ। ਪਤਾ ਨਹੀਂ ਕਦੋਂ ਜਾਊਂ ਰੰਧਾਵਾ ਵਾਪਸ। ਉਹ ਅਗਲਾ ਫੋਨ ਆ ਗਿਆ। ਅਮਰੂ! ਹਾਂ ਅਮਰੂ, ਕਿਵੇਂ ਆ? ਕੀ ਪਿੰਡ ਚੱਲਾਂ ਵਾਪਸ? ਮੈਂ ਵੀ ਪਿੱਛੇ ਹਟ ਜਾਂ? ਉਹ ਵੀਰੇ, ਇੱਦਾਂ ਕਿੱਦਾਂ ਪਿੱਛੇ ਹਟ ਜਾ? ਤੂੰ ਜਾ ਪਿੰਡ, ਕਰੂੰ ਮੈਂ ਤੈਨੂੰ ਫੋਨ। ਚੰਗਾ, ਕਹਿੰਦਾ ਪਿੱਛੇ ਹਟ ਜਾ। ਉਹ ਇੱਦਾਂ ਕਿੱਦਾਂ ਹਰਜੂ ਜੱਟ ਪਿੱਛੇ? ਉਹ ਮੈਂ ਨਹੀਂ ਹਟਦਾ ਹੁਣ ਪਿੱਛੇ। ਜੱਟ ਪਿੱਛੇ ਹਟਦਾ ਨਹੀਂ, ਜਦੋਂ ਆਪਣੀ ਅੜੀ ਤੇ ਅੜ ਜਾਵੇ। ਉਹ ਵੈਰੀਆਂ ਤੋਂ ਡਰਦਾ ਨਹੀਂ, ਹਿੱਕ ਤਾਣ ਕੇ ਜਦੋਂ ਇਹ ਖੜ ਜਾਵੇ।
ਅੜ ਜਾਵੇ ਉਹ ਵੈਰੀਆਂ ਤੋਂ ਡਰਦਾ ਨਹੀਂ ਇੱਕ ਤਾਣ ਕੇ ਜਦੋਂ ਇਹ ਖੜ ਜਾਵੇ ਆ ਮੋਟਰ ਚਲਾਣੀ ਹੈ ਕਾਕੇ ਹਟ ਜਾ ਪਿੱਛੇ ਉਹ ਕਿਆ ਤੇ ਹੈ ਨਹੀਂ ਅੜਨਾ ਪਿੱਛੇ ਮੋਟਰ ਚਲਾਣੀ ਫੇਰ ਅੜ ਸਣ ਅੱਟ ਪਿੱਛੇ ਅੱਟਦਾ ਨਹੀਂ ਜਦੋਂ ਆਪਣੀ ਅੜੀ ਦੇ ਅੜ ਜਾਏ ਲਵਲੀ ਕੀ ਗੱਲ ਹੋ ਗਈ ਅੱਜ ਬੜੀ ਚੁੱਪ ਚਾਪ ਜੀ ਹੈ ਠੀਕ ਹੈ ਸਭ ਕੁਛ ਨਹੀਂ ਯਾਰ ਮੇਰੇ ਡੈਡ ਨੇ ਮੇਰੇ ਵਿਆਹ ਲਈ ਮੁੰਡਾ ਫਾਈਨਲ ਕਰਤਾ ਤੇ ਉਹ ਕੱਲ ਪਿੰਡ ਤੋਂ ਸ਼ਹਿਰ ਆ ਰਿਹਾ ਤੂੰ ਵਿਆਹ ਕਰਾ ਰਹੀ ਆ ਮੇਰਾ ਕੀ ਬਣੂਗਾ ਜੋਗੇ ਮੇਰਾ ਮਤਲਬ ਹੈ ਹਾਲੀ ਕਾਹਦੀ ਵਿਆਹ ਕਰਾਉਣ ਦੀ ਨਾਲੇ ਲਾਗ ਨੇੜੇ ਵੀ ਦੇਖ ਲਈਦਾ ਹੁੰਦਾ ਕਈ ਵਾਰ ਆਲੇ ਦੁਆਲੇ ਵੀ ਚੰਗਾ ਮੁੰਡਾ ਮਿਲ ਜਾਂਦਾ ਆਲੇ ਦੁਆਲੇ ਤਾਂ ਦੇਖਾਂ ਜੇ ਪਿੰਡ ਵਾਲਾ ਵਾਪਿਸ ਪਿੰਡ ਚਲਾ ਜਾਏ ਐਡੀ ਗੱਲ ਚੱਲ ਫਿਰ ਸਮਝ ਕੇ ਪਿੰਡ ਵਾਲਾ ਵਾਪਿਸ ਪਿੰਡ ਪਹੁੰਚ ਰਿਹਾ ਉਹਦੀ ਟਿਕਟ ਮੈਂ ਕਟਾ ਦੂੰਗਾ ਤੂੰ ਉਹਦੀ ਫੋਟੋ ਬਸ ਮੈਨੂੰ ਵਟਸਐਪ ਕਰ ਦੀ ਠੀਕ ਹੈ ਲਵਲੀ ਕੀ ਹੋਇਆ ਆ ਜਿਹੜੀ ਵਿਆਹ ਵਾਲੀ ਗੱਲ ਆ ਨਾ ਇਹਨੂੰ ਕੈਂਸਲ ਨਾ ਕਰੀ ਬਸ ਮੁੰਡਾ ਜ਼ਰਾ ਸੋਚ ਸਮਝ ਕੇ ਸਿਲੈਕਟ ਕਰੀ ਪਹਿਲਾਂ ਜਿਹੜਾ ਤੈਨੂੰ ਕੰਮ ਕਿਹਾ ਨਾ ਤੂੰ ਉਹ ਕਰ ਔਰ ਰਹੀ ਮੁੰਡੇ ਦੀ ਗੱਲ ਉਹ ਮੈਂ ਤੇ ਤੋਂ ਪੁੱਛ ਕੇ ਕਰਾਂਗੀ ਹੈ ਲਵਲੀ ਇੱਥੇ ਹਾਂ ਹੈਲੋ ਅਮਰੂ ਜਦੋਂ ਦਾ ਪਿੰਡ ਗਿਆ ਮਰਿਆ ਕੰਜਰ ਦਾ ਬੂਟੇ ਪਾਣੀ ਹੁਣ ਸੁੱਕੀ ਜਾਂਦੇ ਆ ਤੂੰ ਪ੍ਰੋਗਰਾਮ ਬਣਾ ਲਿਆ ਮੈਂ ਨਹੀਂ ਹੁਣ ਰਹਿੰਦੀ ਤੁਹਾਡੇ ਨਾਲ ਤੂੰ ਲੁੱਟੀ ਸੈਂ ਇਹ ਨਵੀਆਂ ਚੀਜ਼ਾਂ ਦੇ ਸ਼ੌਕ ਨੇ ਨਾ ਮੇਰਾ ਘਰ ਹੀ ਪੱਟ ਕੇ ਰੱਖ ਦਿੱਤਾ ਕਿਤੇ ਨਹੀਂ ਪੱਟਿਆ ਜਾਂਦਾ ਤੇਰਾ ਘਰ ਆ ਵੇਖ ਤੇਰਾ ਸੁਹਾਗ ਸਾਕਸ਼ਾਤ ਤੇਰੇ ਸਾਹਮਣੇ ਖਲੋਤਾ ਜਿਉਂਦਾ ਜਾਗਦਾ ਅੱਛਾ ਤੇ ਫਿਰ ਉਹ ਕੁੜੀ ਕੌਣ ਸੀ ਕਿਹੜੀ ਕੁੜੀ ਉਹੀ ਜਿਹੜੀ ਸਾਡੇ ਲੌਂਚ ਚੋਂ ਨਿਕਲੀ ਸੀ ਉਹ ਲੌਂਚ ਚੋਂ ਕੋਈ ਕੁੜੀ ਨਹੀਂ ਆਈ ਬਹੁਤਾ ਮੈਂ ਬੂਟਿਆਂ ਨੂੰ ਪਾਣੀ ਪਾ ਕੇ ਆਇਆ ਪਤਾ ਮੈਨੂੰ ਜਿਹੜਾ ਤੁਸੀਂ ਪਾਣੀ ਦੇ ਰਹੇ ਸੀ ਤੁਹਾਡਾ ਇੱਕ ਇੱਕ ਰੰਗ ਦੇਖ ਰਹੀ ਹਾਂ ਸ਼ਹਿਰ ਆ ਕੇ ਨਾ ਤੁਹਾਡੇ ਰੰਗ ਟੰਗ ਬਦਲ ਗਏ ਉਹ ਇੱਥੇ ਆ ਕੇ ਮੈਂ ਹੋਲੀ ਖੇਡਣ ਲੱਗ ਪਿਆ ਜਾਂ ਮੈਂ ਲਲਾਰੀ ਦੀ ਹੱਟੀ ਪਾ ਲਈ ਆ ਜਿਹੜੇ ਤੈਨੂੰ ਮੇਰੇ ਵੱਖਰੇ ਵੱਖਰੇ ਰੰਗ ਦਿਸਣ ਲੱਗ ਪਏ ਨੇ ਲਲਾਰ ਨੇ ਬਸ ਬਸ ਹੁਣ ਗੱਲ ਨਾ ਬਦਲੋ
ਕਦੀ ਆ ਕੇ ਕੋਈ ਤੁਹਾਡੇ ਮੁੰਡੇ ਬਾਰੇ ਪੁੱਛਦਾ, ਕਦੀ ਤੁਹਾਡੇ ਲੌਂਚ ਚੋਂ ਕੁੜੀ ਨਿਕਲਦੀ ਹੈ। ਓ ਰੱਬ ਦਾ ਵਾਸਤਾ ਆਵੇ ਬਖਸ਼ ਲੈ ਮੈਨੂੰ, ਮੇਰਾ ਜੀ ਕਰਦਾ ਮੈਂ ਨਾ ਇੱਟ ਮਾਰ ਕੇ ਆਪਣਾ ਸਿਰ ਪਾੜ ਲਵਾਂ। ਹਾਂ ਹਾਂ, ਉਹ ਨਵੀਆਂ ਜੋ ਹੈਗੀਆਂ ਤੁਹਾਡਾ ਸਿਰ ਕੁੱਟਣ ਨੂੰ। ਨਾ ਹੁਣ ਚੱਲੇ ਕਿੱਥੇ ਹੋ? ਗੁਆਂਢੀਆਂ ਦੀ ਕੰਧ 'ਚ ਸਿਰ ਮਾਰਨ ਚੱਲੇ ਆ, ਚੱਲੇ ਕਿੱਥੇ ਜੇ? ਉਹ ਦੇਖਿਓ, ਗੁਆਂਢੀਆਂ ਦੀ ਕੰਧ ਨਾ ਢਾ ਦਿਓ। ਚੱਲ ਮੈਂ ਤੈਨੂੰ ਫੇਰ ਕਰਦਾ, ਮੈਂ ਜ਼ਰੂਰੀ ਕੰਮ ਆਇਆ ਹੋਇਆ। ਚੱਲ ਓਕੇ ਓਕੇ। ਲਵਲੀ, ਆ ਗਿਆ ਮੈਂ ਤੈਨੂੰ ਲੈਣ। ਮੈਨੂੰ ਪਤਾ ਹੈ ਤੂੰ ਮੈਨੂੰ ਉਡੀਕਦੀ ਹੋ। ਆ ਕਿਹੜਾ ਆਣ ਵੜਿਆ ਉਹ ਡੈਂਬਰ ਅਜਿਹਾ ਹੈ? ਮਾਮਾ ਵੇਂਹਦਾ ਵੇਖ ਜਿੱਦਾਂ ਗਾਂ ਨੇ ਲਕ ਸਾਬਣ ਦੀ ਚਾਕੀ ਚੱਬ ਲਈ ਹੁੰਦੀ ਹੈ। ਤੂੰ ਉਹ ਬਿਟਰ ਭੰਗਿਆ ਕੀ ਹੈ? ਲਊ ਅੱਖਾਂ ਕੱਟ ਕੱਟ ਵੇਖੀ ਜਾ ਰਿਹਾ, ਕਿਹਨੂੰ ਲੱਭ ਰਿਹਾ? ਆਪਣੀ ਲਵਲੀ ਨੂੰ। ਉਹ ਤੂੰ ਸਵੇਰੇ ਸਵੇਰੇ ਭੰਗ ਪੀ ਕੇ ਤਾਂ ਨਹੀਂ ਆ ਗਿਆ? ਇੱਥੇ ਜਿਹੜੀ ਲਵਲੀ ਰਹਿੰਦੀ ਹੈ ਨਾ, ਉਹ ਆਪਣੀ ਨਹੀਂ ਹੈ, ਮੇਰੀ ਹੈ, ਇਕੱਲੇ ਦੀ। ਨਾਲੇ ਤੂੰ ਲਵਲੀ ਨੂੰ ਕਿੱਦਾਂ ਜਾਣਦਾ ਹੋਵੇ? ਕਿੱਦਾਂ ਜਾਣਦਾ? ਇਹ ਲਵਲੀ ਨੂੰ ਪੁੱਛੋ ਅਤੇ ਨਾਲੇ ਤੁਸੀਂ ਕੌਣ ਹੋ? ਮੈਂ ਤਾਂ ਅੱਜ ਤੱਕ ਕਦੇ ਲਵਲੀ ਨਾਲ ਤੁਹਾਨੂੰ ਦੇਖਿਆ ਨਹੀਂ, ਨਾ 3 'ਚ, ਨਾ 13 'ਚ, ਨਾ ਟੋਕਰੀ ਵਾਲੇ ਬੇਰਾਂ 'ਚ, ਨਾ ਪਲੇਅਰਾਂ 'ਚ, ਨਾ ਸਪੇਅਰਾਂ 'ਚ। ਅੱਛਾ, ਮੈਂ ਪਲੇਅਰਾਂ ਅਤੇ ਸਪੇਅਰਾਂ 'ਚ ਨਹੀਂ ਹੈ ਅਤੇ ਤੂੰ ਰਸ਼ੀਆ ਤੋਂ ਤਗਮਾ ਜਿੱਤ ਕੇ ਮੁੜੇ ਆ? ਜਿੱਤਿਆ ਜਿੱਤਿਆ ਤਾਂ ਮੈਂ ਲਵਲੀ ਦਾ ਦਿਲ ਹੈ, ਅਤੇ ਨਾਲੇ ਮੈਂ ਲਵਲੀ ਨੂੰ ਉਦੋਂ ਦਾ ਜਾਣਦਾ ਜਦੋਂ ਦੀਆਂ ਮੇਰੀਆਂ ਅੱਖਾਂ ਖੋਲੀਆਂ। ਅੱਖਾਂ ਖੋਲਣ ਨੂੰ ਤੂੰ ਲਵਲੀ ਦੀ ਗੋਦੀ 'ਚ ਖੇਡਦਾ ਰਿਹਾ ਹੈ? ਕੀ ਕਰਾਉਣਾ ਤੂੰ ਲਵਲੀ ਤੋਂ? ਹੈ ਓਹੋ, ਬੱਦਲ ਉੱਤੇ ਹੋਏ ਆ ਅਤੇ ਗਰਜ ਤੁਸੀਂ ਰਹੇ ਹੋ, ਅਤੇ ਨਾਲੇ ਮੈਂ ਵਿਆਹ ਕਰਾਉਣਾ ਲਵਲੀ ਦੇ ਨਾਲ। ਇੰਨੇ ਇੰਨੇ ਹੁੰਦੇ ਸੀ ਜਦੋਂ ਸਾਡਾ ਵਿਆਹ ਪੱਕਾ ਹੋ ਗਿਆ ਸੀ। ਓਏ ਓਏ, ਨਸ਼ਿਆਂ ਦੇ ਆ ਪੱਟਿਆ, ਮੰਨਿਆ ਵੀ ਪੰਜਾਬ ਨਸ਼ਿਆਂ 'ਚ ਡੁੱਬ ਗਿਆ, ਪਰ ਇੰਨਾ ਵੀ ਨਹੀਂ ਡੁੱਬ ਗਿਆ ਬਈ ਉਮਰਾਂ ਦੇ ਲਿਹਾਜ਼ ਹੀ ਭੁੱਲ ਜਾਣ। ਓ ਬਾਬਾ ਜੀ! ਓਏ ਬਾਬਾ ਜੀ ਕੀ ਹੁੰਦਾ? ਓਏ ਮੈਂ ਦੰਦ ਭੁੱਲਾਂ ਤੁਹਾਡੇ ਘਰ। ਨਸ਼ਾ ਤਾਂ ਮੈਨੂੰ ਲੱਗਿਆ ਚਿੱਟੇ ਦਾ ਨਹੀਂ, ਮੈਨੂੰ ਤਾਂ ਲਵਲੀ ਦਾ ਨਸ਼ਾ ਲੱਗਿਆ। ਜੋਗੀਆਂ ਦੇ ਕੰਨਾਂ ਵਿੱਚ ਸੱਚ ਦੀਆਂ ਮੁੰਦਰਾਂ ਤੇ ਮੁੰਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ ਲਵਲੀ, ਮੈਨੂੰ ਸਭ ਪਾਸੇ ਤੂੰ ਦਿਸਦਾ। ਤੈਨੂੰ ਸਭ ਕੁਝ ਦੀਦਾ ਪਰ ਤੈਨੂੰ ਸ਼ੀਸ਼ੇ 'ਚ ਆਪਣਾ ਮੂੰਹ ਨਹੀਂ ਦੀਦਾ। ਕਿਹੋ ਜਿਹੀ ਸ਼ਕਲ ਆ ਤੇਰੀ ਓਏ, ਜਿੱਦਾਂ ਜਰਾਬ ਧੋ ਕੇ ਸੁੱਕਣੇ ਪਾਈ ਹੁੰਦੀ ਆ? ਮੈਂ ਬੜੀਆਂ ਬੜੀਆਂ ਸ਼ਕਲਾਂ ਵੇਖੀਆਂ, ਕਿਹੋ ਜਿਹੀ ਸ਼ਕਲ ਆ ਤੂੰ ਓਏ, ਜਿਹੜੀ ਸ਼ਕਲ ਹੀ ਨਹੀਂ ਲੱਗਦੀ। ਲਵਲੀ 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 ਲਵਲੀ, ਸ਼ਹਿਰ ਦੇ ਨਾਲ ਨਾਲ ਪਿੰਡ 'ਚ ਵੀ ਹੋਲੀਆਂ ਖੇਡੀ ਜਾ ਰਹੀ ਆ ਅਤੇ ਰੰਗ ਮੇਰੇ ਪਰਖਦੀ ਆ, ਇਹ ਕੀ ਚੱਕਰ ਹੈ? ਉਹ ਆਪਣੇ ਆਪ ਨਾਲ ਕੀ ਬੁੜਬੜਾਈ ਜਾਂਦੇ ਹੋ? ਛੇਤੀ ਮੇਰੀ ਲਵਲੀ ਨੂੰ ਬੁਲਾ ਦਿਓ ਤੁਸੀਂ। ਓਏ ਪਹਿਲਾਂ ਤੂੰ ਮੇਰੀ ਜਨਾਨੀ ਦਾ ਨਾਂ ਲੈ ਕੇ ਇਹੋ ਜਿਹੀਆਂ ਫੀਲਿੰਗਾਂ ਜੀਆਂ ਨਾ ਲੈ। ਤੂੰ ਹੁੰਦਾ ਕੌਣ ਹੈ ਮੇਰੀ ਜਨਾਨੀ ਨੂੰ ਸ਼ਹਿਰੋਂ ਪਿੰਡ ਲੈ ਆਉਣ ਦੀਆਂ ਗੱਲਾਂ ਕਰਨ ਵਾਲਾ? ਕਿਹਦੀ ਜਨਾਨੀ? ਓ ਮੇਰੀ ਜਨਾਨੀ, ਹੋਰ ਕਿਹਦੀ ਜਨਾਨੀ? ਤੇਰੀ ਭੂਆ ਦੀ ਗੱਲ ਨਹੀਂ ਕਰਦਾ ਮੈਂ। ਹੈਂ, ਤੁਹਾਡੀ ਜਨਾਨੀ? ਆਹੋ, ਲਵਲੀ ਨੇ ਬੁੜੇ ਨਾਲ ਵਿਆਹ ਕਰਾ ਲਿਆ। ਬੁੜਾ ਕਿਹਨੂੰ ਕਿਹਾ ਓਏ? ਮੈਂ ਤੈਨੂੰ ਦੱਸਾਂ, ਮੇਰੇ ਤੇ ਬਾਹਰੋਂ ਭੁਲੇਖਾ ਨਾ ਖਾਵੀਂ, ਮੇਰਾ ਥਰਮੋਸ ਵਾਲਾ ਹਿਸਾਬ ਹੀ। ਜ਼ਰੂਰ ਕੋਈ ਚੱਕਰ ਹੈ, ਤੁਸੀਂ ਲਵਲੀ ਨੂੰ ਬੁਲਾਓ, ਮੈਂ ਲਵਲੀ ਨਾਲ ਗੱਲ ਕਰਨੀ ਹੈ। ਓ ਮੈਂ ਕਹਿੰਦਾ ਤੂੰ ਇੱਥੋਂ ਤਿੱਤਰ ਹੋ ਜਾ, ਉਹ ਨਾ ਹੋਵੇ 4 ਬੰਦੇ ਤੈਨੂੰ ਫੱਟੇ ਤੇ ਪਾ ਕੇ ਲੈ ਕੇ ਜਾਣ। ਮੈਂ ਜਾਣਾ ਨਹੀਂ ਲਵਲੀ ਨਾਲ ਗੱਲ ਕਰੇ ਬਿਨਾ। ਲਵਲੀ! ਓ ਭਾਲਿਆ, ਓ ਭਾਲਿਆ, ਇੱਧਰ ਆ। ਐਸਾ ਮੰਜਾ ਲਾਓ ਇਹਦਾ ਵੀ ਸਾਰੀ ਉਮਰ ਪੈਰਾਂ ਭਾਰ ਹੋ ਬੈਠੇ। ਜਾਤੀ ਕੋੜ ਕਰਲੀ ਸ਼ਤੀਰਾਂ ਨਾਲ ਜੱਫੇ, ਹੁਣ ਪਤਾ ਲੱਗੂ ਚੜ ਕੇ ਰੰਧਾਵੇ ਦੇ ਧੱਕੇ। ਲਵਲੀ, ਮੈਂ ਫੇਰ ਆਊਂਗਾ।
ਮੈਨੂੰ ਕੁੱਟਿਆ, ਤੇਰੇ ਨੀ ਭਰਾਵਾਂ ਮੈਨੂੰ ਕੁੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਦੇਖਾਂ ਯਾਰ, ਰੰਧਾਵਾ ਗਿਆ ਕਿ ਨਹੀਂ ਗਿਆ ਪਿੰਡ। ਉਹ ਕੀ ਆ ਤੈਨੂੰ, ਆ ਮੂੰਹ ਗਲੇ 'ਚ ਜਾਇਆ? ਕੀ ਦੱਸਾਂ ਬਾਈ, ਇਸ਼ਕੇ ਦੀਆਂ ਚੋਟਾਂ ਨੇ ਜਿਹੜੀਆਂ ਮੂੰਹ ਤੇ ਵੱਜੀਆਂ ਨੇ। ਬਾਈ ਤੂੰ ਕੌਣ ਹੈ? ਮੈਂ? ਮੈਨੂੰ ਤੂੰ ਰੱਬ ਦਾ ਹੀ ਬੰਦਾ ਸਮਝ, ਚਲਾ ਤੇਰਾ ਇਲਾਜ ਕਰਾਵਾਂ ਮੈਂ, ਆ ਜਾ। ਗੁਲਾਬ ਨੂੰ ਹੱਥ ਪਾਇਆ ਸੀ ਬਾਈ, ਕੰਢੇ ਵੱਜੇ ਯਾਰ। ਓਏ ਕੋਈ ਨਹੀਂ ਕੋਈ ਨਹੀਂ, ਆ ਜਾ। ਲਵਲੀ ਕੀ ਹੋਇਆ? ਹੁਣ ਤਾਂ ਤੇਰੀ ਜੌਬ ਵੀ ਲੱਗ ਗਈ ਹੈ, ਆਪਣੇ ਫਲੈਟ ਵਿੱਚ ਹੈ, ਅਤੇ ਕੁਛ ਟਾਈਮ ਬਾਅਦ ਆਪਣੇ ਮੋਮ ਨੂੰ ਵੀ ਇੱਥੇ ਬੁਲਾ ਲੈਣਾ, ਅਤੇ ਹੁਣ ਕੀ ਪ੍ਰੋਬਲਮ ਹੈ? ਤੈਨੂੰ ਯਾਦ ਹੈ ਮੈਂ ਰੰਧਾਵੇ 'ਤੇ ਘਰ ਗਈ ਸੀ ਜੌਬ ਲਈ? ਉਹ ਹਾਂ, ਉੱਥੇ ਨਾ ਮੈਨੂੰ ਜੋਗਾ ਮਿਲਿਆ ਸੀ, ਅਤੇ ਉਹਨੂੰ ਲੱਗਾ ਕਿ ਮੈਂ ਰੰਧਾਵੇ ਦੀ ਕੁੜੀ ਹਾਂ। ਉਹਨੇ ਆਪਣੇ ਸ਼ੋਰੂਮ 'ਚ ਮੈਨੂੰ ਜੌਬ ਵੀ ਇਸ ਲਈ ਦਿੱਤੀ ਹੈ, ਅਤੇ ਮੈਂ ਵੀ ਉਹਨੂੰ ਸੱਚ ਨਹੀਂ ਦੱਸ ਪਾਈ ਯਾਰ। ਅਤੇ ਇਹਦੇ ਵਿੱਚ ਟੈਨਸ਼ਨ ਵਾਲੀ ਕਿਹੜੀ ਗੱਲ ਹੈ? ਤੂੰ ਵੀ ਨਾ ਯਾਰ, ਜੋ ਚੱਲ ਰਿਹਾ ਚੱਲਣ ਦੇ। ਮੈਂ ਉਹਨੂੰ ਹੋਰ ਝੂਠ ਨਹੀਂ ਕਹਿ ਸਕਦੀ, ਉਹ ਮੈਨੂੰ ਪਿਆਰ ਕਰਦਾ ਯਾਰ, ਅਤੇ ਕਿਤੇ ਨਾ ਕਿਤੇ ਮੈਂ ਵੀ ਉਹਨੂੰ ਪਸੰਦ ਕਰਦੀ ਹਾਂ। ਹਾਲੇ ਉਹਨੂੰ ਸੱਚ ਵੀ ਨਹੀਂ ਦੱਸ ਸਕਦੀ ਜਦ ਤੱਕ ਕਿਤੇ ਹੋਰ ਜੌਬ ਨਹੀਂ ਲੱਗ ਜਾਂਦੀ। ਤੂੰ ਇੱਕ ਕੰਮ ਕਿਉਂ ਨਹੀਂ ਕਰਦੀ? ਮੇਰਾ ਇੱਕ ਫਰੈਂਡ ਹੈ ਅਤੇ ਉਹਦੇ ਆਫਿਸ 'ਚ ਇੱਕ ਵੈਕੈਂਸੀ ਨਿਕਲੀ ਹੋਈ ਹੈ, ਅਤੇ ਤੂੰ ਉੱਥੇ ਜਾ, ਆਈ ਐਮ ਸ਼ੋਰ ਤੇਰੀ ਸਿਲੈਕਸ਼ਨ ਉੱਥੇ ਪੱਕਾ ਹੋ ਜਾਊਗੀ। ਪਰ ਮੈਂ ਜੋਗੇ ਨੂੰ ਕੀ ਕਹਾਂਗੀ? ਜੋਗੇ ਨੂੰ ਤੂੰ ਕਹਿ ਦੀ ਕਿ ਤੂੰ ਠੀਕ ਨਹੀਂ ਹੈ, ਅਤੇ ਤੂੰ ਆਫਿਸ ਵੀ ਨਹੀਂ ਆ ਸਕਦੀ, ਨਾਲੇ ਆਪਣਾ ਫੋਨ ਵੀ ਬੰਦ ਰੱਖੀ। ਜੇ ਜੋਗਾ ਤੈਨੂੰ ਸੱਚਾ ਪਿਆਰ ਕਰਦਾ ਤਾਂ ਉਹ ਤੇਰੀ ਵੇਟ ਜ਼ਰੂਰ ਕਰੂਗਾ। ਮਾਹੀਆ ਦਿਲ ਤੈਨੂੰ ਤੇਰੇ ਲੱਭਦਾ, ਆ ਜਾ ਵਾਸਤਾਏ ਤੈਨੂੰ ਰੱਬਦਾ। ਮਾਹੀਆ ਦਿਲ ਤੈਨੂੰ ਤੇਰੇ ਲੱਭਦਾ, ਦਿਲ ਖੋਇਆ ਰਹਿੰਦਾ ਏ। ਇੱਕ ਪਲ ਵੀ ਨਾ ਇਹਨੂੰ ਚੈਨ ਆਉਂਦਾ ਏ, ਯਾਦਾਂ ਤੇਰੀਆਂ ਚ ਦਿਲ ਖੋਇਆ ਰਹਿੰਦਾ ਏ, ਯਾਦਾਂ ਤੇਰੀਆਂ ਚ ਦਿਲ ਖੋਇਆ ਰਹਿੰਦਾ ਏ। ਦਿਲ ਦੇ ਤੇਰੀ ਨੂੰ ਤਰਸਦੇ ਨੇ, ਦੇਖਣਾ ਏ ਤੈਨੂੰ ਦਿਲ ਨੂੰ ਏ ਕਹਿ, ਤੇਰੇ ਬਿਨਾਂ ਸਾਨੂੰ ਹੁਣ ਨਹੀਂ ਓ ਚੈਨ।
ਬਹਿ ਗਿਆ ਕਿੱਥੇ ਮੈਂ ਤੂੰ ਸਾਡੇ ਕੋਲੋਂ ਰੁੱਸ ਕੇ ਚੰਨ ਤਾਰਿਆਂ ਤੋਂ ਪੁੱਛੇ ਅੱਧੀ ਰਾਤੀ ਉੱਠ ਕੇ ਬਹਿ ਗਿਆ ਕਿੱਥੇ ਮੈਂ ਤੂੰ ਸਾਡੇ ਕੋਲੋਂ ਰੁੱਸ ਕੇ ਚੰਨ ਤਾਰਿਆਂ ਤੋਂ ਪੁੱਛੇ ਅੱਧੀ ਰਾਤੀ ਉੱਠ ਕੇ ਚੰਨ ਤਾਰਿਆਂ ਤੋਂ ਪੁੱਛੇ ਅੱਧੀ ਰਾਤੀ ਉੱਠ ਕੇ ਪਿਆਰ ਤੇਰੇ ਦੇ ਵਿੱਚ ਮੈਂ ਖੋਣਾ ਹੋਰ ਕਿਸੇ ਦਾ ਹੁਣ ਨਹੀਂ ਹੋਣਾ ਤੇਰੇ ਬਿਨਾਂ ਚੰਗਾ ਹੁਣ ਲੱਗਦਾ ਨਹੀਂ ਜਿਉਣਾ ਮਾਹੀਆ ਦਿਲ ਤੈਨੂੰ ਫਿਰੇ ਲੱਭਦਾ ਆ ਜਾ ਵਾਸਤਾਏ ਤੈਨੂੰ ਰੱਬ ਦਾ ਮਾਹੀਆ ਨਹੀਂ ਨਹੀਂ ਬਾਈ ਸੋਫੇ 'ਤੇ ਗੱਲ ਹੀ ਪੈਂਦਾ ਆਪਣਾ ਹੀ ਘਰ ਸਮਝ ਆਰਾਮ ਨਾਲ ਬੈਠ ਚਿਰ ਤੇਰੇ ਲੱਗੀ ਲੱਗੀ ਹੈ ਹੁਣ ਮੈਨੂੰ ਇਹ ਦੱਸ ਆਹ ਸੱਟਾ ਸੁੱਟਾ ਲੱਗੇ ਕਿਵੇਂ ਤੇਰੇ ਬਸ ਯਾਰ ਬਾਈ ਪੁੱਛਣਾ ਯਾਰ ਬਾਈ ਮੈਂ ਜਿਹੜੇ ਪਿੰਡੋਂ ਆਇਆ ਮੈਂ ਪਿੰਡ ਦੀ ਕੁੜੀ ਨਾਲ ਪਿਆਰ ਕਰਦਾ ਅਤੇ ਉਹ ਆਈ ਹੋਈ ਹੈ ਇੱਥੇ ਸ਼ਹਿਰ ਪੜ੍ਹਨ ਮੇਰਾ ਵਿਆਹ ਪੱਕਾ ਹੋਇਆ ਉਹਦੇ ਨਾਲ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਉਹਨੇ ਬੁੜੇ ਨਾਲ ਵਿਆਹ ਕਰਾਇਆ ਹੋਇਆ ਬੁੜੇ ਨਾਲ ਵਿਆਹ ਕਰਾ ਲਿਆ ਮੇਰਾ ਵਿਆਹ ਪੱਕਾ ਹੋਇਆ ਵਾ ਉਹਦੇ ਨਾਲ ਚੱਲ ਕੋਈ ਨਹੀਂ ਹੁਣ ਤਾਂ ਵਿਆਹ ਵੀ ਹੋ ਗਿਆ ਹੁਣ ਇੱਥੇ ਰਹਿ ਕੀ ਫਾਇਦਾ ਤੁਸੀਂ ਪਿੰਡ ਵਾਪਸ ਮੁੜ ਜਾਓ ਉਹ ਨਹੀਂ ਨਹੀਂ ਬਾਈ ਬਾਈ ਜਦੋਂ ਤੱਕ ਇਹ ਨਹੀਂ ਪਤਾ ਲੱਗ ਜਾਂਦਾ ਕਿ ਕਿਹੜੀਆਂ ਮਜਬੂਰੀਆਂ ਜਿਨ੍ਹਾਂ 'ਚ ਉਹਨੂੰ ਵਿਆਹ ਕਰਾਉਣਾ ਪੈ ਗਿਆ ਬੁੜੇ ਨਾਲ ਹੈ ਮੈਂ ਪਿੰਡ ਜਾ ਕੇ ਕੀ ਜਵਾਬ ਦਊਂਗਾ ਮੈਂ ਤਾਂ ਸਗੋਂ ਦੱਸੂੰਗਾ ਕਿ ਬਈ ਇੱਦਾਂ ਇੱਦਾਂ ਹੋਇਆ ਜਦੋਂ ਉਹਦੀ ਮੰਮੀ ਨੂੰ ਪਤਾ ਹੈ ਕਿ ਸਾਡਾ ਵਿਆਹ ਪੱਕਾ ਹੋਇਆ ਸਮਝਿਆ ਸਮਝਿਆ ਮੈਂ ਕਿਉਂ ਨਾ ਇਹਨੂੰ ਮੈਂ ਇੱਥੇ ਰੱਖਾਂ ਕਿਉਂਕਿ ਰਾਜਵੀਰ ਦਾ ਕੋਈ ਪਤਾ ਨਹੀਂ ਕਦੋਂ ਇੱਥੇ ਆ ਜਾਵੇ ਗੱਲ ਤਾਂ ਤੇਰੀ ਵੀ ਠੀਕ ਹੈ ਬਾਈ ਇੰਜ ਕਰ ਤੂੰ ਇੱਥੇ ਹੀ ਰਹਿ ਅਤੇ ਮੈਂ ਤਿੰਨ ਕੁ ਦਿਨ ਤੱਕ ਵਾਪਸ ਆਉਣਾ ਚੱਲ ਮੈਂ ਹੁਣ ਚੱਲਦਾ ਥੈਂਕ ਯੂ ਬਾਈ ਜੀ ਤੂੰ ਆਪਣਾ ਖਿਆਲ ਰੱਖੀ ਅੱਛਾ ਠੀਕ ਹੈ ਜੇ ਕੋਈ ਆਇਆ ਤਾਂ ਬੂਆ ਬੂਆ ਧਿਆਨ ਨਾ ਖੋਲੀ ਠੀਕ ਹੈ ਬਾਈ ਜੀ ਚੰਗਾ ਚੰਗਾ ਯਾਰ ਲਵਲੀ ਦਾ ਫੋਨ ਵੀ ਸਵਿੱਚ ਆਫ ਆ ਰਿਹਾ ਦਿਖਦੀ ਵੀ ਨਹੀਂ ਕਿਤੇ ਉਰੇ ਜ਼ਿਆਦਾ ਹੀ ਬਿਮਾਰ ਨਾ ਹੋਵੇ ਕਿਤੇ ਯਾਰ ਚਲੋ ਫੋਨ ਦੇਖ ਕੇ ਉਹਨੂੰ ਖੁਸ਼ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਛਾਣਿਆ ਨਹੀਂ ਤੁਹਾਨੂੰ ਮੈਂ ਜੀ ਜੋਗਾ ਇਲੈਕਟ੍ਰੋਨਿਕਸ ਤੋਂ ਆਹ ਜਿਹੜਾ ਤੁਹਾਡੇ ਘਰ ਟੀਵੀ ਚੱਲਦਾ ਜੀ ਸਾਡਾ ਹੀ ਹੈ ਜੀ ਓ ਅੱਛਾ 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 ਹਾਂਜੀ ਪਰ ਟੀਵੀ ਤਾਂ ਠੀਕ ਚੱਲ ਰਿਹਾ ਟੀਵੀ ਤਾਂ ਠੀਕ ਹੈ ਜੀ ਹਾਂਜੀ ਹਾਂ ਮੈਂ ਟੀਵੀ ਠੀਕ ਕਰਨ ਆਇਆ ਸੀਗਾ ਮੈਂ ਤਾਂ ਲਵਲੀ ਨੂੰ ਵਿਸ਼ ਕਰਨ ਆਇਆ ਸੀ ਲਵਲੀ ਨੂੰ ਆਹ ਲਵਲੀ ਲਵਲੀ ਫੁੱਲ ਲਵਲੀ ਲਈ ਓ ਰੀਲੀ ਓ ਥੈਂਕ ਯੂ ਸੋ ਮੱਚ ਬਾਕੀ ਜੇ ਕਦੇ ਕੋਈ ਪ੍ਰੋਬਲਮ ਆਈ ਤਾਂ ਦੱਸ ਦਿਓ ਹਾਂ ਜ਼ਰੂਰ ਜੀ ਪ੍ਰੋਬਲਮ ਟੀਵੀ 'ਚ ਪ੍ਰੋਬਲਮ ਆਈ ਕੋਈ ਓਕੇ 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 ਥੈਂਕ ਯੂ ਠੀਕ ਹੈ ਜੀ ਦਿੱਤੇ ਸੀ ਥੈਂਕ ਯੂ ਦੀ ਮਾਂ ਕਹੀ ਜਾਂਦੀ ਹੈ ਚਲੋ ਆਪਾਂ ਤਾਂ ਫੁੱਲ ਪਹੁੰਚਾਉਣੇ ਸੀ ਪਹੁੰਚਾ ਤੇ
ਰਣਜੀਤ ਬਾਈ ਜੀ, ਹੈਪੀ ਨੂੰ ਸ਼ਹਿਰ ਗਿਆ ਕਈ ਦਿਨ ਹੋ ਗਏ, ਉਹਦਾ ਕੋਈ ਫੋਨ ਹੀ ਨਹੀਂ ਮਿਲ ਰਿਹਾ। ਹੈਪੀ ਠੀਕ ਠਾਕ ਤਾਂ ਹੈ? ਓਏ ਰਣਜੀਤ ਸਿੰਘ ਦਾ ਭਰਾ, ਉਹਨੂੰ ਕੀ ਹੋਣਾ? ਵੈਸੇ ਗੱਲ ਤਾਂ ਤੂੰ ਠੀਕ ਕਹਿ ਰਿਹਾ ਯਾਰ, ਮੈਂ ਵੀ ਕਈ ਦਿਨਾਂ ਤੋਂ ਫੋਨ ਲਗਾ ਰਿਹਾ, ਲੱਗ ਨਹੀਂ ਰਿਹਾ। ਉਹ ਕਿਤੇ ਲਵਲੀ ਉਹਨੂੰ ਲੈ ਤੇ ਨਹੀਂ ਡੁੱਬੀ? ਬਾਈ ਜੀ, ਉਹਨੂੰ ਤਾਂ ਤੈਰਨਾ ਵੀ ਨਹੀਂ ਆਉਂਦਾ। ਉਹ ਚੁੱਪ ਕਰੋ ਵੱਡਾ ਤੈਰਾਕ। ਫਿਰ ਇੱਦਾਂ ਕਰਦੇ ਆ, ਆਪਾਂ ਨੂੰ ਸ਼ਹਿਰ ਜਾਈ ਆਉਣਾ ਚਾਹੀਦਾ ਹੈ। ਅੱਛਾ, ਚੱਲ ਚੱਲੀਏ ਫਿਰ। ਬਾਈ ਜੀ, ਸ਼ਹਿਰ ਚੱਲੇ ਹਾਂ, ਇਹਨਾਂ ਕੱਪੜਿਆਂ 'ਚ ਜਾਵਾਂਗੇ। ਹੁਣ ਇੱਕ ਵਿਸ਼ੇਸ਼ ਸੂਚਨਾ, ਹੁਣ ਰਣਜੀਤ ਸਿੰਘ ਤੇ ਬਿੱਲਾ ਜਾਣਗੇ ਸ਼ਹਿਰ, ਉਹ ਵੀ ਕੋਟ ਪੈਂਟ 'ਚ। ਇਹਨੂੰ ਦੇਖ ਲਓ ਵੱਡੇ ਬੰਦੇ ਨੂੰ, ਇਹਦਾ ਭਰਾ ਨਹੀਂ ਲੱਭਦਾ, ਇਹਨੂੰ ਖਬਰਾਂ ਦੀ ਪਈ ਆ। ਕਿਵੇਂ ਰੱਜੀ ਹੋਈ ਮੱਝ ਵਾਂਗੂ ਪਿਆ ਵਡਾਲੇ, ਉਹ ਕੀ ਗੱਲ ਸਿਰ ਫੜੀ ਬੈਠਾ? ਲੱਗਦਾ ਮੇਰੇ ਬਾਰੇ ਸੋਚ ਰਿਹਾ। ਦੱਸੋ ਕਿੱਥੇ ਮੁੰਡਾ ਤੇਰਾ, ਨਹੀਂ ਤਾਂ ਪਿਓ ਪੁੱਤ ਨੂੰ ਟੁੱਟੀਆਂ ਹੋਈ ਇੱਟਾਂ ਵਾਂਗੂ ਰੋਲ ਦੂੰ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਮੇਰਾ ਕੋਈ ਮੁੰਡਾ ਨਹੀਂ, ਤੈਨੂੰ ਯਕੀਨ ਹੀ ਨਹੀਂ ਆਉਂਦਾ। ਹੋਰ ਸ਼ਾਮ ਤੇ ਲੈ ਕੇ ਦਿਆ ਤੈਨੂੰ ਮੈਂ ਆਵਾਜ਼। ਓ ਵਡਾਲੇ, ਦੱਸ ਇਹਨੂੰ। ਉਹ ਗੱਲ ਥੋੜਾ ਰਹਿੰਦਾ ਵਿਆ, ਭਾਜੀ ਤਾਂ ਆਪਣੇ ਸਕੇ ਪਿਓ ਦਾ ਯਕੀਨ ਹੀ ਕਰਦੇ, ਤੂੰ ਤਾਂ ਫੇਰ ਰਹਿੰਦਾ ਵਾ ਜਿਹਨੂੰ ਇਹ ਵੀ ਨਹੀਂ ਪਤਾ ਕਿ ਤੇਰੇ ਨਿਆਣੇ ਕਿੰਨੇ ਆ। ਉਹ ਗੱਲ ਸੁਣੋ ਰੰਧਾਵੇ, ਦੱਸ ਦੇ ਮੈਨੂੰ ਕਿੱਥੇ ਆ, ਕਿਤੇ ਇਹ ਨਾ ਹੋਵੇ ਪੁੱਤ ਪਿਓ ਨੂੰ ਲੱਭਦਾ ਫਿਰੇ ਤੇ ਪਿਓ ਪੁੱਤ ਨੂੰ। ਦੱਸਾਂ ਫਿਰ ਤੈਨੂੰ, ਹੈਗਾ ਹੀ ਮੇਰਾ ਮੁੰਡਾ, ਜਾ ਮੈਂ ਲਕਾਇਆ ਹੀ, ਲੱਭ ਲਾ, ਕਰ ਲਾ ਯਾਰ ਜੋ ਤੂੰ ਕਰਨਾ। ਹਾਏ ਓਏ ਰੱਬਾ, ਮੈਂ ਲੁੱਟੀ ਗਈ, ਮੈਂ ਬਰਬਾਦ ਹੋ ਗਈ। ਹਾਂ ਵੇਖੋ, ਮੇਰੇ ਘਰ ਵਾਲੇ ਨੇ ਨਾ ਬਾਹਰ ਦੇ ਨਿਆਣੇ ਕੀਤੇ ਆ, ਇਹਦੇ ਬਾਹਰ ਦੇ ਨਿਆਣੇ ਨੇ ਨਾ ਮੇਰਾ ਘਰ ਹੀ ਬਰਬਾਦ ਕਰ ਦਿੱਤਿਆ। ਹਾਏ ਓਏ ਰੱਬਾ, ਮੈਂ ਲੁੱਟੀ ਗਈ। ਉਹ ਕਿਤੇ ਨਹੀਂ ਲੁੱਟੀ ਗਈ, ਇੱਕ ਤਾਂ ਤੈਨੂੰ ਲੁੱਟੇ ਜਾਣ ਦਾ ਬੜਾ ਸ਼ੌਕ ਚੜਿਆ ਰਹਿੰਦਾ। ਅੱਛਾ, ਸ਼ੌਕ ਤਾਂ ਤੁਹਾਡੇ ਮੈਨੂੰ ਨਜ਼ਰ ਆ ਰਿਹਾ, ਆ ਜਿਹੜੀ ਕਰਤੂਤਾਂ ਕੀਤੀਆਂ ਤੁਸੀਂ ਸ਼ਹਿਰ ਆ ਕੇ, ਮੈਂ ਤੁਹਾਨੂੰ ਦੱਸਾਂ ਇੱਕ ਇੱਕ ਕਰਤੂਤ ਦਾ ਹਿਸਾਬ ਦੇ ਦਿਓ ਮੈਨੂੰ ਬੰਦੇ ਬਣ ਕੇ। ਓਏ, ਆਪਣੇ ਹਿਸਾਬ ਕਿਤਾਬ ਦੀ ਗੱਲ ਬਾਅਦ ਚੋਂ ਕਰਿਓ, ਪਹਿਲਾਂ ਮੇਰੇ ਹਿਸਾਬ ਦੀ ਗੱਲ ਸੁਣੋ। ਇੱਕ ਹਫ਼ਤੇ ਦਾ ਟਾਈਮ ਦਿੰਦਾ ਤੈਨੂੰ ਮੈਂ, ਜੇ ਮੈਨੂੰ ਇਸ ਘਰ 'ਚ ਨਾ ਮਿਲਿਆ ਨਾ ਤਾਂ ਇਸ ਘਰ 'ਚ ਕੋਈ ਨਹੀਂ ਮਿਲਣਾ, ਸੁਣ ਗਿਆ? ਚੱਲ ਵਡਾਲੇ। ਆ ਵੀ ਦਿਨ ਵੇਖਣੇ ਸੀ, ਸਾਲਾ ਟੁੱਚਾ ਜਿਹਾ ਬੰਦਾ ਘਰੇ ਆ ਕੇ ਧਮਕੀ ਦੇ ਗਿਆ। ਇੱਧਰ ਆ, ਸੱਚੀ ਸੱਚੀ ਨਾ ਆਪਣੇ ਦਿਲ ਦੇ ਹੱਥ ਰੱਖ ਕੇ ਆਪਣੀ ਇੱਕ ਇੱਕ ਕਰਤੂਤ ਦਾ ਹਿਸਾਬ ਦੇ ਦਿਓ, ਕੀ ਕੀ ਕਾਰਨਾਮੇ ਕੀਤੇ ਤੁਸੀਂ ਸ਼ਹਿਰ 'ਚ ਆ ਕੇ। ਉਹ ਹਿਸਾਬ ਕਿਤਾਬ ਛੱਡ, ਬੈਗ ਪੈਕ ਕਰ ਤੇ ਪਿੰਡ ਨੂੰ ਚੱਲੀਏ ਸ਼ੂਟਾਂ ਵੱਟ ਕੇ। ਓਹੋ, ਅੱਛਾ, ਵਾਹ ਵੀ ਵਾਹ, ਬੱਲੇ ਤੇਰੇ, ਜਦ ਪੋਲ ਖੁੱਲਣ ਲੱਗੇ ਤੇ ਚੱਲ ਸ਼ੂਟਾਂ ਵੱਟ ਚੱਲੀਏ ਪਿੰਡ ਨੂੰ। ਮੈਂ ਤੁਹਾਨੂੰ ਦੱਸਾਂ, ਮੈਂ ਕਿਤੇ ਨਹੀਂ ਜਾਣਾ, ਇੱਥੇ ਹੀ ਰਹਿਣਾ ਸ਼ਹਿਰ 'ਚ। ਆਹੋ, ਤੂੰ ਕਦੋਂ ਜਾਣਾ ਪਿੰਡ, ਹੈ ਨਾ, ਤੇਰਾ ਸ਼ਹਿਰ 'ਚ ਦਿਲ ਜੂ ਲੱਗ ਗਿਆ ਇਸ ਸ਼ਹਿਰ ਨਾਲ ਤੇ ਸ਼ਹਿਰ ਵਾਲਿਆਂ ਨਾਲ, ਤੈਨੂੰ ਭੁੱਲ ਗਏ ਯਾਰ ਪੁਰਾਣੇ ਨਵਿਆਂ ਦੇ ਗੱਲ ਲੱਗ ਕੇ। ਉਹ ਤੁਹਾਡੀ ਤਾਂ ਪੁਰਾਣੀ ਆਦਤ ਹੈ ਆਪਣੀਆਂ ਕੀਤੀਆਂ ਦੂਜਿਆਂ ਦੇ ਸਿਰ ਪਾਉਣ ਦੀ, ਤੁਹਾਡੀ ਇੱਕ ਇੱਕ ਕਰਤੂਤ ਦਾ ਜਦ ਤੱਕ ਮੈਂ ਹਿਸਾਬ ਨਾ ਲੈ ਲਿਆ, ਮੈਂ ਵੀ ਪਿਓ ਦੀ ਧੀ ਨਹੀਂ, ਮੈਂ ਵੀ ਇੱਥੇ ਹੀ ਰਹੂੰਗੀ, ਮੈਂ ਵੀ ਕਿਤੇ ਨਹੀਂ ਜਾਂਦੀ। ਬੇੜਾ ਗਰਕ ਹੋ ਜੇ ਉਹ ਤੇਰਾ ਗਰੇ ਵਾਲਾ, ਤੇਰੀ ਜਨਾਨੀ ਦਾ ਵੀ ਬੇੜਾ ਗਰਕ ਜੇ, ਜਿਨ੍ਹਾਂ ਨੇ ਮੈਨੂੰ ਸ਼ਹਿਰ ਆਉਣ ਦੀ ਸਲਾਹ ਦਿੱਤੀ ਸੀ। ਲੜ ਜੇ ਉਹਦੇ ਖੱਬੇ ਭਰਵਾਟੇ ਤੇ ਭੂੰਡ। ਉਹ ਗਰੇਵਾਲ ਦੇ ਲੱਗਦੇ ਆ, ਕੱਲ ਘਰੇ ਆ ਘਰੇ, ਹੈ ਕੰਮ ਨਾ ਪੁੱਛ, ਕੰਮ ਤੈਨੂੰ ਮੈਂ ਮਿਲ ਕੇ ਹੀ ਦੱਸੂ। ਉਹ ਮੈਨੂੰ ਪਤਾ ਹੈ ਹਰਗੁਣ, ਕੀ ਕਰਾਂ, ਰੰਧਾਵੇ ਤਾਂ ਪਿੰਡ ਵਾਪਸ ਨਹੀਂ ਮੁੜਿਆ ਹਾਲੇ ਤੱਕ। ਉਹ ਮੈਂ ਕਰਦਾ ਯਾਰ, ਤੂੰ ਚਿੰਤਾ ਨਾ ਕਰ, ਬਸ ਦੇ ਮੈਨੂੰ ਇੱਕ ਦੋ ਦਿਨ ਟਾਈਮ। ਚੰਗਾ, ਰੰਧਾਵੇ ਨੇ ਵੀ ਸ਼ਹਿਰ ਹੋਣਾ ਹੀ ਆਉਣਾ ਸੀਗਾ। ਆਹ ਲਓ ਸਟਾਰਜ਼ ਵੀ ਠੀਕ ਆ ਤੁਹਾਡੇ,
ਲਾਈਫ ਵੀ ਓਕੇ ਆ ਜੀ, ਕਲਰਸ ਵੀ ਪੂਰੇ ਖਿੜੇ ਪਏ ਨੇ। ਕਿਹਾ ਸੀ ਨਾ ਤੁਹਾਨੂੰ ਜੋਗਾ ਇਲੈਕਟ੍ਰੋਨਿਕਸ ਦਾ ਟੀਵੀ ਟਕਾ ਟਕ ਚੱਲੂਗਾ। ਲਓ ਤੁਹਾਨੂੰ ਫੋਨ ਕੀਤਾ ਕਿਸੇ ਨੇ, ਬੁਲਾਇਆ ਇੱਥੇ, ਮੂੰਹ ਚੁੱਕ ਆ ਗਿਆ ਤੂੰ, ਚੱਲ। ਮੈਂ ਸਰ ਤੁਹਾਡੇ ਘਰ ਦੇ ਮੂਹਰੇ ਲੰਘ ਰਿਹਾ ਸੀਗਾ, ਉਹ ਸੋਚਿਆ ਜਾਂਦਾ ਜਾਂਦਾ ਆਪਣਾ ਟੀਵੀ ਚੈੱਕ ਕਰ ਚਲਾ ਹੈ। ਕੁਝ ਨਹੀਂ ਹੋਇਆ ਟੀਵੀ ਨੂੰ, ਠੀਕ ਹੈ ਟੀਵੀ, ਟੀਵੀ ਤਾਂ ਠੀਕ ਹੈ ਜੀ, ਪਰ ਲਵਲੀ 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 ਘਰੇ ਕੋਈ ਨਜ਼ਰ ਨਹੀਂ ਆ ਰਿਹਾ। ਤੂੰ ਕਰਦਾ ਕੀ ਲੈਣਾ ਓਏ, ਤੁਰਦਾ ਬਣੇ ਤੋ। ਠੀਕ ਹੈ ਜੀ, ਠੀਕ ਹੈ, ਕੋਈ ਨਹੀਂ, ਚਲੇ ਜਾਂਦਾ ਹੀ ਮੈਂ। ਉਦਾਂ ਲਵਲੀ ਜੀ ਠੀਕ ਠਾਕ ਨੇ? ਖਬਰਦਾਰ ਜੀ, ਆਪਣੀ ਜ਼ਬਾਨ ਤੋਂ ਲਵਲੀ ਦਾ ਨਾਂ ਲਿਆ ਤਾਂ ਨਾਸਾਂ ਭੰਦੂ ਤਰੀਆਂ ਮੈਂ, ਆਉ ਟਿੱਤਰਾ ਜਾ ਤੋ। ਉਹ ਗੁੱਸਾ ਕਾਤੋਂ ਕਰੀ ਜਾਂਦੇ ਹੋ, ਉਹਨੂੰ ਕਹਿ ਦਿਓ ਜੋਗਾ ਆਇਆ ਸੀ। ਘਰਦਿਆਂ ਨੇ ਤੇਰਾ ਨਾਂ ਜੋਗਾ ਰੱਖਿਆ, ਜੇ ਮੇਰਾ ਹੱਥ ਫਿਰ ਗਿਆ ਨਾ ਫਿਰ ਤੂੰ ਕਾਸੇ ਜੋਗਾ ਨਹੀਂ ਰਹਿਣਾ, ਦਫਾ ਜਾ ਤੋ। ਠੀਕ ਹੈ, ਸਤਿ ਸ੍ਰੀ ਅਕਾਲ ਬੁਲਾ ਦਿਓ, ਚਲੋ ਮੇਰੀ ਉਹਨੂੰ ਮਾਮਾ ਲਵਲੀ ਦਾ। ਉਹ ਬੰਦ ਕਰ ਇਹਨੂੰ ਯਾਰ, ਭਾਜੀ ਰੰਧਾਵਾ ਆਪਾਂ ਨੂੰ ਕੋਈ ਜ਼ਿਆਦਾ ਹੀ ਪਰੇਸ਼ਾਨ ਕਰਨ ਲੱਗ ਗਿਆ। ਗੱਲ ਤਾਂ ਤੇਰੀ ਠੀਕ ਹੈ ਸਤਨਾਮ, ਭਾਜੀ ਮੈਂ ਤਾਂ ਕਹਿੰਦਾ ਗੋਲੀ ਮਾਰ ਦੋ ਉਹਦੇ। ਉਹ ਬਸ ਕਰ ਵੱਡਿਆ ਬਦਮਾਸ਼ਾ, ਬਸ ਕਰ, ਆਪ ਤੋਂ ਭਾਰਾ ਤੂੰ ਨਾ ਰੱਖੇ ਫਿਰਦਾ ਬਟਾਲਾ। ਭਾਜੀ ਮੈਂ ਚਾਹੇ ਹਲਕਾ ਪਰ ਖਾਨਦਾਨ ਬਹੁਤ ਭਾਰਾ ਮੇਰਾ। ਉਹ ਮੈਂ ਜਾਣਦਾ, ਬਸ ਕਰ ਧੱਕੇ ਲੈ। ਛੱਡੋ ਤੁਸੀਂ ਰੰਧਾਵੇ ਵਾਲਾ ਗੁੱਸਾ, ਇਹਦੇ 'ਤੇ ਕਦੋਂ ਕੱਢੀ ਜਾਂਦੇ ਆ। ਮੈਂ ਤੁਹਾਨੂੰ ਇੱਕ ਸਲਾਹ ਦੇਵਾਂ, ਤੂੰ ਬਾਈ ਜੀ ਛੋਟਾ ਮੂੰਹ ਵੱਡੀ ਗੱਲ, ਉਹ ਹੁਣ ਤੂੰ ਬੜੀਆਂ ਗੱਲਾਂ ਕਰੇਗਾ, ਨਾਲ ਤੇਰਾ ਮੂੰਹ ਛੋਟਾ ਕਿੱਥੋਂ ਹੋ ਗਿਆ, ਬਰਗਰ ਤੂੰ ਸਾਬਤਾ ਮੂੰਹ 'ਚ ਪਾ ਲੈਂਦਾ। ਉਹ ਬਾਈ ਜੀ ਗੱਲ ਤਾਂ ਸੁਣ ਲਓ। ਹਾਂ ਚੱਲ ਬੋਲ। ਉਹ ਆਪਣਾ ਇੰਸਪੈਕਟਰ ਰਾਏ ਕੱਦ ਕੰਮ ਆਊ, ਉਹਨੂੰ ਲਾਓ ਫੋਨ, ਉਹ ਕੱਢੂ ਰੰਧਾਵੇ ਵਾਲਾ ਕੰਡਾ। ਉਹ ਵਾਹ ਬਾਈ ਸਤਨਾਮ ਸਿਆ, ਗੱਲਾਂ ਤੂੰ ਵੈਸੇ ਵੱਡੀਆਂ ਕਰਨ ਲੱਗ ਗਿਆ। ਚੱਲ ਲਾ ਫੋਨ ਰਾਏ ਨੂੰ, ਚਲੋ ਹੁਣੇ ਮਿਲਾਉਂਦਾ। ਉਹ ਹੁਣ ਤੇਰੇ ਹੱਥਾਂ ਨੂੰ ਗੂੰਦ ਲੱਗ ਗਿਆ, ਦਰਵਾਜ਼ਾ ਖੋਲ। ਬਹਿਣਾ ਤੇਰੇ ਫੁੱਫੜ ਨੇ, 5 ਫੁੱਟੀਆ ਜਵਾਨ, ਇੱਕ ਇਹਦੀ ਕਿਰਪਾਨ ਨਹੀਂ ਮਿਲਣ ਚਾਹੁੰਦੀ ਸਾਰਾ ਦਿਨ। ਜਨਾਬ ਚੋਰ ਤਾਂ ਲੁਕਦੇ ਦੇਖੇ ਸੀ, ਆ ਪੰਜਾਬ ਪੁਲਿਸ ਪਹਿਲੀ ਵਾਰ ਲੁਕਦੀ ਦੇਖੀ ਆ। ਬਿਕਰ ਸਿਆ, ਅੱਜ ਕੱਲ੍ਹ ਚੋਰਾਂ ਨੂੰ ਨਹੀਂ ਲੁਕਣਾ ਪੈਂਦਾ, ਇੱਜ਼ਤ ਬਚਾਉਣ ਲਈ ਕਈ ਵਾਰ ਪੰਜਾਬ ਪੁਲਿਸ ਨੂੰ ਲੁਕਣਾ ਪੈਂਦਾ। ਜਨਾਬ ਆਪਾਂ ਨੂੰ ਕੀ ਆ, ਆਪਾਂ ਤਾਂ ਆਪਣੇ ਚਲਾਣਾ ਦਾ ਕੋਟਾ ਪੂਰਾ ਕਰਨਾ। ਨਾਲੇ ਵੱਡੇ ਸਾਹਿਬ ਕਹਿੰਦੇ ਸੀ ਜੇ ਇਸ ਵਾਰ ਚਲਾਣਾ ਦਾ ਕੋਟਾ ਪੂਰਾ ਨਾ ਕੀਤਾ ਤੁਹਾਡੀ ਨੌਕਰੀ ਤਾਂ ਗਈ। ਓਏ ਐਂ ਕਿਵੇਂ ਗਈ ਰਾਏ ਸਾਹਿਬ ਦੀ ਨੌਕਰੀ ਹੈ, ਆਓ ਚੱਕ। ਓਏ ਓਏ ਰੋਕ 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 ਰੋਕ, ਹਾਂ ਬਈ ਕਿੱਧਰ ਮੂੰਹ ਚੱਕਿਆ? ਓਏ ਹੈਲਮਟ ਨਹੀਂ ਪਾਇਆ? ਓਏ ਸਿਰ ਪਾਇਆ ਆ। ਤੇਰੇ ਵਰਗਾ ਮੇਰੇ ਗੱਲ ਆਇਆ, ਅਸੀਂ ਤਾਂ ਆਪਣੇ ਚਲਾਨ ਪੂਰੇ ਕਰਨੇ ਆ। ਹੈ ਇਹ ਆ ਲਾ ਫੜ, 50 ਰੁਪਏ ਮੇਰੇ ਕੋਲੋਂ ਫੜ ਲਾ, ਪਰ ਚਲਾਨ ਤਾਂ ਤੈਨੂੰ ਕਟਾਉਣਾ ਹੀ ਪੈਣਾ। ਆ ਜਾ ਇੱਧਰ ਨੂੰ, ਆ ਜਾ ਉਹ ਆ ਜਾ। ਹੁਣ ਬੈਠਾ ਜਿੱਦਾਂ ਕੁੜੀ ਦੱਬ ਕੇ ਆਇਆ ਹੁੰਦਾ, ਅੱਖਾਂ ਨੀਵੀਆਂ ਜਿਹਾ ਕਰਕੇ ਨਾ ਬਹਿ। ਤੂੰ ਤੇ ਤੇਰੀ ਜਨਾਨੀ ਨੇ ਜਿਹੜਾ ਸਿਆਪਾ ਪਾਇਆ ਹੋਇਆ ਨਾ, ਉਹ ਸ਼ਹਿਰ ਆ ਕੇ ਭੁਗਤਣਾ ਮੈਨੂੰ ਪੈ ਰਿਹਾ। ਰੰਧਾਵਾ ਸਾਹਿਬ, ਸ਼ਹਿਰ ਤਾਂ ਮੈਂ ਵੀ ਰਹਿੰਦਾ ਅਤੇ ਮੇਰੀ ਜਨਾਨੀ ਵੀ। ਕੀ ਮਤਲਬ? ਉਹ ਮਤਲਬ ਇਹ ਵੈ ਕਿ ਨਾ ਤਾਂ ਮੇਰੇ ਘਰ ਆ ਕੋਈ ਮੇਰੇ ਮੁੰਡੇ ਬਾਰੇ ਪੁੱਛਦਾ ਹੈ, ਅਤੇ ਨਾ ਹੀ ਕੋਈ ਮੇਰੀ ਜਨਾਨੀ ਦੇ ਮਗਰ ਲੱਗਾ। ਪਰ ਇਹ ਸਾਰੇ ਕਾਰਾਂ ਮੈਂ ਤੁਹਾਡੇ ਘਰ ਹੀ ਕਿਉਂ ਹੁੰਦੇ ਆ? ਬਹੁਤ ਹੀ ਬਕਵਾਸ ਨਾ ਕਰੋ ਵੱਡਿਆ ਸਿਆਣਿਆ, ਮੈਂ ਤੈਨੂੰ ਦੱਸਾਂ
ਮੈਨੂੰ ਸਮਝ ਨਹੀਂ ਆ ਰਿਹਾ ਇਹ ਸਭ ਕੁਝ ਚੱਲ ਕੀ ਰਿਹਾ। ਰੰਧਾਵਾ ਸਾਹਿਬ ਇੱਕ ਗੱਲ ਪੁੱਛਾਂ? ਪੁੱਛ। ਆਪਣੇ ਚ ਕੋਈ ਕਮੀ ਕੁਮੀ ਤਾਂ ਨਹੀਂ? ਤੇਰੀ ਉਹ ਮੈਂ ਮਾਮਾ ਜਿਹੜਾ ਆਸਟ੍ਰੇਲੀਆ ਮੈਂ ਮੁੰਡਾ ਪੜਨ ਕੱਲਿਆ ਉਹ ਸੇਲ ਚੋਂ ਖਰੀਦਿਆ। ਉਹ ਮੈਂ ਤਾਂ ਸਸਰੀ ਗੱਲ ਕੀਤੀ ਸੀ। ਮਾਮਾ ਸਰਸਰੀ ਦਾ ਨਿਕਲੇ ਤੋ ਦਫਾ ਜਾ ਤੈਨੂੰ ਮੈਂ ਦੱਸਾਂ। ਲੈ ਬੰਨ ਕੇ ਹਰੀ ਜੀ ਪੱਗ ਤੋਤਾ ਬਣਿਆ ਫਿਰਦਾ। ਨਹੀਂ ਬਾਤ ਨਹੀਂ, ਨਿਕਲੇ ਤੋ। ਇਹ ਇਹ ਸਾਲਾ ਸਾਰਾ ਕੁਝ ਚੱਲ ਕੀ ਰਿਹਾ? ਕੋਈ ਮੇਰੀ ਜਨਾਨੀ ਦੇ ਮਗਰ ਲੱਗਾ, ਕੋਈ ਮੁੰਡੇ ਬਾਰੇ ਪੁੱਛ ਰਿਹਾ, ਆਹ ਸਾਲਾ ਮੇਰੇ 'ਚ ਕਮੀ। ਕਿਤੇ ਲਵਲੀ ਨੇ ਤਾਂ ਨਹੀਂ ਸੁਣ ਲਿਆ? ਉਹਦੀ ਤਿਆਰ 'ਤੇ ਕੰਧਾਂ ਕੁੰਧਾਂ ਨਾਲ ਲੱਗੀ ਰਹਿੰਦੀ ਆ, ਹੋ ਕੀ ਰਿਹਾ? ਥੈਂਕ ਯੂ ਸਰ, ਥੈਂਕ ਯੂ ਸੋ ਮੱਚ। ਯਾ ਜੀ, ਮੈਂ 2 ਦਿਨ ਬਾਅਦ ਜੁਆਇਨ ਕਰ ਲਵਾਂਗੀ। ਥੈਂਕ ਯੂ। ਜੋਗੇ ਨੂੰ ਫੋਨ ਕਰਦੀ ਹਾਂ। ਉਹ ਲਵਲੀ ਕਿੱਥੇ ਆ ਤੂੰ? ਜੋਗੇ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ। ਉਹ ਮੈਂ ਵੀ ਤੈਨੂੰ ਦੱਸਣਾ ਸੀਗਾ ਕਿ ਮੈਂ ਤੇਰੇ ਘਰ ਜਾ ਕੇ ਆਇਆ ਸੀਗਾ। ਕੀ ਤੂੰ ਘਰੇ ਗਿਆ ਸੀ? ਤੇ ਮੈਨੂੰ ਲੱਗਦਾ ਕਿ ਤੇਰੇ ਡੈਡੀ ਨੂੰ ਆਪਾਂ ਦੋਵਾਂ 'ਤੇ ਸ਼ੱਕ ਹੋ ਗਿਆ। ਹੈਲੋ 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 ਹੈਲੋ, ਬੈਟਰੀ ਨੂੰ ਵੀ ਹੁਣੇ ਬੰਦ ਹੋਣਾ ਸੀ, ਹੁਣ ਕੀ ਹੋਊਗਾ? ਲਵਲੀ ਨੇ ਫੋਨ ਨਹੀਂ ਕੱਟਿਆ, ਘਰ ਰੰਧਾਵਾ ਦੇ ਸਿਰ 'ਤੇ ਖੜਾ ਹੋਣਾ ਆ ਕੇ। ਬਾਈ ਕਰ ਯਾਰ ਸਾਈਨ। ਬਾਈ ਮੈਂ ਨਹੀਂ ਕਰਦਾ। ਕਰਦੇ ਯਾਰ, ਗੋਲੀ ਗੋਲੀ ਵੱਜ ਜਾਂਦੀ ਹੁੰਦੀ ਆ। ਕਰਦੇ ਮੈਂ ਨਹੀਂ ਕਰਨੇ। ਬਾਈ ਇਹ ਨਹੀਂ ਸਾਈਨ ਕਰਦਾ। ਉਹ ਕਰਦਾ ਕਿ ਮਾਰ ਡਾਲੇ। ਹਾਂ ਬਾਈ ਕਰਨੇ ਸਾਈਨ ਕਿ ਖੋਪਰ ਫਾੜਾ ਤੇਰਾ ਗੋਲੀ ਨਾਲ। ਸਰਦਾਰ ਓਏ, ਡਾਕਟਰ ਰਾਏ ਦੇ ਇਲਾਕੇ 'ਚ ਗੁੰਡਾ ਕਰਦੀ, ਇੱਕ ਇੱਕ ਗੋਲੀ ਦਾ ਹਿਸਾਬ ਦੇਣਾ ਪਊ। ਕਿਉਂ ਵਿਕਰ ਸਿਆ ਜੀ ਜਨਾਬ? ਕਿਵੇਂ ਆ ਰਾਏ? ਜਾਵਾਂਗੇ। ਓਏ ਹੋਏ, ਕਿਵੇਂ ਵਿਚਾਰੇ ਅੰਕਲ ਦਾ ਮੂੰਹ ਸੁਕਾਇਆ ਪਿਆ ਹੈ। ਨਾ ਨਾ ਕੋਈ ਨਹੀਂ, ਘਬਰਾਉਣਾ ਨਹੀਂ ਹੈ, ਚਲੋ ਨਿਕਲੋ ਬਹਿ ਬਹਿ ਕੇ, ਕਰਦੇ ਆਪਾਂ ਬਾਅਦ 'ਚ ਪਿਆਰ ਨਾਲ ਗੱਲ ਹੈ। ਓ ਮਹਾਰਾਜ, ਇਹੋ ਜਿਹੇ ਛੋਟੇ ਮੋਟੇ ਕੰਮਾਂ ਲਈ ਇੰਸਪੈਕਟਰ ਰਾਏ ਨੂੰ ਯਾਦ ਕਰ ਲਿਆ ਕਰੋ। ਕਿਉਂ ਬਿਕਰ ਸਿੰਘ ਜੀ ਜਨਾਬ? ਇਹਦੇ ਲਈ ਨਹੀਂ ਬੁਲਾਇਆ ਤੈਨੂੰ। ਅੱਛਾ, ਮੈਨੂੰ ਤਾਂ ਹੋਰ ਕੰਮ ਸੀ ਯਾਰ। ਹੁਕਮ। ਇੱਕ ਮੁੰਡਾ ਖੇਡ ਗਿਆ। ਮੁੰਡੇ ਤਾਂ ਖੇਡਦੇ ਹੁੰਦੇ ਨੇ, ਕਿਉਂ ਵਿਕਰ ਸਿੰਘ ਜੀ ਜਨਾਬ? ਉਹ ਮੇਰੀ ਭੈਣ ਨਾਲ ਚਾਲ ਖੇਡ ਗਿਆ। ਅੱਛਾ, ਕੀ ਨਾਂ ਸੀ ਉਹਦਾ? ਮਨੂ। ਮਨੂ ਰੰਧਾਵੇ ਦਾ ਮੁੰਡਾ? ਉਹ ਗੋਬਿੰਦ ਵੈਲੀ ਵਾਲਾ ਰੰਧਾਵਾ? ਆਹੋ, ਵਿਆਹ ਨੂੰ ਨਹੀਂ ਮੰਨਦੇ ਹੁਣ। ਪਿਓ ਮੰਨਦਾ ਨਹੀਂ ਤੇ ਪੁੱਤ ਲੱਭਦਾ ਨਹੀਂ। ਇੰਸਪੈਕਟਰ ਰਾਏ ਲੱਭ ਤਾਂ ਲਿਆਊ, ਪਰ ਇੰਸਪੈਕਟਰ ਰਾਏ ਨੂੰ ਕੀ ਲੱਭੂ? ਉਹ ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ, ਸ਼ੁਰੂ ਤੋਂ ਜਾਣਦਾ। ਤੈਨੂੰ ਵੀ ਮਿਲਜੂ ਸਭ ਕੁਝ, ਪਰ ਇੱਕ ਗੱਲ ਸੁਣ ਲਾ ਕੰਨ ਖੋਲ੍ਹ ਕੇ, ਯਾਰੀ ਨਿਭਾ ਦੀ। ਕੱਲ੍ਹ 12 ਵਜੇ ਤੱਕ ਨਾ ਮੈਨੂੰ ਮੰਨੂ ਇੱਥੇ ਚਾਹੀਦਾ, ਇੱਥੇ। 11:59 'ਤੇ ਇੱਥੇ ਹੋ। ਕਿਉਂ ਬਿਕਰ ਸਿੰਘ ਜੀ ਜਨਾਬ? ਚੱਲੀਏ ਫਿਰ। ਚਲੋ ਚੰਗਾ, ਜੈ ਹਿੰਦ। ਪਤਾ ਨਹੀਂ ਸੱਚ ਪਤਾ ਲੱਗਣ ਤੋਂ ਬਾਅਦ ਜੋਗਾ ਮੇਰੇ ਬਾਰੇ ਕੀ ਸੋਚੂਗਾ, ਪਰ ਅੱਜ ਨਹੀਂ ਤਾਂ ਕੱਲ੍ਹ ਸੱਚ ਤਾਂ ਸਾਹਮਣੇ ਆਉਣਾ ਹੀ ਹੈ। ਹੁਣ ਮੈਨੂੰ ਜੋਗੇ ਨੂੰ ਸੱਚ ਦੱਸ ਦੇਣਾ ਚਾਹੀਦਾ, ਪਰ ਫੋਨ 'ਤੇ ਨਹੀਂ, ਸਵੇਰੇ ਮਿਲ ਕੇ ਦੱਸਾਂਗੇ। Thank you.
ਆਈ ਲਵ ਯੂ ਮੇਰੀ ਲਵਲੀ। ਦਿਨਾਂ ਬਾਅਦ ਤੈਨੂੰ ਇੱਥੋਂ ਲੈ ਕੇ ਉਡਾਰੀ ਮਾਰ ਜਾਵਾਂਗਾ। ਮਿਰਜ਼ੇ ਨੇ ਲਿਖ ਸਾਹਿਬਾਂ ਨੂੰ ਪਾਈਆਂ, ਮਿਰਜ਼ਾ ਤੇ ਮੇਰੇ ਹੱਥੋਂ ਮਰੇਗਾ ਮਰੇਗਾ, ਮੈਂ ਸਾਹਿਬਾਂ ਦੀ ਗੱਚੀ ਵੀ ਉਹ। ਹਾਂ ਅਮਰੂ ਕਿਵੇਂ ਆ? ਉਹ ਪਤਾ ਲੱਗਾ ਕੁਛ ਰੰਧਾਵਾ ਸਾਹਿਬ ਕਦੋਂ ਪਿੰਡ ਵਾਪਸ ਜਾ ਰਹੇ ਨੇ? ਉਹ ਮੈਂ ਠੀਕ ਹਾਂ ਯਾਰ, ਉਹ ਆਪਣੇ ਇੱਕ ਯਾਰ ਦੋਸਤ ਦੀ ਬੰਜਰ ਜੀ ਕੋਠੀ 'ਚ ਰਹਿ ਰਿਹਾ। ਉਹ ਹਾਂ ਹਰਗੁਣ ਨੂੰ ਪਤਾ ਮੈਂ ਇੱਥੇ ਹਾਂ, ਉਹਨੂੰ ਦੱਸਿਆ। ਚੰਗਾ, ਤੂੰ ਇੱਥੇ ਕਰਦੀ ਵੀ ਉਹ ਵੀ ਬੈਗ ਲੈ ਕੇ, ਲੱਗਦਾ ਕਿਤੇ ਘੁੰਮਣ ਚੱਲੀ ਹੈ। ਘੁੰਮਣ ਨਹੀਂ ਚੱਲੀ ਹਾਂ, ਘਰੋਂ ਭੱਜ ਕੇ ਆਈ ਹਾਂ ਮੈਂ। ਘਰੋਂ ਭੱਜ ਕੇ ਆਈ ਹੈ? ਉਹ ਕਮਲੀ ਹੋ ਗਈ ਹੈ, ਮੈਂ ਆਪ ਤੇਰੇ ਭਰਾ ਦੇ ਡਰ ਤੋਂ ਆਹ ਦੇਖ ਬਿਨਾਂ ਰੰਗ ਵਾਲੇ ਦੀਵਾਰਾਂ ਦੇ ਨਾਲ ਬੇਰੰਗ ਜ਼ਿੰਦਗੀ ਜੀ ਰਿਹਾ, ਅਤੇ ਉੱਤੋਂ ਤੂੰ ਘਰ ਛੱਡ ਕੇ ਆ ਗਈ ਹੈ, ਹੋਰ ਸਿਆਪਾ ਪਾਈ ਹੈ ਮੇਰੇ ਲਈ। ਤੇ ਹੋਰ ਮੈਂ ਕੀ ਕਰਾਂ ਕੀ ਕਰਾਂ ਮੈਂ? ਰਾਜਵੀਰ ਵੀਰੇ ਨੇ ਨਾ ਇੰਸਪੈਕਟਰ ਰਾਏ ਨੂੰ ਤੇਰੇ ਮਗਰ ਲਾਇਆ ਤੈਨੂੰ ਲੱਭਣ ਦੇ ਲਈ। ਇੰਸਪੈਕਟਰ ਰਾਏ ਨੂੰ? ਉਹ ਇੱਕ ਕੁੱਤਾ ਘੱਟ ਸੀ, ਜਿਹੜਾ ਦੂਜਾ ਸੁਝਾ ਕੁੱਤਾ ਮੇਰੇ ਮਗਰ ਲਾਤਾ। ਤੂੰ ਮੇਰੇ ਵੀਰੇ ਨੂੰ ਕੁੱਤਾ ਕਹਿ ਰਿਹਾ? ਉਹ ਨਹੀਂ 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 ਨਹੀਂ, ਮੈਂ ਤੇਰੇ ਭਰਾ ਨੂੰ ਕੁੱਤਾ ਨਹੀਂ ਕਹਿ ਰਿਹਾ, ਮੈਂ ਆਪਣੇ ਆਪ ਨੂੰ ਬਿੱਲੀ ਕਹਿ ਰਿਹਾ। ਫਾਲਤੂ ਗੱਲਾਂ ਕਰਨੀਆਂ ਬੰਦ ਕਰ ਤੇ ਪੈਕਿੰਗ ਕਰ ਲੈ, ਆਪਾਂ ਇਸੇ ਵਕਤ ਤੇ ਸ਼ਹਿਰ ਛੱਡ ਕੇ ਜਾਣਾ। ਉਹ ਠੰਡ ਰੱਖ ਠੰਡ ਰੱਖ, ਉਬਲਦੇ ਹੋਏ ਦੁੱਧ ਨਾ ਪਾਣੀ ਦੇ ਛਿੱਟਾ ਮਾਰ ਤੇ ਬਹਿ ਇੱਥੇ, ਬਹਿ ਜਾ ਤੇ ਆ ਵੀ ਪਾਣੀ। ਤੇ ਸੋਚਣ ਦੇ ਮੈਨੂੰ ਕਰਨਾ ਕੀ ਹੈ? ਪਹਿਲਾਂ ਅਜੇ ਰੰਧਾਵਾ ਸੀ, ਫਿਰ ਰਾਜਵੀਰ, ਫਿਰ ਰਾਏ, ਸਾਰੇ ਸਾਰੇ ਤਿੰਨੋਂ ਮੇਰੀਆਂ ਜੜ੍ਹਾਂ 'ਚ ਬੈਠੇ ਆ, ਉੱਤੋਂ ਤੂੰ ਆ ਗਈ ਹੈ। ਉਹ ਬਾਬਾ ਜੀ ਕਰੋ ਕੁਛ, ਮੈਂ ਮਰਵਾਉਣਾ ਤੈਨੂੰ ਉਡਾਰੀਆਂ। ਹੈ ਮਾਰ ਮਾਰ ਆਪਣੇ ਉਸ ਦੋ ਟਕ ਦੇ ਆਸ਼ਕ ਨੂੰ ਆਵਾਜ਼, ਹੁਣ ਜੇ ਟੱਕਰੇ ਨਾ ਕਰ ਦਿੱਤੇ ਤਾਂ ਮੈਨੂੰ। ਰੰਧਾਵਾ ਸਾਹਿਬ ਐਡਾ ਗੁੱਸਾ, ਉਹ ਹੋਇਆ ਕੀ? ਐਡੀ ਵੱਡੀ ਗੱਲ ਕੀ ਹੋ ਗਈ? ਕੋਈ ਗਲਤਫਹਿਮੀ ਤਾਂ ਹੋ ਸਕਦੀ ਹੈ? ਉਹ ਪਰਾਂ ਹੋ ਜਾ, ਕੋਈ ਗਲਤਫਹਿਮੀ ਨਹੀਂ ਹੋਈ। ਆ ਵੇਖ ਚਿੱਠੀ ਜੇ ਚ ਪਾਈ ਫਿਰਦਾ ਇਹਦੇ ਆਸ਼ਕ ਦੀ ਲਿਖੀ ਹੋਈ, ਮੈਂ ਉੱਡਣ ਦਾ ਪ੍ਰੋਗਰਾਮ ਬਣਾ ਕੇ ਬੈਠੀ ਉੱਡਣ ਦਾ। ਉਹ ਕਿਹੜਾ ਉੱਡਣ ਦਾ ਪ੍ਰੋਗਰਾਮ? ਮੈਨੂੰ ਕੁਝ ਨਹੀਂ ਸਮਝ ਲੱਗ ਰਿਹਾ ਤੁਸੀਂ ਕੀ ਕਹਿ ਰਹੇ ਹੋ। ਤੈਨੂੰ ਕੁਝ ਸਮਝ ਨਹੀਂ ਲੱਗਿਆ? ਪਰ ਮੈਂ ਸਭ ਸਮਝ ਗਿਆ ਤੇਰੇ ਰੰਗਾਂ ਨੂੰ, ਕਿਰਕਟੇ ਕਿਰਕਟ ਵਾਂਗੂ ਰੰਗ ਬਦਲਦੀਆਂ ਤੂੰ। ਹੈ ਕਦੀ ਇਦਾਂ ਦੇ ਕੱਪੜੇ, ਕਦੀ ਇਦਾਂ ਦਾ ਹੇਅਰ ਸਟਾਈਲ, ਹੈ ਸਭ ਜਾਣਦਾ ਮੈਂ ਜਿਹੜੇ ਤੂੰ ਰੰਗ ਵਿਖਾਏ ਨੇ ਮੈਨੂੰ। ਹਾਂ ਉਹ ਮੇਰਾ ਤੇ ਉੱਡਣ ਬੇੜਾ ਕਰਕੇ ਜਿੱਦਣ ਤੇਰੇ ਨਾਲ ਲਾਵਾਂ ਲਈਆਂ ਮੈਂ, ਜਿੱਦਣ ਮੈਂ ਤੈਨੂੰ ਲੈ ਕੇ ਸ਼ਹਿਰ ਆ ਗਿਆ ਤੂੰ ਸਲਾਹ ਦਿੱਤੀ ਸੀ ਨਾ। ਓਏ ਮੈਂ ਸਲਾਹ ਦਿੱਤੀ ਤੁਹਾਨੂੰ, ਆ ਨਹੀਂ ਕਿਹਾ ਸੀਗਾ? ਉਹ ਤੁਸੀਂ ਚਿੱਠੀ ਬਾਰੇ ਪੁੱਛੋ, ਚਿੱਠੀ ਬਾਰੇ ਦੱਸ 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 ਕੀ ਮਸਲਾ ਚਿੱਠੀ ਦਾ? ਉਹ ਕਿਹੜੀ ਚਿੱਠੀ ਤੇ ਕਿਹੜਾ ਮਸਲਾ? ਆ ਵੇਖ ਚਿੱਠੀ, ਆ ਵੇਖ ਤੇਰੇ ਟੀਵੀ ਮਕੈਨਿਕ ਦੀ ਚਿੱਠੀ, ਕੀ ਲਿਖਦਾ ਸਾਲਾ? ਆਈ ਲਵ ਯੂ, ਆਈ ਮਿਸ ਯੂ। ਮੈਂ ਤੁਹਾਨੂੰ ਦੱਸਦੀ ਆ, ਰੁਕੋ ਮੈਂ ਤੁਹਾਨੂੰ ਦੱਸਦੀ। ਇਹ ਤੁਸੀਂ ਆਪਣੀਆਂ ਸਾਰੀਆਂ ਕਾਲੀਆਂ ਕਰਤੂਤਾਂ ਮੇਰੇ ਸਿਰ ਮੰਨਣਾ ਚਾਹੁੰਦੇ ਹੋ? ਤੁਸੀਂ ਵੱਡੇ ਚਲਾਕ, ਕਾਰਨਾਮੇ ਆਪ ਕਰਦੇ ਹੋ ਤੇ ਮੇਰੇ ਸਿਰ ਇਲਜ਼ਾਮ ਲਗਾਉਂਦੇ ਹੋ? ਕਿਹੜਾ ਕਾਰਨਾਮੇ ਓਏ? ਉਹ ਤੁਸੀਂ ਟੀਵੀ ਵਾਲੇ ਨੂੰ ਇੱਥੇ ਬੁਲਾ ਲਓ, ਉਹ ਸਾਰਾ ਸੱਚ ਆਪੇ ਸਾਹਮਣੇ ਆ ਜਾਊਗਾ। ਮੈਂ ਕਰਦਾ ਫੋਨ, ਮੈਂ ਕਰਦਾ ਫੋਨ, ਬੁਲਾ ਲਓ, ਮੈਂ ਕਰਦਾ ਫੋਨ, ਕਰੋ ਕਰੋ ਲਓ।
ਓਏ ਤੁਸੀਂ ਲਵਲੀ ਨੂੰ ਕੁਝ ਨਾ ਕਿਹਾ। ਆਹ ਸਾਲਾ ਫੋਨ ਤੇ ਵੀ ਲਵਲੀ ਰੋਲੀ ਕਰੀ ਜਾਂਦਾ ਆਪਣਾ ਡਾਕਟਰ ਮੈਨੂੰ। ਓਏ ਵੱਡੇ ਆਸ਼ਕਾ, ਕੀ ਸੇਵਾ ਪਾਇਆ ਤੂੰ ਇੱਥੇ? ਇਹ ਘਰ ਤੈਨੂੰ ਐਸ ਖਾਇਆ ਲੋਕਾਂ ਦੇ ਘਰ ਫਟਨੇ। ਓਏ ਓਏ ਤਰੀਕੇ ਨਾਲ ਗੱਲ ਕਰ, ਲੱਗਦਾ ਤਾਂ ਆਇਆ ਜਿਵੇਂ ਕਿਸੇ ਫੁਕਰੇ ਖਾਨਦਾਨ ਤੋਂ ਤਾਲੁਕ ਰੱਖਦਾ ਹੋਵੇ ਤੂੰ। ਗੱਲਾਂ ਇੱਜ਼ਤੀਆਂ ਕਰਦਾ ਨਾਲੇ। ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲਓ ਤੁਸੀਂ, ਲਵਲੀ ਮੇਰਾ ਪਿਆਰ ਹੈ, ਨਾ ਤਾਂ ਤੂੰ ਉਹਨੂੰ ਮੇਰੇ ਤੋਂ ਖੋ ਸਕਦਾ ਅਤੇ ਨਾ ਹੀ ਤੇਰਾ ਰੰਧਾਵਾ। ਓਏ ਵੱਡਿਆ ਭਲਵਾਨਾ, ਤੇਰੀ ਲਵਲੀ ਇੱਥੇ ਹੀ ਹੈ, ਇੱਥੇ ਆ ਜਾ ਅਤੇ ਸਾਰੀ ਭਲਵਾਨੀ ਕੱਢਦਾ ਮੈਂ। ਲਵਲੀ ਉੱਥੇ? ਮੈਂ ਆਉਣਾ ਤੁਹਾਡੇ ਘਰ, ਹੁਣੇ ਆਇਆ ਮੈਂ। ਤੁਸੀਂ ਠੀਕ ਕਹਿੰਦੇ ਸੀਗੇ, ਇਹ ਆਉਣ ਲੱਗਾ ਇੱਥੇ, ਹੁਣ ਦੇਖਦੇ ਕੀ ਹੁੰਦਾ। ਚੁੱਕੇ ਤਾਂ ਮੈਸੇਜ? ਰੰਧਾਵੇ ਦੇ ਘਰ ਜਾ ਰਿਹਾ, ਲੱਗਦਾ ਮੈਨੂੰ ਉੱਥੇ ਜਾ ਕੇ ਸਭ ਸੱਚ ਦੱਸਣਾ ਪੈਣਾ। ਛੋਟੀਆਂ ਹੋਣ ਨਾ ਉੱਥੇ ਚੋਰੀ ਆਉਂਦੇ ਆ। ਕੀ ਮਤਲਬ? ਓਏ ਬਕਵਾਸ ਬੰਦ ਕਰ ਗਰੇਵਾਲਾ, ਤੁਸੀਂ ਸਾਰੇ ਆਪਣੀ ਬੋਲੀ ਜਾਓਗੇ, ਮੇਰੀ ਵੀ ਕੁਛ ਸੁਣੋਗੇ? ਓਏ ਟੀਵੀ ਮਾਸਟਰ ਇੱਧਰ ਆ ਜਰਾ, ਦੱਸ ਸਾਰਿਆਂ ਨੂੰ ਜਰਾ, ਮੈਂ ਤੈਨੂੰ ਕਦੋਂ ਕਿਹਾ ਆਈ ਲਵ ਯੂ? ਤੇ ਮੈਂ ਤੁਹਾਨੂੰ ਕਦੋਂ ਕਿਹਾ ਆਈ ਲਵ ਯੂ? ਮੈਂ ਤਾਂ ਆਪਣੀ ਲਵਲੀ ਨੂੰ ਆਈ ਲਵ ਯੂ ਕਿਹਾ। ਗੱਲਾਂ ਮਾਰੀ ਜਾਂਦੇ ਇਹ। ਤੂੰ ਬੰਦਾ ਕਿ ਚੰਦ ਭਾਂਦਾ ਟੈਨਸ਼ਨ ਆ ਓਏ, ਹੈ ਇੱਕ ਪਾਸੇ ਕਹੀ ਜਾਣਾ ਆਈ ਲਵ ਯੂ, ਇੱਕ ਪਾਸੇ ਕਹਿੰਦਾ ਮੈਂ ਜਾਣਦਾ ਹੀ ਨਹੀਂ ਆ। ਉਹ ਮੈਂ ਆਪਣੀ ਲਵਲੀ ਦੀ ਗੱਲ ਕਰ ਰਿਹਾ, ਰੰਧਾਵੇ ਦੀ ਕੁੜੀ ਦੀ। ਕੁੜੀ? ਹਾਂ ਤੁਹਾਡੀ ਕੁੜੀ ਦੀ। ਮੇਰੀ ਕਿਹੜੀ ਕੁੜੀ ਓਏ? ਆਹ ਦੇਖੋ ਦੱਸੋ, ਉਹ ਜਦੋਂ ਦੇ ਪਿੰਡੋਂ ਸ਼ਹਿਰ ਆਏ ਨਿਆਣੇ ਜੰਮੀ ਜਾਂਦੇ, ਕਦੀ ਮੁੰਡਾ ਕਦੀ ਕੁੜੀ, ਹਾਏ ਰੱਬਾ ਪਤਾ ਨਹੀਂ ਸ਼ਹਿਰ 'ਚ ਕਿੰਨੇ ਹੋਰ ਨਿਆਣੇ ਘੁੰਮਦੇ ਹੋਣੇ। ਆਪਣੀ ਲਵਲੀ ਦੀ ਗੱਲ ਕਰਦਾ। ਮੇਰੀ ਗੱਲ ਸੁਣੋ, ਦੇਖੋ ਨੰਬਰ ਹੈਗਾ ਲਵਲੀ ਦਾ? ਹੈਗਾ। ਬੁਲਾਓ ਨੂੰ ਇੱਥੇ, ਹਲੋ, ਹੁਣੇ ਕਲੀਅਰ ਹੋ ਜਾਊਗਾ, ਹੁਣੇ ਬੁਲਾਉਣਾ। ਕਿਵੇਂ ਖਰੂ ਪਾਇਆ ਸਾਰੇ ਨੇ ਉਰੇ? ਹੈਲੋ ਜੋਗੇ, ਫੋਨ ਕਰਨ ਦੀ ਲੋੜ ਨਹੀਂ। ਆ ਦੇਖ ਲੋ, ਆਏ ਮੇਰੀ ਲਵਲੀ, ਰੰਧਾਵੇ ਤੇਰੀ ਕੁੜੀ ਹੈ ਇਹ। ਆ ਇਹਨਾਂ ਦੀ ਕੁੜੀ ਹੈ ਨਹੀਂ, ਉਹ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ। ਇਹ ਤਾਂ ਉਹੀ ਸਰਮੁੰਨੀ ਹੈ ਜਿਹਨੂੰ ਦੇਖ ਦੇਖ ਕੇ ਇਹਦੇ ਪਜਾਮੇ ਡਿੱਗਦੇ ਰਹਿੰਦੇ ਆ। ਕੀ ਬਕਵਾਸ ਕਰੀ ਜਾਂਦੀ ਆ ਤੂੰ, ਜੋ ਮੂੰਹ ਜਾਂਦਾ ਬੋਲੀ ਜਾਂਦੀ ਆ। ਉਹ ਕੁੜੀਏ, ਉਹ ਰੱਬ ਦਾ ਵਾਸਤਾ ਹੀ, ਇਹਨਾਂ ਨੂੰ ਦੱਸ ਮਾਮਲਾ ਕੀ ਆ। ਮੈਂ ਸਾਰਿਆਂ ਨੂੰ ਸੱਚ ਦੱਸਦੀ ਆ। ਦੱਸ। ਸਭ ਤੋਂ ਪਹਿਲਾਂ ਮੈਂ ਆਪਣੇ ਝੂਠ ਲਈ ਸਾਰਿਆਂ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ। ਓਏ ਓ
ਓਏ ਮਾਫੀਆ ਤਾਂ ਮੈਂ ਮਗਾਉ ਕੱਲੇ ਕੱਲੇ ਤੋਂ। ਹਾਏ ਓ ਰੱਬਾ, ਇਹਨੇ ਤਾਂ ਵਿਆਹ 'ਚ ਸ਼ਗਨ ਨਹੀਂ ਪੈਂਦੇ। ਪ੍ਰਤੀ ਪਰਵਾਲਿਆਂ ਦੇ ਬਾਗ 'ਚ ਕਿੰਨੂ ਨਹੀਂ ਲੱਗਦੇ ਜਿੰਨੇ ਮੇਰੇ ਘਰ ਸਿਆਪੇ ਪੈ ਜਾਂਦੇ ਨੇ। ਚੁੱਪ, ਇੱਕ ਹਟਦਾ ਨਹੀਂ ਦੂਜਾ ਸ਼ੁਰੂ। ਚੁੱਪ ਕਰ ਓਏ, ਉਹ ਮੇਰੀ ਭੈਣ ਦੱਸ ਕਿੱਥੇ ਰਹਿੰਦਾ ਵਿਆਹ। ਓ ਯਾਰ, ਤੂੰ ਬੰਦਾ ਕੇ ਚੰਦ ਭਾਨ ਦਾ ਟੈਨਸ਼ਨ ਆ ਯਾਰ। ਪਹਿਲਾਂ ਇੱਕ ਦਿਨ ਆਇਆ ਸੀ, ਕਹਿੰਦਾ ਮੇਰਾ ਮੁੰਡਾ ਕਿੱਥੇ ਆ, ਅੱਜ ਕਹਿੰਦਾ ਮੇਰੀ ਭੈਣ ਕਿੱਥੇ ਆ। ਓਏ ਓਏ, ਆ ਵੇਖ ਮੇਰੇ ਹੱਥ ਬੱਧੇ ਗੁਰੂਆ, ਤੂੰ ਕਿਸੇ ਗੁਆਚੇ ਦੀ ਭਾਲ ਵਾਲੇ ਦਫ਼ਤਰ 'ਚ ਜਾ, ਉੱਥੇ ਤੇਰਾ ਕੰਮ ਬਣੂ, ਨਹੀਂ ਤੇ ਕੋਈ ਮੈਥੋਂ ਇਨਾਮ ਨੂੰ ਲੈਣਾ ਤੇ ਲੈ ਲਾ ਭਰਾਵਾ। ਉਹ ਇਹਨਾਂ ਨੇ ਆਏ ਨਹੀਂ ਮੰਨਣਾ ਓਏ, ਉਹ ਬਟਾਲਿਆ, ਉਹ ਸਤਨਾਮ, ਉਹ ਬਲਾ ਮੁੰਡਿਆਂ ਨੂੰ ਸਾਰਿਆਂ ਨੂੰ ਬਾਹਰੋਂ, ਤੇ ਕੱਲੇ ਕੱਲੇ ਨੂੰ ਚੱਕ ਕੇ ਬੰਨ ਕੇ ਉਹ ਤਬੇਲੇ 'ਚ ਲੈ ਕੇ ਚੱਲੋ। ਉਹ ਚੱਕਣਾ ਚੱਕ ਲਓ ਸਾਰਿਆਂ ਨੂੰ, ਸਾਡੇ ਮਗਰ ਕਾਹਨੂੰ ਪਏ ਆ। ਉਹ ਅਸੀਂ ਕੁੱਤੇ ਓਏ, ਜਿਹੜਾ ਤੁਹਾਡੇ ਮਗਰ ਪਾਵਾਂਗੇ। ਓਏ, ਅਸੀਂ ਤੁਹਾਨੂੰ ਕਿਹਾ ਤੁਸੀਂ ਕੁੱਤੇ ਹੋ, ਤੁਸੀਂ ਆਪੇ ਸਮਝੀ ਜਾਂਦੇ ਹੋ, ਅਸੀਂ ਕੀ ਕਰੀਏ। ਸਾਡੀ ਕੀ ਗਲਤੀ ਹੈ, ਸਾਨੂੰ ਛੱਡ ਦਿਓ। ਆਹ ਕਿਹਦਾ ਬਲੈਲਰ ਜਿਹਾ, ਮੇਰਾ। ਓਏ ਇਹਨਾਂ ਨੂੰ ਬੰਨੋ, ਓਏ ਇਹਨਾਂ ਨੂੰ ਬੰਨੋ, ਸਾਰਿਆਂ ਚੱਕ ਕੇ ਲੈ ਕੇ ਆਓ। ਰੰਧਾਵੇ ਨੂੰ ਥੋੜ੍ਹਾ ਚੰਗੀ ਤਰ੍ਹਾਂ ਨੂੜ ਲਿਓ। ਆਹ ਨਵਾਂ ਸਿਆਪਾ ਪੈ ਗਿਆ। ਬਸ ਸਾਰੇ ਸਿਆਪੇ ਤੂੰ ਹੀ ਪਾਏ ਹੋਇਆ। ਅੱਜ ਪਤਾ ਲੱਗ ਕੇ ਰਹੂ ਲਵਲੀ ਤੇ ਉਹ ਬੁੜੇ ਦਾ ਚੱਕਰ ਹੈ ਕੀ। ਜਾਣੇ ਆ ਪਤਾ ਲੈਣ ਅੱਜ। ਕਿੱਧਰ ਜਨਾਬ ਮਨੂ, ਆ ਬੈਠਾ ਲੁਕਿਆ। ਨੈਨੀ ਜੀ, ਮੈਂ ਹੈਪੀ, ਮੈਂ ਹੈਪੀ ਹਾਂ। ਓਏ ਜਨਾਬ, ਬਾਹਰ ਮਨੂ ਬੰਦਿਆਂ ਨੇ ਦੱਸਿਆ ਇਹ ਮਨੂ ਦਾ ਕਮਰਾ, ਝੂਠ ਬੋਲਦਾ। ਓ ਨਹੀਂ ਜੀ ਨਹੀਂ, ਮੈਂ ਤਾਂ ਮਨੂ ਦੇ ਕੋਲ ਰਹਿਣ ਆਇਆ ਜੀ, ਮੈਂ ਹੈਪੀ ਹੈਪੀ। ਓਏ ਜਨਾਬ, ਤੁਹਾਡਾ ਗੁੱਸਾ ਦੇਖ ਕੇ ਡਰ ਗਿਆ, ਇਹ ਮਨੂ ਆਇਆ ਜੀ। ਓ ਨਹੀਂ ਜੀ ਨਹੀਂ, ਮੈਂ ਝੂਠ ਨਹੀਂ ਬੋਲਦਾ ਜੀ। ਝੂਠ ਬੋਲਦਾ, ਝੂਠ ਬੋਲਦਾ। ਨਹੀਂ ਜੀ ਬਾਈ, ਮੈਂ ਸੱਚ ਬੋਲਦਾ ਜੀ। ਸੱਚ ਬੋਲਦਾ, ਸੱਚ ਹੈ, ਸੱਚ ਬੋਲਦਾ ਬਾਈ, ਮੈਂ ਝੂਠ ਹੀ ਬੋਲਦਾ ਜੀ। ਆ ਜੱਗ ਜਨਾਬ, ਥੋੜੀ ਜਿਹੀ ਸੇਵਾ ਕਰ ਲਵਾਂ। ਮੇਰੇ ਪੰਮੀ, ਪੰਮੀ ਨੀ ਪੈਮ, ਚੁੱਪ ਕਰ, ਹੱਥ ਖੁੱਲ੍ਹੀ ਆਪਾਂ ਭੱਜ ਜਾਣਾ। ਓਕੇ, ਭੱਜ ਜਾਣਾ, ਭੱਜਣ ਦੋ ਤੁਹਾਨੂੰ ਤੁਹਾਡਾ ਪਿਓ। ਓਹੋ, ਤੁਸੀਂ ਉਹਦੇ ਪਿੱਛੇ ਪੈਣਾ ਬੰਦ ਕਰੋ। ਤਿਆ ਕੁੜੀ ਦਾ ਕੀ ਚੱਕਰ ਹੈ ਇਹ ਮੈਨੂੰ ਦੱਸੋ। ਉਹ ਤੁਹਾਡੀ ਕਾਵਾਂ ਰੌਲੀ ਦੇ ਚੱਕਰਾਂ ਵਿੱਚ ਅਸੀਂ ਉਹੀ ਬੰਨੇ ਗਏ ਉਰੇ। ਉਹ ਤੁਸੀਂ ਬੰਨੇ ਪਏ ਹੋ ਤਾਂ ਅਸੀਂ ਕੁਰਸੀਆਂ ਤੇ ਬੈਠੇ ਆ। ਕੁਰਸੀ ਤੇ ਬੈਠੇ ਉੱਥੇ। ਲਵਲੀ, ਤੂੰ ਸੱਚ ਕਿਉਂ ਨਹੀਂ ਦੱਸਦੀ ਇਹਨਾਂ ਨੂੰ? ਮੈਂ ਰੰਧਾਵੇ ਦੀ ਕੁੜੀ ਨਹੀਂ ਆ। ਆ ਸੁਣ ਲੈ, ਸੁਣ ਲੈ, ਸੁਣ ਲੈ, ਖੁੱਲ ਜਾਣ ਦਿਓ ਮੈਨੂੰ ਇੱਕ ਵਾਰ। ਤੁਹਾਨੂੰ ਮੈਂ ਰੰਧਾਵਿਆ ਹਿੱਲ ਨਾ, ਬੋਲੇ ਝੂਠ ਬੋਲਿਆ ਲਵਲੀ। ਜੋਗੇ, ਮੈਂ ਤੇਰੇ ਸ਼ੋਰੂਮ 'ਚ ਜੌਬ ਮੰਗਣ ਆਈ ਸੀ ਅਤੇ ਤੂੰ ਮੈਨੂੰ ਰੰਧਾਵੇ ਦੀ ਕੁੜੀ ਸਮਝ ਲਿਆ। ਮੈਨੂੰ ਜੌਬ ਦੀ ਲੋੜ ਸੀ, ਇਸ ਲਈ ਮੈਂ ਤੇਰੀ ਗਲਤ ਫਹਿਮੀ ਨੂੰ ਯਕੀਨ 'ਚ ਬਦਲਤਾ, ਪਰ ਮੈਂ ਇਹ ਸਭ ਜੌਬ ਦੇ ਲਈ ਕੀਤਾ। ਮੈਂ ਫਿਰ ਵੀ ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦੀ ਹਾਂ ਅਤੇ ਜੋਗੇ, ਤੂੰ ਵੀ ਮੈਨੂੰ ਮਾਫ਼ ਕਰ ਦੇ। ਏ ਕੁੜੀਏ, ਚੁੰਝ ਬੰਦ ਕਰ ਆਪਣੀ। ਓਏ ਰੰਧਾਵਿਆ, ਉਹ ਬੰਨਿਆ ਹੋਇਆ ਵੀ ਟੱਪੀ ਜਾਂਦਾ ਤੂੰ। 5 ਮਿੰਟਾਂ 'ਚ ਇੰਸਪੈਕਟਰ ਰਾਏ ਤੇਰੇ ਮੁੰਡੇ ਮਨੂ ਲੈ ਕੇ ਇੱਥੇ ਆ ਰਿਹਾ, ਆਸਟ੍ਰੇਲੀਆ ਤੋਂ। ਓਏ ਆ ਨਹੀਂ ਰਿਹਾ, ਆ ਚੱਕੋ, ਇੰਸਪੈਕਟਰ ਆਏ ਤਾਂ ਆ ਗਿਆ, ਆ ਚੱਕ ਆਪਣਾ ਮਨੂ। ਓਏ ਉਹ ਆ ਕਿਹੜਾ ਮਨੂ? ਓਏ ਓਏ, ਤੇਰਾ ਮਨੂ ਨੀ, ਇਹ ਤਾਂ ਮੇਰਾ ਆਗਾਜ਼ ਹੈ। ਥਾਣੇਦਾਰਨੀ ਪਾਰਲਰ ਗਈ ਸੀ, ਇਹਨੂੰ ਮੈਨੂੰ ਫੜਾ ਗਈ, ਇਹਨਾਂ ਪੁਲਿਸ 'ਚ ਭਰਤੀ ਕਰਾ ਤਾ। ਓਏ ਤੂੰ ਚੁੱਪ ਕਰੋ ਮੁਛੜਾ, ਓਏ ਬੇਕਰ ਸਿਆ, ਆ ਚੱਕ ਆਪਣਾ ਗਰਮਾ ਗਰਮਾ। ਹੁਣ ਇੱਥੇ ਵੀ ਕੁੱਟੋਗੇ? ਉਹ ਆਖੀ ਨੂੰ ਫੜ ਲਿਆ ਤੁਸੀਂ,
ਇਹ ਮਨੂ ਓਏ ਮਨੂ ਥੋੜਾ ਓ ਮੈਂ ਮਨੂ ਨਹੀਂ ਹੈਗਾ ਮੈਂ ਹੈਪੀ ਆ ਮੈਂ ਹੈਪੀ ਓਏ ਇਧਰ ਮੂੰਹ ਘੁਮਾ ਓਏ ਤੂੰ ਉਹ ਹੀ ਆ ਨਾ ਪਲੇਰਾ ਸਪੇਰ ਵਾਲਾ ਹੈ ਅੱਜ ਫੇਰ ਮਾਂਜਾ ਲੋ ਆਈ ਓ ਰਾਏ ਤੈਨੂੰ ਇੱਕ ਫ੍ਰੀ ਸਲਾਹ ਦਵਾਂ ਓ ਤੂੰ ਇਹਨਾਂ ਚਤਰ ਨਾ ਬਣਿਆ ਕਰ ਯਾਰ ਨਹੀਂ ਬਣਦੇ ਕਿਉਂ ਬਿਕਰ ਸਿਆ ਜੀ ਜਨਾਬ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੈਨੂੰ ਇੰਸਪੈਕਟਰ ਕਿਹਨੇ ਭਰਤੀ ਕਰ ਲਿਆ ਓ ਤੁਹਾਡੀ ਚਤਰਾਈ 'ਚ ਮੈਂ ਰਗੜਿਆ ਪਿਆ ਓ ਲਵਲੀ ਤੂੰ ਤਾਂ ਪਛਾਣਦੀ ਹੈ ਮੈਨੂੰ ਓ ਤੂੰ ਇਹਨੂੰ ਜਾਣਦਾ ਓਏ ਓ ਲਵਲੀ ਤੂੰ ਇੱਥੇ ਕਿਵੇਂ ਓ ਚੁੱਪ ਕਰ ਜਾ ਲਵਲੀ ਮੇਰੀ ਆ ਓ ਚੁੱਪ ਕਰੋ ਮੇਲੇ ਦਿਨ ਆਏ ਤੁਸੀਂ ਓ ਲਵਲੀ ਤੂੰ ਕਿਉਂ ਨਹੀਂ ਬੋਲਦੀ ਓਏ ਹੈਪੀ ਆ ਕੀ ਹਾਲ ਬਣਾਇਆ ਭਾਈ ਤੈਨੂੰ ਮੈਂ ਪਹਿਲਾਂ ਹੀ ਕਿਹਾ ਤਾ ਇਹਨੂੰ ਕੱਲੇ ਨੂੰ ਸ਼ਹਿਰ ਦਾ ਪੇਜ ਦੇਖ ਆਸ਼ਕੀ 'ਚ ਕੀ ਹਾਲ ਕਰਾਏ ਨੇ ਓ ਵੀਰੇ ਹੁਣ ਦੱਸੋ ਤੁਹਾਨੂੰ ਸਾਰਿਆਂ ਨੂੰ ਵੀਰਾ ਮੇਰਾ ਓਏ ਓ ਮੈਂ ਤੈਨੂੰ ਪਹਿਲਾਂ ਕਿਹਾ ਸੀ ਤੂੰ ਇਸ ਕੁੜੀ ਦੇ ਚੱਕਰ 'ਚ ਨਾ ਪੈ ਆ ਕੀ ਹਾਲ ਕਰਾ ਲਿਆ ਦੇਖ ਲੈ ਓਏ ਆ ਵੇਖ ਲਾ ਇਹਦੇ ਪਿੱਛੇ ਤਾਂ ਸਵਾਰੀ ਰੰਗ ਦੇ ਅੰਗਰੇਜ਼ ਵੀ ਪਏ ਫਿਰਦੇ ਆ ਓਏ ਮੇਰੀ ਲਵਲੀ ਇਹ ਕੋਈ ਨਹੀਂ ਹੈਗਾ ਇਹਦੇ ਮਗਰ ਹੋਰ ਓਏ ਚੁੱਪ ਕਰ ਓਏ ਡਰਾਮੇ ਬਾਜੋ ਓ ਪਹਿਲਾਂ ਮੈਨੂੰ ਐਂ ਦੱਸੋ ਇਹਦਾ ਹੱਲ ਕੀਤਾ ਕਿਨੇ ਆ ਮੈਂ ਕੀਤਾ ਕਿਉਂ ਕੀਤਾ ਦੱਸਾਂ ਦੱਸਾਂ ਕਿਉਂ ਕੀਤਾ ਵੀਰੇ ਭਾਜੀ ਮੈਂ ਤਾਂ ਆਪਣੇ ਭਰਾ ਨੂੰ ਲੈਣ ਆਇਆ ਸੀ ਜੀ ਉਹ ਬੰਦ ਲਵਲੀ ਚੁੱਪ ਹੋਏ ਤੁਸੀਂ ਸਤਿ ਸ਼੍ਰੀ ਅਕਾਲ ਭਾਜੀ ਆ ਕਿਹੜਾ ਆ ਗਿਆ ਓਏ ਅੱਧਾ ਸ਼ਹਿਰ ਕਮਲਾ ਕਰਤਾ ਤੇ ਅੱਧਾ ਸ਼ਹਿਰ ਆ ਦੇਖ ਲਾ ਮੇਲਾ ਤੇਰੇ ਕਰਕੇ ਲੱਗਾ ਸਾਰਾ ਇੱਥੇ ਓ ਭਾਜੀ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਇੱਕ ਮਿੰਟ ਪਹਿਲਾਂ ਗੱਲ ਤਾਂ ਸੁਣੋ ਤੇਰੀ ਭਾਜੀ ਮੇਰੀ ਪੂਰੀ ਗੱਲ ਸੁਣੋ ਭਾਜੀ ਨਾ ਤਾਂ ਮੈਂ ਰੰਧਾਵਾ ਸਾਹਿਬ ਦਾ ਮੁੰਡਾ ਅਤੇ ਨਾ ਹੀ ਰੰਧਾਵਾ ਸਾਹਿਬ ਨੇ ਤੁਹਾਡੀ ਭੈਣ ਨੂੰ ਲੁਕੋਇਆ ਇਹ ਸਭ ਕੁਛ ਮੈਂ ਕੀਤਾ ਉਹ ਵੀ ਹਰਗੁਣ ਦੇ ਪਿਆਰ ਕਰਕੇ ਹੁਣ ਭਾਵੇਂ ਤੁਸੀਂ ਮੈਨੂੰ ਗੋਲੀ ਮਾਰੋ ਅਤੇ ਭਾਵੇਂ ਮੇਰੀ ਜਾਨ ਲੈ ਲਓ ਅਤੇ ਰਹੀ ਤੁਹਾਡੀ ਭੈਣ ਦੀ ਗੱਲ ਅਤੇ ਹੋਰ ਹੀ ਹਰਗੁਣ ਹਰਗੁਣ ਤੂੰ ਹਾਲੇ ਤੱਕ ਆਪਣੇ ਵੀਰੇ ਨੂੰ ਸਮਝ ਨਹੀਂ ਸਕੀ ਮੈਂ ਮੰਨਦਾ ਇਹ ਮੁੰਡਾ ਬਹੁਤਾ ਅਮੀਰ ਨਹੀਂ ਪਰ ਜੇ ਤੂੰ ਇਹਨੂੰ ਪਸੰਦ ਕਰਦੀ ਸੀ ਤੇ ਮੈਨੂੰ ਸੱਚ ਸੱਚ ਦੱਸ ਦਿੰਦੀ ਓਏ ਹੁਣ ਤਾਂ ਨਹੀਂ ਭੱਜੇਗਾ ਨਾ ਤੂੰ ਓ ਨਹੀਂ ਨਹੀਂ ਭਾਜੀ ਹੁਣ ਕਿਉਂ ਭੱਜੂਗਾ ਤਾਂ ਚੱਕ ਲਿਆਵਾਂਗੇ ਨਾਲੇ ਗੱਲ ਸੁਣ ਹਾਂਜੀ ਹੁਣ ਐਂ ਕਰਕੇ ਤੁਰਨ ਦੀ ਲੋੜ ਨਹੀਂ ਤੈਨੂੰ ਚੌੜਾ ਹੋ ਕੇ ਤੁਰਿਆ ਕਰ ਰਾਜਵੀਰ ਦਾ ਰਿਸ਼ਤੇਦਾਰ ਆ ਤੂੰ ਭਾਜੀ ਤੁਹਾਡੇ ਸਾਹਮਣੇ ਵੀ ਓਏ ਠੀਕ ਹੈ ਭਾਜੀ ਕੋਈ ਨਹੀਂ ਚੱਕ ਦੋ ਫੱਟੇ ਫਿਰ ਉਹ ਵਿਆਹ ਕਰੀ ਜਾਂਦੇ ਹੋ ਸਾਡੇ ਬਾਰੇ ਵੀ ਸੋਚ ਲਓ ਸਾਨੂੰ ਵੀ ਖੋਲ ਦੋ ਮੇਰੀ ਲਵਲੀ ਵੀ ਦਵਾ ਦੋ ਚੁੱਪ ਕਰ ਜਾ ਲਵਲੀ ਲਵਲੀ ਲੈ ਤੂੰ ਬਟਾਲੇ ਖੋਲ ਦੇ ਬਈ ਸਾਰਿਆਂ ਨੂੰ ਕਰ ਦੋ ਆਜ਼ਾਦ ਇਹਨਾਂ ਨੂੰ ਮਾਹੀਆ ਦਿਲ ਤੈਨੂੰ ਫਿਰ ਲੱਭਦਾ ਲਵਲੀ ਇੱਕ ਬੇਸ਼ੱਕ ਪੂਰੀ ਕਹਾਣੀ ਦੇ ਵਿੱਚ ਆਪਾਂ ਝੂਠ ਦਾ ਸਹਾਰਾ ਲਿਆ ਪਰ ਇੱਕ ਗੱਲ ਮੈਂ ਤੈਨੂੰ ਸੱਚੀ ਕਹਿਣੀ ਚਾਹੁੰਦਾ ਕਿ ਮੈਂ ਤੈਨੂੰ ਦਿਲ ਤੋਂ ਪਿਆਰ ਕਰਦਾ ਅਤੇ ਤੈਥੋਂ ਇਹ ਜਾਣਨਾ ਚਾਹੁੰਦਾ ਕਿ ਕਿਤੇ ਇਹ ਸੱਚ ਸਿਰਫ ਮੇਰੇ ਵੱਲੋਂ ਹੀ ਹੈ ਜਾਂ ਤੇਰੇ ਵੱਲੋਂ ਵੀ
ਮੈਨੂੰ ਇਸੇ ਸੱਚ ਨੇ ਮਜਬੂਰ ਕੀਤਾ ਕਿ ਮੈਂ ਆਪਣਾ ਬੋਲਿਆ ਹੋਇਆ ਝੂਠ ਸਾਰਿਆਂ ਸਾਹਮਣੇ ਦੱਸਿਆ। ਮਤਲਬ ਮੈਂ ਹਾਂ ਸਮਝਾਂ? ਹਾਂ, ਪਰ ਮੈਂ ਇੱਕ ਝੂਠ ਹੋਰ ਬੋਲਿਆ। ਮਤਲਬ? ਮਤਲਬ ਮੈਂ ਬਾਅਦ ਚ ਦੱਸਾਂਗੀ। ਓ ਲਵਲੀ, ਲਓ ਜੀ ਜੋਗੇ ਨੂੰ ਤਾਂ ਮਿਲ ਗਈ ਆਪਣੀ ਲਵਲੀ, ਤੇ ਹਰਗੁਣ ਨਾਲ ਮਨੂ ਦੀ ਜ਼ਿੰਦਗੀ ਵਿੱਚ ਵੀ ਰੰਗ ਭਰੇ ਗਏ, ਤੇ ਇੱਧਰ ਹੈਪੀ ਨੂੰ ਤਾਂ ਉਹਦੀ ਲਵਲੀ ਮਿਲੀ ਨਹੀਂ, ਪਰ ਅੱਜ ਵੀ ਉਹਦੀਆਂ ਫੋਟੋਆਂ ਦੇਖ ਦੇਖ ਕੇ ਖੁਸ਼ ਹੋਈ ਜਾਂਦਾ। ਤੇ ਗਰੇਵਾਲ ਸਾਹਿਬ ਅੱਜ ਵੀ ਪੈਸੇ ਬਚਾਉਣ ਦੀਆਂ ਸਕੀਮਾਂ ਲਾਈ ਜਾਂਦੇ ਨੇ, ਤੇ ਸਾਡੇ ਇੰਸਪੈਕਟਰ ਰਾਏ ਅੱਜ ਵੀ ਲੋਕਾਂ ਦੇ ਹੈਲਮਟ ਲਾ ਲਾ ਕੇ ਚਲਾਨ ਕਰੀ ਜਾਂਦੇ ਨੇ, ਤੇ ਆਪਣੇ ਕੋਟੇ ਪੂਰੇ ਕਰੀ ਜਾਂਦੇ ਨੇ। ਉੱਧਰ ਅਮਰੂ ਅੱਜ ਕੱਲ੍ਹ ਰਾਜਵੀਰ ਦੇ ਬਾਗਾਂ ਦੇ ਘਾਹ ਕੱਟਦਾ, ਤੇ ਰੰਧਾਵਾ ਸਾਹਿਬ ਉਹ ਆਪਣੀ ਲਵਲੀ ਨੂੰ ਲੈ ਕੇ ਲੰਘ ਗਏ ਨੇ ਪਿੰਡ, ਪਰ ਲੜਾਈਆਂ ਹਜੇ ਵੀ ਜਾਰੀ ਨੇ ਉੱਥੇ। ਸਿਫਤਾਂ ਕਰਾਂ ਬਸ ਹੁਣ ਤੇਰੀ ਆਹੀ ਸਟੋਰੀ, ਬਸ ਹੁਣ ਤੇਰੀ ਆਹੀ ਸਟੋਰੀ।